ਆਰਪੀ 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:12 ਹੋਏ ਨੇ, 8 ਮਈ ਦਾ ਦਿਨ ਹੈ, 2019 ਦਾ ਬੁੱਧਵਾਰ ਹੈ। 25 ਵਿਸਾਖ, ਨਾਨਕ ਸਹੀ ਸੰਮਤ 551, ਨਿੱਘਾ ਹਾਰਦਿਕ ਸਵਾਗਤ ਹੈ ਜੀ। ਅਹਿਲਨ ਵਾ ਸਹਿਲਨ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਖਬਰਾਂ ਦੁਨੀਆਂ ਦੇ ਤੁਹਾਡੇ ਸਨਮੁੱਖ ਹੋਣਗੀਆਂ, ਦੇਸ਼ ਦੀਆਂ, ਸ਼ਹਿਰ ਦੀਆਂ। ਤੇ ਨਾਲ ਹੀ 12:20 ਤੇ ਸਰਦਾਰ ਜਗਪਾਲ ਸਿੰਘ ਲਿਟ ਗੱਲਬਾਤ ਕਰਨਗੇ। ਅਕਤੂਬਰ ਦੇ ਮਹੀਨੇ ਆਪਾਂ ਪਿਛਲੇ ਸਾਲ ਇੱਕ ਸ਼ੋਅ ਕੀਤਾ ਸੀ ਕਿ ਜਿਹੜੇ ਬਿਲਡਰ ਨੇ, ਟ੍ਰੇਡਸਮੈਨ ਨੇ, ਸ਼ਹਿਰ ਦੇ ਵਿੱਤੀ ਦਫ਼ਤਰ 'ਚ, ਸਿਟੀ ਆਫ ਸਰੀ ਦੇ ਦਫ਼ਤਰ ਦੇ ਵਿੱਚ ਕਿਹੋ ਜਿਹਾ ਹੁਣ ਵਤੀਰਾ, ਤੇ ਹੁਣ ਆਲਮੋਸਟ 6 ਮਹੀਨੇ ਹੋ ਗਏ, ਵਾਧੇ ਹੋ ਗਏ, ਤੇ ਹੁਣ ਫਿਰ ਗੱਲ ਕਰਦੇ ਹਾਂ ਕਿ ਤਜਰਬਾ ਕੀ ਹੈ ਉਹਨਾਂ ਦਾ, ਕਿਉਂਕਿ ਜਦ ਤੱਕ ਸਰਕਾਰੀ ਦਰਬਾਰੇ ਗੱਲ ਚੱਲਦੀ ਰਹਿੰਦੀ ਹੈ ਤਾਂ ਗੱਲ ਤੁਹਾਡੀ ਸੁਣੀ ਜਾਂਦੇ ਆ ਕਿ ਕਿੰਨਾ ਕੁ ਹੁਣ ਮੁਸ਼ਕਲ ਹੈ, ਕਿੰਨਾ ਕੁ ਸਮਾਂ ਹੈ, ਕਿੰਨਾ ਕੁ ਸਮਾਂ ਲੱਗ ਰਿਹਾ ਪਰਮਿਟ ਲਈ, ਉਹਦੀ ਗੱਲਬਾਤ ਹੋਏਗੀ। ਬਾਕੀ ਸ਼ਹਿਰ ਦੀ ਪੁਲਿਸ ਦੀ ਗੱਲ ਜਿਹੜੀ ਚੱਲ ਰਹੀ ਹੈ, ਤੇ ਕਰੂਜ਼ਰ ਜਿਹੜਾ ਬਣਾਇਆ ਟਰੱਕ, ਤੇ ਆਸ ਹੈ ਬਾਕੀ ਗੱਡੀਆਂ ਛੋਟੀਆਂ ਲੈਣਗੇ, ਪਰ ਪੁਲਿਸ ਦੇ ਸਿਸਟਮ ਦੇ ਅਨੁਸਾਰ ਇਹ ਉਹਨਾਂ ਨੇ ਲੈਣੀਆਂ ਨੇ, ਸੇਫ ਜਿਹੜੀਆਂ ਹੋਣ, ਤੇ ਪਰ ਵੱਧ ਤੇਲ ਖਾਣ ਵਾਲੀਆਂ ਨਾ ਲੈਣ। ਇਨਵਾਇਰਮੈਂਟ ਦਾ ਜ਼ਰੂਰ, ਵਾਤਾਵਰਨ ਦਾ ਜ਼ਰੂਰ ਖਿਆਲ ਰੱਖਣਾ ਪੈਣਾ, ਤੇ ਉਸ ਦੀ ਗੱਲਬਾਤ ਹੋਏਗੀ। ਤੇ 12:20 ਜਿਵੇਂ ਦੱਸਿਆ ਸਰ ਲਿਟ ਆਉਣਗੇ, ਤੇ ਕਹਾਣੀ ਸਰਦਾਰ ਜਸਵੰਤ ਸਿੰਘ ਕੰਵਲ ਦੀ ਅੱਜ ਤੁਹਾਡੇ ਸਨਮੁੱਖ ਹੋਏਗੀ। ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਗਿਆ, ਬਹੁਤ ਪਾਕ ਇਹ ਮਹੀਨਾ ਹੁੰਦਾ। ਮੁਸਲਿਮ ਜਿਹੜੇ ਵੀ ਭੈਣ ਭਰਾ ਨੇ ਉਹ ਰੋਜ਼ੇ ਰੱਖਦੇ ਨੇ। ਬਹੁਤ ਇਹ ਸਮਾਂ ਜਿਹੜਾ ਸੰਦੇਹਾਂ, ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਉਹ ਖਾਣਾ ਪੀਂਦੇ ਨੇ, ਤੇ ਉਸ ਤੋਂ ਬਾਅਦ ਸਾਰਾ ਦਿਨ ਕੁਛ ਨਹੀਂ ਖਾਣਾ ਪੀਣਾ, ਤੇ ਅਖੀਰ ਦੇ ਵਿੱਚ ਫਿਰ ਆਥਣੇ ਸੂਰਜ ਛਿਪ ਦੇ ਨਾਲ ਖਾਣਾ ਸ਼ੁਰੂ ਕਰਦੇ ਆ। ਇਹ ਬਹੁਤ ਮੁਕੱਦਸ ਇਹ ਮਹੀਨਾ ਹੁੰਦਾ। ਮਿਡਲ ਈਸਟ ਜਿਹੜੇ ਲੋਕ ਰਹੇ ਨੇ ਉਹਨਾਂ ਦੇਸ਼ਾਂ ਦੇ ਵਿੱਚ, ਬਾਹਰ ਕੋਈ ਇੱਕ ਰੈਸਟੋਰੈਂਟ ਤਾਂ ਕੀ, ਇੱਕ ਪਾਣੀ ਪੀਣ ਵਾਲੀ ਟੂਟੀ ਵੀ ਖੁੱਲ੍ਹੀ ਨਹੀਂ ਹੁੰਦੀ। ਤੁਸੀਂ ਇਹੋ ਜਿਹਾ ਸਮਾਂ ਤੇ ਪਬਲਿਕ ਪਲੇਸ ਤੇ ਤੁਸੀਂ ਖਾ ਪੀ ਨਹੀਂ ਸਕਦੇ ਮੁਸਲਮਾਨ ਦੇਸ਼ਾਂ ਦੇ ਵਿੱਚ, ਕਿਉਂਕਿ ਇਸ ਦੇ ਸਮੇਂ ਬੜਾ ਜ਼ਿਆਦਾਤਰ ਛੁੱਟੀਆਂ ਲੋਕ ਲੈ ਲੈਂਦੇ ਆ, ਘਰ ਦੇ ਵਿੱਚ ਆਰਾਮ ਕਰਦੇ ਆ, ਆਰਾਮ ਦੇ ਨਾਲ ਰੱਬ ਦਾ ਨਾਂ ਲੈਂਦੇ ਆ, ਤੇ ਬੜੀਆਂ ਇਹ 'ਚ ਨਿਆਇਤਾਂ ਜਿਹੜੀਆਂ ਉਹ ਮੰਗੀਆਂ ਜਾਂਦੀਆਂ। ਤੇ ਬਦਲ ਗਿਆ ਸਮਾਂ ਬਹੁਤ, ਕਈ ਵਾਰ ਹਰ ਸਾਲ ਦਿਨ ਬਦਲਦੇ ਨੇ। ਪੰਜਾਬ ਦੇ ਵਿੱਚ ਖਾਸ ਤੌਰ 'ਤੇ ਇਹਨਾਂ ਦਿਨਾਂ ਦੇ ਵਿੱਚ ਗਰਮੀ ਜਦ ਬਹੁਤ ਪੈਂਦੀ ਹੈ, ਜਾਂ ਭਾਰਤ 'ਚ ਗਰਮੀ ਬਹੁਤ, ਉਸ ਸਮੇਂ ਪਾਕਿਸਤਾਨ 'ਚ, ਮਿਡਲ ਈਸਟ 'ਚ ਵੀ ਬੜੀ ਗਰਮੀ ਆ, ਪਰ ਉੱਥੇ ਸਹੂਲਤਾਂ ਬੜੀਆਂ, ਏਅਰ ਕੰਡੀਸ਼ਨ ਦੇ ਵਿੱਚ ਲੋਕ ਬੈਠੇ ਰਹਿੰਦੇ। ਸੋ ਇਹ ਮਹੀਨਾ ਜਿਹੜਾ ਬੜਾ ਪਾਕ ਪਵਿੱਤਰ ਮਹੀਨਾ ਹੈ ਮੁਸਲਮਾਨ ਧਰਮ ਦੇ ਵਿੱਚ, ਮੁਸਲਿਮ ਧਰਮ ਦੇ ਵਿੱਚ। ਤੇ ਇਹ ਇਹਦੀ ਇੱਥੇ ਵੀ ਜਿੰਨੇ ਬਹੁਤ ਵੱਡੀ ਗਿਣਤੀ ਹੈ, ਇਹ ਭਾਈਚਾਰਾ ਸਾਡਾ ਵੱਸਦਾ, ਤੇ ਉਹ ਇਸ ਇਹਨਾਂ ਦਿਨਾਂ ਦੇ ਵਿੱਚ ਫਿਰ ਰੋਜ਼ੇ ਰੱਖਦੇ ਆ। ਤੇ ਕਹਾਣੀ ਜਿਹੜੀ ਸਰਦਾਰ ਜਸਵੰਤ ਸਿੰਘ ਕੰਵਲ ਉਹਨਾਂ ਦੀ ਕਹਾਣੀ, ਜਿਹੜੀ ਅਸਲ ਗੱਲ ਇਹ ਹੈ ਕਿ 47 ਦੀ ਵੰਡ ਤੋਂ ਪਹਿਲਾਂ ਬਹੁਤ ਜਿਹੜੇ ਮੁਸਲਮਾਨ ਦੋਸਤ ਉਹਨਾਂ ਦੇ ਪੰਜਾਬ, ਇੱਧਰਲੇ ਪੰਜਾਬ ਤੋਂ ਉੱਧਰਲੇ ਪੰਜਾਬ ਚਲੇ ਗਏ, ਉਹਨਾਂ ਦੀਆਂ ਕਹਾਣੀਆਂ ਵੀ ਮੈਂ ਬੜੀ ਜਿਹੜੀ ਰਹਿਮੇ ਉਹਨਾਂ ਦੀਆਂ, ਰਹੀਮ ਉਹਨਾਂ ਦੀਆਂ, ਸਲੀਮ ਉਹਨਾਂ ਦੀਆਂ, ਬੜੀਆਂ ਉਹਨਾਂ ਨੇ ਕਹਾਣੀਆਂ ਲਿਖੀਆਂ। ਅੱਜ ਉਹਨਾਂ ਦੀ ਇੱਕ ਖਾਸ ਕਹਾਣੀ ਤੁਹਾਡੇ ਸਨਮੁੱਖ, ਨੋਕ ਝੋਕ ਆ ਮੀਆਂ ਬੀਬੀ ਦੀ, ਉਹ ਸੁਣਾਵਾਂਗਾ। 1-44-247-1550-1844-247-1550। ਅਰਬੀ ਚ ਕਹਿੰਦੇ ਨੇ ਕਿੰਨੇ ਵੱਜ ਗਏ, ਕੰਮ ਸਾਹ ਸਾਹ ਕਹਿੰਦੇ ਨੇ, ਸਾਹ ਤੇ ਘੰਟੇ ਨੂੰ ਸਾਹ ਕਹਿੰਦੇ ਨੇ, ਤੇ ਮਿੰਟ ਨੂੰ ਹਕੀਕਾ ਕਹਿੰਦੇ ਨੇ, ਤੇ ਈਅਰ ਨੂੰ ਸਨਾ ਹੀ ਕਹਿੰਦੇ ਨੇ, ਸਨਾ, ਤੇ ਮਹੀਨੇ ਨੂੰ ਸ਼ਹਿਰ ਕਹਿੰਦੇ ਨੇ, ਸ਼ਹਿਰ। ਅਲੱਗ ਅਲੱਗ ਉਹਨਾਂ ਦੀਆਂ ਬੋਲੀਆਂ, ਸਾ ਹਦਾਸ਼ ਤਮਾਨਾ ਸ਼ਰ ਤਹਿਕਾਕ 11:18, ਤਾਰੀਖ ਤਮਾਨੀਆ 8 ਤਰੀਕ, ਸ਼ਹਿਰ ਖਮਸਾ ਮਈ ਦਾ ਮਹੀਨਾ, ਸਨਾ ਅਲਫੀਨ ਤਿਸੀਨ, 2000 ਨੂੰ ਅਲਫੀਨ ਕਹਿੰਦੇ ਨੇ, ਇੱਕ ਨੂੰ ਅਲਫ ਕਹਿੰਦੇ ਨੇ, ਅਲਫੀਨ ਕਹਿੰਦੇ ਨੇ 2000, ਤਿਸੀਨ 13 ਨੂੰ। ਇਹ ਬੋਲੀ ਬਹੁਤ ਵਧੀਆ, ਇਹਨੂੰ ਜਿਹੜਾ ਕੋਈ ਸਿੱਖ ਲਵੇ, ਕੋਈ ਵੀ ਬੋਲੀ ਤੁਸੀਂ ਬੋਲਦੇ ਹੋ ਉਹਨੂੰ ਉਹਦੀ ਪ੍ਰੈਕਟਿਸ ਕਰਦੇ ਰਹੋ, ਨਾਲੇ ਤੁਹਾਨੂੰ ਸੁਣਾ ਦੇਈਦੀ ਹੈ। 1-44-247-1550, ਕਈਆਂ ਦੇ ਸੂਲ ਵੀ ਬਹੁਤ ਹੁੰਦੀ ਹੈ,
ਮੈਂ ਕਿਹਾ ਪਹਿਲਾਂ ਸਿੱਖੋ ਫਿਰ ਬੋਲਣੀ, ਫਿਰ ਤੁਸੀਂ ਵੀ ਬੋਲ ਲਿਓ। ਉਹ ਕਹਿੰਦੇ ਇਹਦਾ ਫਾਇਦਾ ਨਹੀਂ ਹੈ ਤੁਹਾਨੂੰ। ਮੈਂ ਫਾਇਦਾ ਉਹਨੂੰ ਦੇਖ ਜਿਹਨੇ ਦੇਸੀ ਘਿਓ ਦਾ ਕੜਾਹ ਖਾਧਾ ਹੈ ਕਿ ਅੰਦਰ ਤਰੌਟੀ ਕਿਵੇਂ ਆ। ਮੂੰਹ ਨੂੰ ਛੱਡ। 1-844-247-1550 ਅੰਦਰ ਕਲਾਸ ਹੁੰਦਾ ਦੇਸੀ ਘਿਓ ਦਾ ਕੜਾਹ ਖਾ ਕੇ। ਕੌਡੀ ਵਾਲੇ ਪ੍ਰਧਾਨ ਸਾਹਿਬ ਨੂੰ ਨਸੀਬੋ ਲਾਲ ਯਾਦ ਆ ਗਈ, ਸਵੇਰ ਦੇ 7 ਫੋਨ ਆ ਕੇ ਕਹਿੰਦਾ ਨਸੀਬੋ ਲਾਲ ਦਾ ਗੀਤ ਬਾਈ ਸਿੰਘ ਸੁਣਾਉਣਾ ਪਊ ਅੱਜ। krpradio.com ਤੇ ਸਿੱਧਾ ਪ੍ਰਸਾਰਣ ਚੱਲਦਾ, info@krpradio.com ਦਫ਼ਤਰ ਦੀ ਈਮੇਲ ਹੈ। ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਹਾਲੇ ਬੰਦ ਹੈ ਤੇ ਛੇਤੀ ਉਹਨੂੰ ਚਲਾਵਾਂਗੇ ਤੁਹਾਡੇ ਲਈ, ਤੇ ਉਸਨੂੰ ਪ੍ਰੋਫੈਸ਼ਨਲੀ ਬਣਾ ਰਹੇ ਹਾਂ ਤੇ ਫਿਰ ਦੋਨੇ ਇੱਕ ਜਗ੍ਹਾ ਕਰਤੇ ਹੋ ਅਲੱਗ ਅਲੱਗ। ਮੈਨੂੰ ਖਾਸੀ ਬਾਟ ਪੈ ਜਾਂਦੀ 2-3 ਘੰਟੇ, ਕਦੇ ਉੱਧਰ ਨੂੰ ਜਾ ਕਦੇ ਉੱਧਰ ਨੂੰ ਜਾ, ਚਿੰਗ ਫੁੰਗਲੀ ਆਉਣੀ ਕਦੇ ਉੱਧਰ ਕੁਛ ਕਰ ਦਿੰਦੇ ਕਦੇ ਉੱਧਰ, ਮੇਰੇ ਸਾਹ ਨਾ ਹੁੰਦੇ, ਖਲਾਰਾ ਪਾ ਲੈਂਦਾ ਜਿਵੇਂ ਨਾ ਕੋਈ ਰਾਗ ਸ਼ੁਰੂ ਕਰਕੇ ਮੁੜ ਕੇ ਬੰਦ ਕਰਨ ਆਉਂਦਾ ਇਉਂ ਹੋ ਜਾਂਦੀ। ਫਿਰ ਪਵਨ ਜਵੰਦੇ ਨੂੰ ਕਿਹਾ ਬਾਈ ਸਿੰਘ ਦਾ ਹੀਲਾ ਕਰ, ਕਹਿੰਦਾ ਜੀ ਦੋ ਜਗ੍ਹਾ ਇੱਕ ਕਰ ਦਈਏ। ਮੈਂ ਕਿਹਾ ਫੇਰ ਕਰ, ਵਧੀਆ ਬਣਾ ਕੇ ਤੁਹਾਡੇ ਸਨਮੁੱਖ ਕਰਾਂਗਾ। ਫਿਰ ਤੁਸੀਂ ਉਹਨੂੰ ਲਾਈਕ ਕਰਕੇ 2-4 ਦਿਨਾਂ ਦੇ ਵਿੱਚ ਸਾਰੇ ਇੱਕ ਜਗ੍ਹਾ ਤੇ ਆ ਜਾਓ। ਇਹ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦਾ ਰਹਿਣਾ ਮੈਂ। ਇਹ ਗੱਲਾਂ ਦਾ ਜਿਹੜਾ ਤਰਕ ਹੈ, ਇਹ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਸਨਮੁੱਖ ਮੈਂ ਕਰਦਾ, ਇਹ ਸਭ ਤੁਹਾਡੇ ਆਲੇ ਦੁਆਲੇ ਹੀ ਰਹਿੰਦੀਆਂ। ਇਹਦਾ ਅੰਤਰੀਬ ਮੇਰਾ ਇਹਨਾਂ ਗੱਲਾਂ ਬਾਤਾਂ ਦਾ ਹੋਵੇ ਨਾ ਹੋਵੇ, ਪਰ ਤੁਹਾਡੇ ਸਨਮੁੱਖ ਜਦ ਮੈਂ ਕੋਈ ਗੱਲਬਾਤ ਕਰਦਾ ਉਹਦਾ ਮਤਲਬ ਭਾਈਚਾਰੇ ਦੇ ਆਲੇ ਦੁਆਲੇ ਚੱਲਦਾ ਹੁੰਦਾ। ਮੈਨੂੰ ਨਿੱਜ ਤੌਰ ਤੇ ਮੰਨ ਲਓ ਆ ਮਸਲਨ ਹੁਣ ਵਰਕ ਵੀਜ਼ੇ ਵਾਲਿਆਂ ਦੀ ਤੇ ਵਰਕ ਪਰਮਿਟਾਂ ਦਾ ਰੌਲਾ ਪੈਂਦਾ, ਬਹੁਤ ਕਈਆਂ ਦੇ ਦਰਦ ਹੁੰਦਾ, ਪਰ ਹੁਣ ਮੇਰਾ ਤਾਂ ਉਹਦੇ 'ਚ ਨਿੱਜ ਕੋਈ ਨਹੀਂ ਹੈ ਨਾ, ਨਾ ਮੈਂ ਕਿਸੇ ਨੂੰ ਸੱਦਿਆ, ਨਾ ਕਿਸੇ ਨੇ ਆਉਣਾ, ਨਾ ਮੈਂ ਵਰਕ ਪਰਮਿਟ 'ਤੇ। ਪਰ ਭਾਈਚਾਰੇ ਦਾ ਦੁੱਖ ਹੈ ਜਿਹੜਾ ਜਦੋਂ ਮੇਰੇ ਤੱਕ ਪਹੁੰਚਦਾ ਮੈਂ ਤੁਹਾਡੇ ਸਨਮੁੱਖ ਕਰਨਾ, ਇਹ ਮੇਰੀ ਡਿਊਟੀ ਹੈ, ਔਰ ਜਦ ਤੱਕ ਮੈਂ ਡਿਊਟੀ ਕਰਨੀ ਹੈ ਤਾਂ ਇਸ ਤਰ੍ਹਾਂ ਹੀ ਕਰਨੀ ਹੈ। ਹੁਣ ਦੁੱਖ ਹੋਵੇ ਸੁੱਖ ਹੋਵੇ, ਕਈਆਂ ਨੂੰ ਫਾਇਦਾ ਹੁੰਦਾ, ਕਈਆਂ ਨੂੰ ਨੁਕਸਾਨ ਹੁੰਦਾ, ਸਾਰਿਆਂ ਨੂੰ ਮੈਂ ਖੁਸ਼ ਵੀ ਨਹੀਂ ਕਰ ਸਕਦਾ। ਕਈ ਪੈਸਿਆਂ ਵਾਲੇ ਬਹੁਤ ਔਖੇ ਆ, ਉਹ ਕਹਿੰਦੇ ਬਹੁਤ ਪੈਸੇ ਸਾਡੇ ਕੋਲ, ਪੈਸੇ ਨਾਲ ਬੰਦ ਕਰਾਵਾਂਗੇ। ਪਰ ਕਾਹਨੂੰ ਪੈਸੇ ਨਾਲ ਬੰਦ ਨਹੀਂ ਹੁੰਦੀਆਂ, ਜਿਹੜੀਆਂ ਜਵਾਨਾਂ ਇਹ ਰੱਬ ਨੇ ਦਿੱਤੀਆਂ, ਜੋਸ਼ ਰੱਬ ਨੇ ਦਿੱਤਾ, ਜਿਹੜਾ ਕਿਣਕ ਹੈ ਉਹ ਰੱਬ ਨੇ ਪਾਇਆ ਕਿ ਸੱਚ ਦੀ ਡਗਰ ਤੇ ਚੱਲਣਾ। ਬਸ ਕਈ ਵਾਰ ਸੋਚਦਾ ਹੁੰਦਾ ਵੀ ਅੱਜ ਨਾ ਕਰੀਏ ਆਹ ਨਾ ਕਰੀਏ, ਪਰ ਮਾਈਕ ਤੇ ਬੈਠੇ ਆ, ਫਿਰ ਮੇਰੇ ਵੱਸ ਦੀ ਗੱਲ ਨਹੀਂ, ਗੱਲ ਉਹੀ ਹੋਣੀ ਹੈ ਜਿਹੜੀ ਸੱਚ ਦੀ ਗੱਲ ਹੈ, ਬਸ ਹੋਰ ਨਹੀਂ ਹੈ। ਕਿਸੇ ਨਾਲ ਕੋਈ ਆਪਣਾ ਰੋਸ ਨਹੀਂ, ਕਿਸੇ ਨਾਲ ਦੁਸ਼ਮਣੀ ਨਹੀਂ, ਕੋਈ ਮੈਂ ਇਹੋ ਜਿਹਾ ਬਿਜ਼ਨਸ ਨਹੀਂ ਖੋਲਣਾ ਜਿਹਦੇ ਕਰਕੇ ਮੈਂ ਵਰਕ ਪਰਮਿਟ ਵੇਚਣੇ ਆ, ਇਹੋ ਜਿਹਾ ਕੁਛ ਨਹੀਂ ਹੈ। ਪਰ ਗੱਲ ਸੱਚ ਦੀ ਸੱਚ, ਕੰਮ ਸਿੱਧੇ ਹੋਣਗੇ ਤਾਂ ਗੱਲ ਸਿੱਧੀ ਕਰ ਦੇਣੀ ਆਪਾਂ। ਫੇਸਬੁੱਕ ਛੇਤੀ ਤੁਹਾਡੇ ਲਈ ਬਣਾ ਕੇ ਪੇਸ਼ ਕਰਦੇ ਹਾਂ। harjeet.g@krpradio.com ਇਹ ਮੇਰੀ ਈਮੇਲ ਹੈ, ਦਫ਼ਤਰ ਦਾ ਨੰਬਰ 604-440-6462 ਹੈ, info@krpradio.com ਦਫ਼ਤਰ ਦੀ ਈਮੇਲ ਹੈ। ਪੌਣਾ ਨੱਚੀਆਂ ਦਿਸ਼ਾਵਾਂ ਹੱਸੀਆਂ ਨੀ, ਕਿਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀ, ਕਤਰਾ ਕਤਰਾ ਛੱਲਾਂ ਹੋਇਆ, ਤਾਰਾ ਤਾਰਾ ਗੱਲਾਂ ਹੋਇਆ, ਕੋਈ ਫਰਕ ਨਾ ਚੜੀਆਂ ਲੱਥੀਆਂ ਨੀ, ਕਿਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀ, ਰਾਤ ਦਿਨਾਂ ਦਾ ਗੇੜਾ ਰੁਕਿਆ, ਗਲਤ ਸਹੀ ਦਾ ਝੇੜਾ ਮੁੱਕਿਆ, ਸਭ ਝੂਠੀਆਂ ਹੋਈਆਂ ਸੱਚੀਆਂ ਨੀ, ਕਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀ, ਆਪਣੀ ਹੋਈ ਸਾਰੀ ਧਰਤੀ ਰੌਲੇ ਅੰਦਰ ਵੀ ਚੁੱਪ ਵਰਤੀ, ਸਰਸ ਵਜਨੇ ਟਿੱਬੀਆਂ ਢੱਕੀਆਂ ਨੀ, ਕਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀ, ਜਨਮ ਮੌਤ ਜੋ ਸਕੀਆਂ ਭੈਣਾਂ, ਮੇਰੇ ਸ਼ਗਨ ਕਰੇਂਦੀਆਂ ਨੈਣਾਂ, ਸਭ ਸੱਸੀਆਂ ਸੋਹਣੀਆਂ ਨੱਚੀਆਂ ਨੀ, ਕਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀ, ਰਾਂਝਾ ਸੈਦਾ ਵੀਰੇ ਵੀਰੇ, ਚਾਰੇ ਪਾਸੇ ਦਿਸਦੀ ਹੀਰੇ, ਇੱਕ ਹੋਈਆਂ ਮੁੰਦਰਾਂ ਲੱਤੀਆਂ ਨੀ, ਕਈਆਂ ਇਸ਼ਕ ਦੁਹਾਈਆਂ ਮੱਚੀਆਂ ਨੀ, ਪੌਣਾ ਨੱਚੀਆਂ ਦਿਸ਼ਾਵਾਂ ਹੱਸੀਆਂ ਨੀ, ਕਈਆਂ ਇਸ਼ਕ ਦੁਹਾਈਆਂ ਮੱਚੀਆਂ ਨੀ। ਇਸ਼ਕ ਜਸਵੰਤ ਜ਼ਫਰ ਜੀ ਲਿਖਦੇ ਆ। ਸਾਰਿਆਂ ਦਾ ਸਵਾਗਤ ਜੀ, ਜਿੱਥੇ ਵੀ ਬੈਠੇ ਹੋ ਸਾਰਿਆਂ ਦਾ ਧੰਨਵਾਦ। ਲੁਕਾਈ ਲਈ ਜਿਉਣਾ ਜਿਹੜਾ ਉਹ ਬੜਾ ਔਖਾ ਹੈ, ਕਿਸੇ ਲਈ ਕੰਮ ਕਰਨਾ ਬੜਾ ਔਖਾ ਹੈ। ਇੱਕ ਕੈਨੇਡੀਅਨ ਜਿਹਨਾਂ ਨਾਂ ਜਾਨ ਵੇਨੀਅਰ, ਜਿਨ੍ਹਾਂ ਨੇ ਉਹਨਾਂ ਲੋਕਾਂ ਦੇ ਲਈ ਚੈਰਿਟੀ ਸੈੱਟ ਕੀਤੀ ਜਿਹਦਾ ਨਾਂ ਲਾਰਸ਼, ਤੇ ਉਸ ਦੇ ਵਿੱਚ ਜਿਹੜੀ ਡਿਸੇਬਿਲਿਟੀ ਡਿਵੈਲਪ ਹੋ ਰਹੀ ਹੈ ਜਿਉਂ ਜਿਉਂ ਵੱਡੇ ਹੋ ਰਹੇ ਨੇ, ਉਹਨਾਂ ਦੇ 90 ਸਾਲ ਦੀ ਉਮਰ ਦੇ ਵਿੱਚ ਉਹ ਪੂਰੇ ਹੋਏ ਨੇ, ਪਿਛਲੇ 50 ਸਾਲ ਉਹਨੇ ਦੁਨੀਆ ਦੇ ਵਿੱਚ ਇਹ ਚੈਰਿਟੀ ਦੇ ਘਰ ਬਣਾਏ ਜਿੱਥੇ ਡਿਸੇਬਲ ਲੋਕ ਰਹਿੰਦੇ ਨੇ। ਗਵਰਨਰ ਜਨਰਲ ਜਾਰਜ ਪੀ ਵੇਨੀਅਰ ਦਾ ਬੇਟਾ ਜਾਨ ਵੇਨੀਅਰ
ਕੈਨੇਡੀਅਨ ਨੇਵੀ ਅਫੀਸਰ ਸੀ, ਫਿਰ ਪ੍ਰੋਫੈਸਰ ਸੀ, ਜਦ ਫਿਰ ਕੈਥੋਲਿਕ ਬਣਿਆ ਤੇ ਫਿਰ ਚੈਰਿਟੀ ਸ਼ੁਰੂ ਕੀਤੀ ਉਹਨਾਂ ਲੋਕਾਂ ਲਈ 1964 ਦੇ ਵਿੱਚ, ਜਦ ਕਿਤੇ ਡਿਵੈਲਪਮੈਂਟ ਜਿਹੜੀ ਡਿਸੇਬਿਲਿਟੀ ਦੀ ਹੋ ਰਹੀ ਹੈ ਤੇ ਲੋਕ ਜਿਉਂ ਜਿਉਂ ਉਮਰ ਵੱਧ ਰਹੀ ਹੈ ਢਿੱਲੇ ਹੋ ਰਹੇ ਨੇ, ਕਿਸੇ ਦਾ ਦਿਮਾਗ ਨਹੀਂ ਵੱਧ ਰਿਹਾ, ਕਿਸੇ ਦਾ ਸਰੀਰ ਨਹੀਂ, ਉਹਨਾਂ ਲਈ ਘਰ ਬਣਾਏ। ਕਮਿਊਨਿਟੀ ਦੀ ਪਹਿਲੀ ਇਹ ਜਿਹੜੀ ਇਹ ਚੈਰਿਟੀ ਤੇ ਪਹਿਲਾ ਘਰ ਜਿਹੜਾ ਉਹ ਰਿਚਮੰਡ ਹਿੱਲ ਇੰਟੀਰੀਅਰ ਵਿੱਚ ਬਣਿਆ। 29 ਕਮਿਊਨਿਟੀਜ਼ ਨੇ ਜਿਹੜੀਆਂ ਉਹ ਕੈਨੇਡਾ ਦੇ ਵਿੱਚ ਕੌਮਕਸ ਵੈਲੀ BC ਤੋਂ ਲੈ ਕੇ ਕੇਪ ਬ੍ਰਿਟਨ, ਨੋਵਾ ਸਕੋਸ਼ੀਆ ਤੱਕ ਇਹ ਬਣੀਆਂ ਹੋਈਆਂ ਨੇ। 154 ਰੈਜੀਡੈਂਸ਼ੀਅਲ ਕਮਿਊਨਿਟੀਆਂ ਬਣਾਈਆਂ 38 ਦੇਸ਼ਾਂ 'ਚ ਤੇ 5 ਕੰਟੀਨੈਂਟ 'ਚ। ਇਹੋ ਹੈ ਕੰਮ। ਤੇ ਉਹ ਪਿਛਲੇ ਦਿਨੀ ਪੂਰੇ ਹੋਏ ਹੈ। ਉਹਨਾਂ ਨੂੰ ਟੈਂਪਲਟਨ ਪ੍ਰਾਈਜ਼ ਵੀ ਮਿਲਿਆ 2015 'ਚ। ਫਰਾਂਸ ਦਾ ਲੀਜਨ ਆਫ ਓਨਰ ਉਹ ਵੀ ਮਿਲਿਆ ਤੇ ਬੜਾ ਨਾਂ ਸੀ। ਸਾਰੇ ਧਰਮਾਂ ਦੇ ਲੋਕ, ਕ੍ਰਿਸਚੀਅਨ, ਜਿਊਸ, ਮੁਸਲਿਮ, ਸਾਰੇ ਅਮੈਰੀਕਨ, ਰਸ਼ੀਅਨ, ਅਫਰੀਕਨ, ਸਾਰੇ ਜਿੰਨੇ ਵੀ ਇੱਥੇ ਰਹਿੰਦੇ ਸੀ ਲੋਕ, ਉਹ ਉਹਨਾਂ ਲਈ ਚਾਨਣ ਮਨਾਰਾ ਸੀ। 90 ਸਾਲ ਦੀ ਉਮਰ ਦੇ ਵਿੱਚ ਪੂਰੇ ਹੋਇਆ। ਤੇ ਇੱਕ ਗਲੋਬਲ ਮੇਲ ਦੇ ਵਿੱਚ ਰਾਈਟਰ ਨੇ ਆਇਨ ਬਰਾਊਨ, ਆਇਨ ਬਰਾਊਨ ਦੇ ਇੱਕ ਪੁੱਤਰ ਪੈਦਾ ਹੋਇਆ ਜਿਹੜਾ ਵੱਡਾ ਤਾਂ ਹੋ ਰਿਹਾ ਸੀ, ਦਿਮਾਗ ਉਹਦਾ ਵਿਕਸਿਤ ਨਹੀਂ ਸੀ ਹੋ ਰਿਹਾ। 1.5-2 ਸਾਲ ਦੇ ਜਵਾਕਾਂ ਵਰਗਾ ਦਿਮਾਗ। ਉਹਨਾਂ ਨੇ ਲਿਖੀ ਇੱਕ ਕਿਤਾਬ, ਦਾ ਬੋਏ ਇਨ ਦਾ ਮੂਨ, ਤੇ ਪਿਤਾ ਵੱਲੋਂ ਉਸਨੇ ਆਪਣੇ ਵੱਲੋਂ ਆਇਨ ਬਰਾਊਨ ਨੇ ਲਿਖਿਆ ਕਿਤਾਬ, ਇਹ ਪੜ੍ਹਨ ਵਾਲੀ ਹੈ, ਲੈ ਕੇ ਆਇਓ, ਪਤਾ ਲੱਗਦਾ ਡਿਸੇਬਿਲਿਟੀ ਨਾਲ ਲੋਕ ਕਿਵੇਂ ਜਿਉਂਦੇ ਨੇ। ਗੱਲ ਸ਼ੁਰੂਆਤ ਜਾਨ ਨੇ 1964 ਦੇ ਵਿੱਚ ਕੀਤੀ, ਜਦ ਉਹਨੇ ਦੋ ਜਣੇ ਜਿਨ੍ਹਾਂ ਨੂੰ ਡਿਸੇਬਿਲਿਟੀ ਵੱਧ ਰਹੀ ਸੀ ਤੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ, ਫਰਾਂਸ ਦੇ ਵਿੱਚ ਉਹਨਾਂ ਨੇ ਰੱਖਿਆ। ਤੇ ਹੁਣ ਉਹਦੇ ਬਾਅਦ ਫਿਰ ਦੁਨੀਆਂ ਦੇ ਵਿੱਚ ਚੈਰਿਟੀ ਸ਼ੁਰੂ ਕੀਤੀ। ਆਇਨ ਬਰਾਊਨ ਨੇ ਜਿਹੜਾ ਵੇਨੀਅਰ ਦੇ ਨਾਲ ਬੜਾ ਕੰਮ ਕੀਤਾ, ਦ ਬੋਏ ਇਨ ਦਾ ਮੂਨ ਕਿਤਾਬ ਉਹਨਾਂ ਨੇ ਉਸਨੇ ਲਿਖੀ ਆਪਣੇ ਪੁੱਤਰ ਦੇ ਲਈ। ਤੇ ਉਸਦੇ ਵਿੱਚ ਉਸਨੇ ਦੱਸਿਆ ਕਿ ਕਿਸ ਤਰ੍ਹਾਂ ਵਾਕਰ, ਉਹਦਾ ਪੁੱਤਰ 22 ਵਰਿਆਂ ਦਾ ਹੁਣ, ਤੇ ਪਰ ਉਹ 12 ਵਰਿਆਂ ਦਾ ਲੱਗਦਾ, ਤੇ ਉਹਦਾ ਦਿਮਾਗ ਜਿਹੜਾ 1.5 ਸਾਲ ਦੇ ਜਵਾਕ ਜਿੰਨਾ, ਨਾ ਉਹ ਬੋਲ ਸਕਦਾ, ਨਾ ਆਪਣੀ ਉਹ ਕੇਅਰ ਕਰ ਸਕਦਾ, 24 ਘੰਟੇ ਉਸਦੀ ਮਦਦ ਚਾਹੀਦੀ ਹੈ। ਤੇ ਫਿਰ ਲਾਸ਼ ਨੇ, ਲਾਸ਼ ਜਿਵੇਂ ਫ੍ਰੈਂਚ ਸ਼ਬਦ ਹੈ, ਉਹਨਾਂ ਨੇ ਇਸਦਾ ਖਿਆਲ ਰੱਖਿਆ। ਉਸ ਸਮੇਂ ਵੈਨੀਏ ਦੇ ਨਾਲ ਮਿਲਿਆ, ਰਿਲੇਸ਼ਨਸ਼ਿਪ ਹੋਈ। ਉਹਨੇ ਦੱਸਿਆ ਕਿ ਬਹੁਤ ਡਿਸਿਪਲਿਨ, ਕ੍ਰਿਸਮੈਟਿਕ, ਸੈਂਸ ਆਫ ਹਿਊਮਰ, ਬਹੁਤ ਵਧੀਆ ਬੰਦਾ ਤੇ ਬਹੁਤ ਨਾਈਸਲੀ ਗੱਲ ਕਰਨ ਬਾਤ ਕਰਨ ਵਾਲਾ, ਬਹੁਤ ਐਕਸੈਪਟਿੰਗ ਤੇ ਹਰ ਵਕਤ ਲੋਕਾਂ ਲਈ ਕੰਮ ਕਰਨ ਵਾਲਾ। ਇਸ ਤਰ੍ਹਾਂ ਦੀ ਦੁਨੀਆ ਕੰਮ ਕਰਕੇ ਜਾਂਦੀ, ਇਸ ਦੁਨੀਆ ਇੱਥੋਂ ਤੁਰ ਜਾਂਦੇ ਨੇ ਲੋਕ। ਕੀ ਕਹਾਣੀ, ਉਹਨੇ ਬਹੁਤ ਲੋਕ ਵੇਖੇ। ਉਹ ਕਹਿੰਦਾ ਜਦ ਮੈਂ ਆਪਣੇ ਪੁੱਤਰ ਨੂੰ ਮਿਲਣ ਜਾਂਦਾ ਉੱਥੇ ਦੇਖਦਾ, ਤੇ ਕੋਈ 45 ਵਰਿਆਂ ਦਾ, ਕੋਈ 58 ਦਾ, ਕੋਈ 50 ਦਾ, ਕੋਈ ਬੋਲ ਨਹੀਂ ਸਕਦਾ, ਕੋਈ ਕੁਛ ਨਹੀਂ ਕਰ ਸਕਦਾ। ਤੇ ਬਸ ਇੰਟਰਨੈਸ਼ਨਲੀ ਫਰਾਂਸ ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤੀ। ਫਰਾਂਸ ਦੇ ਵਿੱਚ ਜਿਹੜੀ ਪਹਿਲਾ ਉਹਨਾਂ ਨੇ ਚੈਰਿਟੀ ਬਣਾਈ ਕੈਨੇਡਾ ਤੋਂ ਬਾਹਰ ਨਿਕਲ ਕੇ। ਸੋ ਇਸ ਪੱਤਰਕਾਰ ਨੇ, ਜਿਹੜਾ ਬਹੁਤ ਵੈਲ ਨੋਨ ਇੱਕ ਰਾਈਟਰ ਹੈ ਗਲੋਬਲ ਮੇਲ ਦਾ, ਆਇਨ ਬਰਾਊਨ, ਉਹਦੇ ਬਹੁਤ ਵਧੀਆ ਆਰਟੀਕਲ ਹੁੰਦੇ ਆ, ਉਸਨੇ ਆਪਣੇ ਪੁੱਤਰ ਦੀ ਜ਼ਿੰਦਗੀ ਬਾਰੇ ਗੱਲ ਦੱਸੀ। ਜ਼ਿੰਦਗੀ ਦੇ ਵਿੱਚ ਕਰੋਂਗੇ ਕੀ? ਐਡਮਿੰਟਨ ਓਇਲਰ ਦਾ ਮਾਲਕ ਡੈਰਲ ਕੈਟਸ, ਡੈਰਲ ਨੂੰ ਇਹ ਜੀ ਇੱਕ ਇਨਫੈਕਸ਼ਨ ਹੋ ਗਈ, 3 ਸਰਜਰੀਆਂ ਹੋ ਗਈਆਂ ਪਿਛਲੇ 10 ਮਹੀਨੇ 'ਚ। IV ਦੀ ਬੋਤਲ ਹਰ ਵਕਤ ਨਾਲ ਰੱਖਦਾ, 57 ਵਰਿਆਂ ਦਾ, ਤੇ ਹੁਣ ਉਹ ਲਾਈਫ ਥਰੈਟਨਿੰਗ ਇਲਨੈਸ ਆ। ਬਿਲੀਅਨਸ ਆਫ ਡਾਲਰ ਨੇ ਲੋਕਾਂ ਦੇ ਸਨਮੁਖ ਹੋਇਆ ਬਹੁਤ ਚਿਰਾਂ ਬਾਅਦ।
ਪਬਲਿਕ ਅਪੀਅਰੈਂਸ ਹੋਈ ਮੰਗਲਵਾਰ, ਨਿਊਜ਼ ਕਾਨਫਰੰਸ ਹੋਈ ਤੇ ਕੈਨ ਹਾਲੈਂਡ ਨਵਾਂ ਜਨਰਲ ਮੈਨੇਜਰ ਜਿਹੜਾ ਐਡਮਿੰਟਨ ਓਇਲਰਸ ਦਾ ਉਸਨੇ ਰੱਖਿਆ ਤੇ ਕੈਟਸ ਦੀ ਅਪੀਅਰੈਂਸ ਜਿਹੜੀ ਹੋਈ ਉਸਨੇ ਦਿਖਾਇਆ ਉਹਦਾ ਚਿਹਰਾ ਮੋਹਰਾ ਕਿਹੋ ਜਿਹਾ ਹੋ ਗਿਆ, 50-50 ਸਰਵਾਈਵਲ ਰੇਟ ਹੈ। ਤੇ ਹੁਣ ਇਸ ਬੰਦੇ ਨੇ ਐਡਮਿੰਟਨ ਚ ਇਹ ਜੰਮਿਆ ਪੜਿਆ ਲਾਈਫ ਲੌਂਗ ਓਇਲਰ ਫੈਨ ਹੈ, ਯੂਨੀਵਰਸਿਟੀ ਆਫ ਅਲਬਰਟਾ ਚ ਪੜਿਆ, ਰੈਕਸਲ ਫਾਰਮੇਸੀ ਖਰੀਦੀ 1990 ਚ ਤੇ ਮਲਟੀ ਬਿਲੀਅਨ ਦਾ ਬਿਜ਼ਨਸ ਬਣਾਇਆ। 2008 ਚ ਓਇਲਰ ਦੀ ਹਾਕੀ ਟੀਮ ਇਸਨੇ ਜਿਹੜੀ ਖਰੀਦੀ, ਫਿਰ ਰੋਜਰਸ ਪਲੇਸ 2016 ਦੇ ਵਿੱਚ ਜਿਹੜਾ ਅਰੀਨਾ ਇੱਕ ਬਣਾਇਆ ਉਹ ਖੋਲਿਆ, ਤੇ ਫਿਰ ਆਈਸ ਡਿਸਟ੍ਰਿਕਟ ਦੇ ਵਿੱਚ ਜਿੱਥੇ ਕੈਟਸ ਗਰੁੱਪ ਨੇ ਆਫਿਸ ਟਾਵਰ ਤੇ ਹੋਟਲ ਇੱਕ ਖੋਲਿਆ 2012 ਚ, 850 ਫਾਰਮੇਸੀਆਂ ਵੇਚ ਕੇ ਤੇ ਗਾਰਡੀਅਨ ਡਰੱਗ ਤੇ ਮੈਡੀਸਨ ਸ਼ੋਪੀ ਨੇਮ ਜਿਹੜੇ ਨੇ ਇਹਦੇ ਥੱਲੇ ਵੇਚ ਕੇ $3 billion ਦੀ ਡੀਲ ਕੀਤੀ, ਤੇ ਉਹਦੇ ਵਿੱਚ ਰੀਅਲ ਅਸਟੇਟ, ਸਪੋਰਟਸ, ਇੰਟਰਟੇਨਮੈਂਟ, ਪਬਲਿਕ, ਤੇ ਫਿਰ ਜੋਲ ਸਿਲਵਰ ਨਾਲ ਹਾਲੀਵੁੱਡ ਵੀ ਫਿਲਮਾਂ ਪ੍ਰੋਡਿਊਸ ਕੀਤੀਆਂ। ਫੋਟੋ ਉਹਦੀ ਹੁਣ ਮੈਂ ਵੇਖ ਰਿਹਾ 2016 ਦੀ ਜਦ ਉਸਨੇ ਰੋਜਰ ਪਲੇਸ ਅਰੀਨਾ ਖੋਲਿਆ, ਤੇ ਕੱਲ੍ਹ ਦੀ ਫੋਟੋ, ਮੂੰਹ ਸਿਰ ਕਾਲਾ ਹੋਇਆ ਪਿਆ, ਨੱਕ ਜਿਹੜਾ ਤਿੱਖਾ ਸੀ ਉਹ ਨੱਕ ਨੂੰ ਹੋਰੇ ਕੁਛ ਹੋਇਆ ਪਿਆ। ਤੇ ਹੁਣ ਫਿਰ ਪੈਸੇ ਨਾਲ ਕੱਦ ਕਿਵੇਂ ਮਿਲ ਲਓ, ਕਈ ਪੈਸੇ ਡਾਲਰਾਂ ਦੇ ਚੱਕਰ ਦੇ ਵਿੱਚ ਧੱਜੀਆਂ ਉਡਾ ਰਹੇ ਨੇ ਐਥਿਕਸ ਦੀਆਂ, ਤੇ ਕਹਾਣੀ ਕੀ ਹੈ, ਕੁਦਰਤੀ ਕੀ, ਕੁਦਰਤ ਕੀ ਹੈ, ਬੰਦਿਆਂ ਦੀਆਂ ਕਦਰਾਂ ਕੀਮਤਾਂ ਕੀ ਹੈ ਨੇ, ਮਿਸਯੂਜ਼ ਪਾਵਰ ਦਾ ਕਰਕੇ ਲੋਕ ਧੱਜੀਆਂ ਉਡਾ ਰਹੇ ਦੁਨੀਆਂ ਦੇ ਵਿੱਚ, ਕੀ ਕੱਢੋਗੇ? ਇਹੋ ਜਿਹੀ ਚੂੰਡੀ ਭਰਦਾ ਉੱਪਰਲਾ, ਫਿਰ ਉਹ ਚੂੰਡੀ ਇੰਨੀ ਚਸਕਦੀ ਹੈ, ਇੰਨੀ ਕਸਕਦੀ ਹੈ ਸਾਰਾ ਦਿਨ, ਬੜਾ ਔਖਾ ਹੈ, ਉੱਥੇ ਲਿਆ ਕੇ ਖੜਾ ਦਿੰਦਾ, ਨਾ ਬਾਹਰ ਨੂੰ ਸਾਹ ਜਾਂਦਾ ਨਾ ਅੰਦਰ ਨੂੰ ਸਾਹ ਜਾਂਦਾ। ਸਰਵ ਸ਼ਕਤੀਮਾਨ ਹੈ, ਜਦ ਡਾਲਰਾਂ ਰੁਪਈਆਂ ਦੀ ਭਾਜ ਚ ਬੰਦਾ ਲੱਗਿਆ ਹੁੰਦਾ ਨਾ, ਉਹਨੂੰ ਨੀ ਦੁਨੀਆਂ ਦਿਖਦੀ, ਉਹ ਕਹਿੰਦਾ ਨਾ 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 ਮੈਨੂੰ ਦੁਨੀਆਂ ਕੀ, ਤਾਂ ਟਿੱਡੀਆਂ ਪਪਲੀਆਂ ਤੁਰੀਆਂ ਫਿਰਦੀਆਂ ਥੱਲੇ, ਇਹਨਾਂ ਨੂੰ ਮੈਂ ਕੀ ਸਮਝਦਾ, ਪੈਸੇ ਦੇ ਜ਼ੋਰ ਤੇ ਆਹ ਕਰ ਦੇਈਦਾ, ਆਹ ਕਰ ਦਿਆਂਗੇ, ਆਈਸ ਪੀਸ ਆਫ ਕੇਕ ਹੈ ਚੰਡ ਦਿਆਂਗੇ, ਉਡਾ ਦਿਆਂਗੇ, ਇਹੋ ਜਿਹੀਆਂ ਗੱਲਾਂ ਕਰਦਾ। ਪਰ ਉਹਨੂੰ ਪਤਾ ਨੀ, ਫਿਰ ਜਦ ਉੱਪਰਲਾ ਹੱਥ ਛੱਡਵੀਂ ਕੈਂਚੀ ਮਾਰਦਾ, ਚਿੱਤ ਕਰ ਦਿੰਦਾ। ਮੈਂ ਹੁਣ ਜਾਨ ਵੈਨੀਅਰ ਨੂੰ ਦੇਖ ਰਿਹਾ ਸਾਂ, ਉਸੇ ਵੇਲੇ ਡੈਰਲ ਕੈਸ ਨੂੰ ਦੇਖ ਰਿਹਾ ਸਾਂ, ਇੱਕ ਬੰਦੇ ਨੇ ਸਾਰੀ ਜ਼ਿੰਦਗੀ ਚੈਰਿਟੀਆਂ ਦੇ ਵਿੱਚ ਲਾਤੀ 1964 ਤੋਂ, ਤੇ 5 ਕੰਟੀਨੈਂਟ ਦੇ ਵਿੱਚ 150 ਚੈਰਿਟੀ ਦੇ ਘਰ ਨੇ ਜਿੱਥੇ ਡਿਸੇਬਲ ਰੋਕ ਰਹੇ ਨੇ, ਇੱਕ ਬੰਦੇ ਬਿਲੀਅਨਸ ਆਫ ਡਾਲਰ ਦਾ ਮਾਲਕ ਹੈ ਜਿਸ ਨੂੰ ਅਜਿਹੀ ਬਿਮਾਰੀ ਹੋ ਗਈ ਜਿਹਦੇ ਕਰਕੇ ਨਾ ਉਹ ਮਰਦਿਆਂ 'ਚ ਨਾ ਉਹ ਜਿਉਂਦਿਆਂ 'ਚ 50-50 ਇਨਫੈਕਸ਼ਨ ਅਜਿਹੀ ਹੋ ਗਈ। ਸੋ ਗੱਲ ਇਹ ਹੈ ਕਿ ਕਰਨਾ ਕੀ ਚਾਹੁੰਦੇ ਹਾਂ ਜ਼ਿੰਦਗੀ, ਇੱਥੇ ਆ ਕੇ ਗੱਲ ਖੜਦੀ ਹੈ, ਲਾਈਨ ਕੀ ਹੈ, ਕੀ ਕਰਨਾ ਚਾਹੁੰਦੇ ਹਾਂ। ਸੋ ਪੈਸੇ ਧੇਲੇ ਦੀ ਮੈਂ ਗੱਲ, ਇੱਕ ਹੋਮੇ ਦੀ ਗੱਲ ਕਰ ਰਿਹਾ ਸੀ, ਸਦਾ ਗਰਾਊਂਡਡ ਰਹਿਣਾ ਚਾਹੀਦਾ, ਕੁਝ ਨੀ ਪਤਾ ਕਿੱਧਰੋਂ ਕਿੱਧਰ ਦੀ ਗੱਲ, ਮਹੀਨਿਆਂ ਦਿਨਾਂ ਦੇ ਵਿੱਚ ਚੀਜ਼ਾਂ ਬਦਲ ਜਾਂਦੀਆਂ। ਸਰੀ ਦੀ ਲੈਂਡਸਕੇਪ, ਸਰੀ ਦੀ ਰੀਅਲ ਅਸਟੇਟ ਦੇਖੋ ਕਿੱਧਰੋਂ ਕਿੱਧਰ ਨੂੰ ਚਲੇ ਗਈ। ਪਿਛਲੇ ਸਾਲ ਅਗਸਤ, ਸਤੰਬਰ, ਅਕਤੂਬਰ ਦੇ ਵਿੱਚ ਸਟੇਸ਼ਨਾਂ ਦੀਆਂ ਗੱਲਾਂ ਹੋ ਰਹੀਆਂ ਸੀ ਕਿ ਕਿੱਥੇ ਕੀ ਬਣ ਰਿਹਾ, ਤੇ ਭਾਈਚਾਰੇ 'ਚ ਵੀ ਗੱਲਾਂ ਹੁੰਦੀਆਂ ਸੀ, ਫਲਾਣੀ ਜਗ੍ਹਾ ਆਹ ਬਣ ਜਾਣਾ, ਫਲਾਣੀ ਜਗ੍ਹਾ ਉਹ ਬਣ ਜਾਣਾ, ਫਲਾਣੀ ਜਗ੍ਹਾ, ਪਰ ਬਣਨਾ ਉਹ ਹੈ ਜੋ ਡਾਢੇ ਨੂੰ ਮਨਜ਼ੂਰ ਹੈ। ਕਈ ਵਾਰ ਅਸੀਂ ਬਾਹਰਲੀ ਜ਼ਿੰਦਗੀ ਵੇਖ ਕੇ ਵੈਲਨ ਵਿਸਲਸ ਕੱਪੜੇ ਤੇ 5,000 ਦਾ ਸੂਟ, ਕਫਲਿੰਕਸ ਤੇ ਬੋਲ ਤੇ ਟਾਈਆਂ ਸ਼ਾਈਆਂ ਤੇ 5-4 lakh ਦੀ ਕਾਰ, 2-door, 5-door ਆ ਤੇ ਬੋ, ਤੇ ਫਿਰ ਘੁੰਮ ਜਾਂਦੀ ਆ ਕਹਾਣੀ, ਚੱਕਾ ਜਦ ਪੁੱਠਾ ਘੁੰਮਦਾ, ਸਾਰੀਆਂ ਚੀਜ਼ਾਂ ਵਾਰਡਰੋਬ ਦੇ ਵਿੱਚ ਜਿਹੜੀਆਂ ਟੰਗੀਆਂ ਸ਼ਰਟਾਂ ਉੱਥੇ ਹੀ ਰਹਿ ਜਾਂਦੀਆਂ ਨੇ, ਪਾ ਨਹੀਂ ਹੁੰਦੀਆਂ ਫਿਰ, ਕਿਉਂਕਿ ਮਨ ਨਹੀਂ ਹੁੰਦਾ। ਜੇ ਪੈਸੇ ਨਾਲ ਸਾਰਾ ਕੁਝ, ਆਪਣੀ ਖੁਸ਼ੀ ਪੈਸੇ ਨਾਲ ਬੰਨ ਕੇ ਰੱਖੋਗੇ ਮਿੱਤਰੋ, ਇਹ ਖੁਸ਼ੀ ਫਿਰ ਸਦੀਵੀ ਨਹੀਂ ਹੈ, ਖੁਸ਼ੀ ਹੈ ਇੰਟਰਨਲ, ਅੰਦਰੋਂ ਜਿਹੜੇ ਫੁਆਰੇ ਨਿਕਲਣੇ। ਪੈਸਿਆਂ ਨੇ ਕੀ ਕਰ ਦੇਣਾ, ਡਾਲਰ ਕੀ ਕਰ ਦੇਣਗੇ? ਸੇ ਅੱਜ ਤੁਸੀਂ ਆਪਣੇ ਆਪ ਨੂੰ ਕੰਸਿਡਰ ਕਰੋ, ਹੁਣ ਤੁਸੀਂ ਟਿਮ ਹਾਲਟਨਸ ਤੇ ਖੜੇ ਹੋ, ਠੀਕ ਹੈ, ਕੌਫੀ ਆਰਡਰ ਕਰਤੀ $2 ਦੀ, ਤੇ ਜੇਬ ਦੇ ਵਿੱਚ ਤੁਹਾਡੇ ਕੋਲ $20 ਨੇ, ਤੁਹਾਡੇ $2 ਦੀ $20 ਜੇਬ ਚ ਨੇ ਤੇ $2 ਦੀ ਕੌਫੀ ਲੈ ਕੇ 18 ਜੇਬ ਚ ਨੇ,
ਦੂਜੇ ਬੰਨੇ ਇੱਕ ਲਾਈਨ 'ਚ ਉੱਥੇ ਹੀ ਸਟਾਰਬਕਸ ਤੇ ਕੋਈ ਬਿਲੀਅਨਰ ਖੜਾ ਜਿਹਦੇ ਕੋਲ ਬਿਲੀਅਨਸ $2 billion ਹੈ, ਉਹਨੇ ਵੀ ਕਾਫੀ ਆਰਡਰ ਕਰਤੀ, ਉਹਨੇ $5 ਦੀ ਦੇ ਦੇਣੀ ਹੈ। ਕਿੱਥੇ $2 arb ਤੇ ਕਿੱਥੇ $20, ਫਰਕ ਕੀ ਆ ਉਹਦੇ 'ਚ? ਉਹਦੇ ਕੋਲ 5 lakh ਦੀ ਗੱਡੀ ਆ, ਤੁਹਾਡੇ ਕੋਲ 5000 ਦੀ ਟੋਟਾ ਕਰੋਲਾ, ਹੋ ਫਰਕ ਕੀ ਹੈ? ਤੁਸੀਂ ਵੀ ਡੈਸਟੀਨੇਸ਼ਨ ਤੇ ਚਲੇ ਜਾਣਾ, 5 lakh ਵਾਲੀ ਨੇ ਵੀ ਡੈਸਟੀਨੇਸ਼ਨ ਤੇ ਚਲਣਾ, ਕੱਪੜੇ ਸਰੀਰ ਤੁਹਾਡਾ ਢੱਕਿਆ ਉਹਦਾ ਢੱਕਿਆ, ਪਰ ਜਿਹੜਾ ਤੁਹਾਨੂੰ ਖੇੜਾ ਨਾਲ ਦੇ ਬੈਠੇ ਦੇ ਪੱਟ ਤੇ ਧੱਫਾ ਮਾਰ ਕੇ ਜਿਹੜਾ ਤੁਸੀਂ ਹੱਸਣਾ, ਉਹਨੇ ਨਹੀਂ ਹੱਸਣਾ ਲਾਈਨ 'ਚ ਖੜਾ ਜਿਹੜਾ ਸੋਚ ਰਿਹਾ ਵੀ ਕਿੱਥੇ ਸਟਾਕ ਨੇ, ਕਿੱਥੇ ਰੀਅਲ ਇਸਟੇਟ ਹੈ, ਕੱਲ ਨੂੰ ਪੈਰਿਸ ਨੂੰ ਜਾਣਾ, ਪਰਸੋਂ ਪੈਰਿਸ ਤੋਂ ਫਿਰ ਬਾਰਸਲੋਨਾ ਜਾਣਾ, ਬਾਰਸਲੋਨਾ ਤੋਂ ਫਿਰ ਕਾਸਾ ਬਲਾਂਕਾ ਜਾਣਾ, ਫਿਰ ਸਟੁੱਟਗਾਰਟ ਜਾਣਾ, ਸਟੁੱਟਗਾਰਟ ਤੋਂ ਬਾਅਦ ਫਿਰ ਕਰੇਬੀਅਨ 'ਚ ਕਿੱਥੇ ਆਫਸ਼ੋਰ ਅਕਾਊਂਟ ਪੈਸੇ ਲੁਕਾਉਣੇ ਨੇ, ਉਹਦੇ ਬਾਅਦ ਮੁੜ ਕੇ ਆਉਣਾ ਤੇ ਫਿਰ ਇੱਧਰ ਨੂੰ ਜਾਣਾ, ਘਰ ਵਾਲੀ ਨੂੰ ਕਦ ਮਿਲੂੰਗਾ, ਜਵਾਕਾਂ ਨੂੰ ਕਦ ਮਿਲੂੰਗਾ, ਇਹੋ ਜਿਹਾ ਕੁਛ ਹੁੰਦਾ। ਕੋਈ ਨਹੀਂ ਫਾਇਦਾ ਖੁਸ਼ੀ, ਦੇਖੋ ਮੈਂ ਕਹਿਣਾ ਕਿ ਗੁਜ਼ਾਰੇ ਲਈ ਚਾਹੀਦਾ ਤੇ ਇਹਦੀ ਤਾਕਤ ਵੀ ਬਹੁਤ ਹੈ, ਪਰ ਇਨਸਾਨ ਦੀ ਤਾਕਤ ਸਾਹਮਣੇ ਡਾਲਰਾਂ ਦੀ ਤਾਕਤ ਨਹੀਂ ਹੈ। ਬਹੁਤ ਸਰੀ ਦੇ ਵਿੱਚ ਪੈਸੇ ਕਮਾਉਣ ਵਾਲੇ ਨਾ ਗੱਲਾਂ ਅੱਜ ਕੱਲ੍ਹ ਬਹੁਤ ਮਾਰਦੇ ਨੇ, ਆਹ ਕਰ ਦਿਆਂਗੇ, 2 lakh ਲਾ ਦਿਆਂਗੇ, 4 ਲਾ ਦਿਆਂਗੇ, ਅੱਧਾ ਮਿਲੀਅਨ ਲਾ ਦਿਆਂਗੇ। ਜਿਹੜਾ ਹਰਾਮ ਦੀ ਕਮਾਈ ਹੁੰਦੀ ਆ ਨਾ, ਹਰਾਮ ਦੇ ਪਾਸੇ ਨੂੰ ਜਾਂਦੀ ਹੈ। ਹੱਕ ਵਾਲਾ ਬੰਦਾ $2 ਵੀ ਲਾਉਣੋਂ ਨਹੀਂ ਕਹਿੰਦਾ, ਉਹ ਕਹਿੰਦਾ ਨਾ ਮੈਂ ਨਹੀਂ ਲਾਉਣਾ, ਮੈਂ ਕੀ ਲਾਉਣਾ, ਮੈਂ ਕਿਸੇ ਦੀ ਕੀ ਤੰਗ ਭੰਨਣੀ ਆ, ਮੈਨੂੰ ਕੋਈ ਕੀ ਕਹਿੰਦਾ। ਸੋ ਜਦ ਕਾਲਜੇ ਸੱਲ ਪੈਂਦੇ ਨਾ ਲੋਕਾਂ ਦੇ, ਉਹਨਾਂ ਦੇ ਮੈਂ ਗੱਲਾਂ ਕਰਦਾ, ਜਿਹਨੇ ਜਿਹੜਾ ਜਿਹਨੇ ਰਾਹ ਹੀ ਨਹੀਂ ਜਾਣਾ ਹੈ ਉਹਨੂੰ ਕੀ ਡਰ ਹੈ, ਉਹ ਕਹਿੰਦਾ ਸਵਾਲ ਆ ਰਿਹਾ, ਗੱਲਾਂ ਕਰ ਰਿਹਾ ਬਾਈ, ਸੁਣ ਰਹੇ ਹਾਂ ਅਸੀਂ ਬਸ, ਤੇ ਜਿਹਦੇ ਚੁੰਡੀਆਂ ਵੱਢ ਹੁੰਦੀਆਂ ਉਹ ਦੁਖੀ ਹੋ ਜਾਂਦਾ। ਫਿਰ ਇਹਦੀ ਗੱਲ ਇਹੀ ਹੈ ਵੀ ਧਲਿਆਰਾ ਲਾ ਦਿਓ, ਸਿੱਧੇ ਹੋ ਕੇ ਕੰਮ ਕਰੋ, ਤੁਸੀਂ ਵੀ ਦੂਜਿਆਂ ਦੀ ਲਾਈਨ 'ਚ ਆ ਜਾਂਗੇ, ਮੈਂ ਵੀ ਤੁਹਾਡੇ ਨਾਲ ਆ, ਮੈਂ ਕੁਛ ਕਹਿ ਕੇ ਕੁਛ ਤੇ ਕਰਾਂ ਕੁਛ, ਮੇਰੇ ਵੀ ਕਿਤੇ ਚੀਜ਼ ਨਾਲ ਨਾਲੇ ਪੈਣੀ ਆ। ਵੀ ਹਰਜੀਤ ਸਿੰਘ ਤੂੰ ਝੂਠ ਬੋਲ ਰਿਹਾ, ਹੁਣ ਬਿਲਕੁਲ ਕੁਫਰ ਤੋਲ ਰਿਹਾ, ਜੇ ਮੈਂ ਐ ਹੂੰ ਵੀ ਮੈਂ ਠੀਕ ਬੋਲ ਰਿਹਾ ਤੇ ਗੱਲ ਉਹੀ ਕਰ ਰਿਹਾ ਜਿਹੜੀ ਰੱਬ ਲੱਗਦੀ ਆ, ਦਿਲ ਲੱਗਦੀ ਆ, ਫਿਰ ਮੈਂ ਆਰਾਮ ਨਾਲ ਘਰਾੜੇ ਮਾਰੂ ਰਾਤ ਨੂੰ, ਸਿਰਾਣੇ ਬਾਂਹ ਦੇ ਕੇ, ਨਹੀਂ ਅੱਧੀ ਰਾਤ ਨੂੰ ਐਸਿਡ ਫਲੈਕਸ ਦੀਆਂ ਗੋਲੀਆਂ ਖਾਊ ਉੱਠ ਕੇ, ਗੱਲ ਨੂੰ ਚੜ ਜਾਂਦਾ ਫਿਰ ਪਾਣੀ ਨਹੀਂ ਪੀ ਹੁੰਦਾ। ਵਧੀਆ ਦਵਾਈ ਦੀ ਵੀ ਗੱਲ ਕਰਦੇ ਹਾਂ ਤੇ ਸਿਹਤ ਦੀ ਵੀ ਗੱਲ ਕਰਦੇ ਹਾਂ ਤੇ ਵਾਲਾਂ ਨੂੰ ਤੁਹਾਡਿਆਂ ਨੂੰ ਵਧੀਆ ਬਣਾਉਣ ਦੀ ਵੀ ਗੱਲ ਕਰਦੇ ਹਾਂ। ਨਰੇਸ਼ ਸ਼ੁਕਲਾ ਜੀ ਨੇ ਮੇਰੇ ਨਾਲ ਹੁਣ ਮਦਰ ਇੰਡੀਆ ਤੋਂ, ਹਸਮੁਖ ਸੁਭਾਅ, ਹਰ ਵਕਤ ਖਿੜ ਕੇ ਗੱਲ ਕਰਦੇ ਆ, ਖੁਸ਼ ਰਹਿੰਦੇ ਆ, ਹੱਸਦੇ ਆ, ਖੇਡਦੇ ਆ, ਮਹਿਕਾਂ ਆਉਂਦੀਆਂ ਦੁਕਾਨ ਤੇ ਜਾ ਕੇ ਦੇਖਿਓ। ਸ਼ੁਕਲਾ ਜੀ ਸਵਾਗਤ, ਸਤਿ ਸ੍ਰੀ ਅਕਾਲ ਜੀ ਭਾਜੀ, ਤੁਹਾਨੂੰ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਮਿਹਰਬਾਨ, ਸਤਿ ਸ੍ਰੀ ਅਕਾਲ ਜੀ। ਅੱਜ ਮੁਸ਼ਕਣ ਬੂਟੀ ਕਿਹੜੀ ਲਾਈ ਹੋਈ ਐ ਦੱਸੋ, ਕੰਨ ਕੋਲ ਲਾਉਂਦੇ ਹੋ ਤੁਸੀਂ ਥੋੜੀ ਜੀ, ਕਿਹੜੀ ਲਾਈ ਆ ਅੱਜ? ਅੱਜ ਮੈਂ ਸਾਡੇ ਕੋਲ ਚੰਦਨ, ਲੈਵੈਂਡਰ, ਰੋਜ਼ ਸਾਰੇ ਪਰਫਿਊਮ ਹੈਗੇ ਆ ਸਾਰੇ, ਬਸ ਥੋੜਾ ਜਿਹਾ ਲਾਉਣਾ ਪੈਂਦਾ ਹੈਗਾ, ਉਹ ਸਾਰਾ ਦਿਨ ਤੁਸੀਂ ਸ਼ਰਟ ਨੂੰ ਵੀ ਲਾ ਸਕਦੇ ਆ, ਸਕਿਨ ਵੀ ਲਾ ਸਕਦੇ ਆ, ਬਹੁਤ ਅੱਛੀ ਸਮੈਲ ਆਉਂਦੀ ਹੈਗੀ ਆ, ਇਹ ਚ ਕੈਮੀਕਲ ਤਾਂ ਹੈ ਕੋਈ ਨੀ, ਤੁਸੀਂ ਜਦੋਂ ਇੱਕ ਵਾਰੀ ਲਾ ਲੈਂਦੇ ਤੇ ਕਿਵੇਂ 4-5 ਦਿਨ ਤੁਹਾਡੇ ਕੋਲ ਅੱਛੀ ਆ, ਯੂ ਨੋ ਪਰਫਿਊਮ ਗੁੱਡ ਲੱਗਦਾ ਹੈਗਾ ਜਦ ਤੁਸੀਂ ਕਿਸੇ ਕੋਲ ਜਾਂਦੇ ਆ, ਜਾਂ ਤੁਸੀਂ ਤੁਹਾਡੇ ਕੋਲ ਆਉਂਦਾ ਹੈਗਾ ਤਾਂ ਇਟਸ ਫੀਲਸ ਗੁੱਡ। ਸ਼ੁਕਲਾ ਜੀ ਤੁਸੀਂ ਖੁਸ਼ ਬਹੁਤ ਰਹਿੰਦੇ ਹੋ ਹਰ ਵਕਤ, ਉਹਦਾ ਕੀ ਕਾਰਨ ਹੈ? ਖੁਸ਼ ਰਹਿਣਾ ਚਾਹੀਦਾ ਹੈਗਾ, ਖੁਸ਼ ਰਹਿਣਾ, ਯੂ ਨੋ ਯੂ ਲਿਵ ਲੋਂਗਰ, ਪਲੱਸ ਜਦੋਂ ਤੁਸੀਂ ਇੱਦਾਂ ਦੇ ਕੋਈ ਕਰਮ ਨਹੀਂ ਕਰਦੇ ਹੈਗੇ ਜਿਹੜਾ ਕਿ ਤੁਹਾਨੂੰ ਪਰੇਸ਼ਾਨੀ ਕਰਦਾ ਹੋਵੇ, ਫਿਰ ਤੁਸੀਂ ਹਮੇਸ਼ਾ ਨੈਚੁਰਲੀ ਖੁਸ਼ ਰਹੋਗੇ। ਅੱਛਾ ਜੀ, ਬੋਟਲ ਦੀ ਗੱਲ ਕਰੀਏ, ਹੁਣ ਤੁਹਾਡੀ ਬੋਟਲ ਦੀ ਗੱਲ ਮੈਂ ਕਰਨੀ ਚਾਹੁੰਦਾ ਕਿਉਂਕਿ ਤੁਸੀਂ ਉਹ ਤੇ ਇਨਵੈਸਟ ਕੀਤਾ, ਉਹਨੂੰ ਬਣਵਾਇਆ ਸਪੈਸ਼ਲ, ਬੋਟਲ ਦੀ ਜਿਹੜੀ ਜਦ ਬਣਾਈ ਉਹਦੇ ਵਿੱਚ ਜਿਹੜਾ ਮਟੀਰੀਅਲ ਪਾਇਆ ਹੋਇਆ ਉਹ ਅਲੱਗ ਅਲੱਗ ਖਾਨਿਆਂ ਚ ਰਲਿਆ ਹੀ ਹੋਇਆ, ਕਿਸ ਤਰ੍ਹਾਂ ਬਣਾਇਆ ਉਹ, ਕਿਸ ਤਰ੍ਹਾਂ ਮਿਕਸ ਕਰਕੇ? ਸ਼ੈਂਪੂ ਵਾਂਗੂ ਤੁਸੀਂ ਕਹਿ ਰਹੇ ਹੋ ਲਾ ਲਓ, ਹੱਥਾਂ ਨੂੰ ਨੀ ਚੜਦਾ ਉਹ, ਚਿਬੜੀ ਨੂੰ ਨੀ ਚੜਦਾ, ਤੇ ਉਹਨੂੰ ਫਿਰ ਦਾ ਮਤਲਬ ਇਹ ਆ ਵੀ ਤੁਸੀਂ ਆਪਣੇ ਸ਼ਾਵਰ ਲੈਣ ਵੇਲੇ ਅੰਦਰ ਜਿੱਥੇ ਤੁਹਾਡਾ ਸ਼ੈਂਪੂ ਦੂਜਾ ਉੱਥੇ ਹੀ ਰੱਖਿਆ ਜਾਵੇ, ਪੰਜਾਬੀਆਂ ਦਾ ਸ਼ੈਂਪੂ, ਅਸੀਂ ਸ਼ੈਂਪੂ ਕਹਿੰਦੇ ਹੁੰਦੇ। ਹਾਂਜੀ ਬਿਲਕੁਲ, ਅੱਜ ਤੋਂ 3 ਸਾਲ ਪਹਿਲਾਂ ਅਸੀਂ ਇੰਟਰੋਡਿਊਸ ਕੀਤਾ ਸੀਗਾ, ਪੈਕਟਾਂ ਦੇ ਵਿੱਚ ਪੈਕਟ ਲਿਆਓ, ਉਹਨੂੰ ਖੋਲੋ, ਉਹਨੂੰ ਕਾਲਜ ਪਾਓ, ਫਿਰ ਉਹਨੂੰ ਮਿਕਸ ਕਰਕੇ ਤੁਸੀਂ ਲਾਉਂਦੇ ਸੀਗੇ ਤਾਂ ਕਈ ਭੈਣ ਭਰਾ ਕੰਪਲੇਂਟ ਕਰਦੇ ਸੀਗੇ ਸਾਡਾ ਅੱਧਾ ਪੈਕਟ ਯੂਜ਼ ਹੋਇਆ, ਸਾਡਾ ਅੱਧਾ ਪੈਕਟ ਵੇਸਟ ਹੋ ਜਾਂਦਾ ਸੀਗਾ, ਵਿਚ ਇਜ਼ ਟਰੂ, ਕਾਫ਼ੀ ਉਹ 'ਚ ਵੇਸਟ ਹੁੰਦੀ ਸੀਗੀ, ਤਾਂ ਉਸ ਤੋਂ ਬਾਅਦ ਫਿਰ ਅਸੀਂ ਕਾਫ਼ੀ ਵਰਕ ਕੀਤਾ ਇਸ ਉੱਤੇ, ਹੁਣ ਇੱਕ ਅਸੀਂ ਬੋਟਲ ਤਿਆਰ ਕਰ ਦਿੱਤੀ ਆ, ਤੁਸੀਂ ਬੋਟਲ ਦੇ ਵਿੱਚ ਕੋਈ ਮਿਕਸ ਨਹੀਂ ਕਰਨਾ, ਕੋਈ ਇਹਨੂੰ ਸ਼ੇਕ ਨਹੀਂ ਕਰਨਾ ਹੈਗਾ,
ਹੈਗਾ ਤਕਰੀਬਨ ਇਹਦੇ ਵਿੱਚ 6-7 ਡੱਬੇ ਅਸੀਂ ਪਾਇਓ ਹੈਗੇ ਆ। ਇੱਕ ਬੋਟਲ ਲੈ ਜਾਓ, ਬਸ ਬਾਥਰੂਮ ਚ ਰੱਖੋ, ਜਦੋਂ ਲੋੜ ਹੁੰਦੀ ਤੁਹਾਨੂੰ ਇੱਕ ਚਮਚ, ਤੁਸੀਂ ਦੋ ਚਮਚ, ਜਦੋਂ ਜਿੰਨੀ ਲੋੜ ਹੈਗੀ ਆ। ਜੇ ਸ਼ੈਂਪੂ ਜਿੱਦਾਂ ਤੁਸੀਂ ਸ਼ੈਂਪੂ ਲਾਉਂਦੇ ਉੱਦਾਂ ਹੀ ਲਾਉਣਾ ਹੈਗਾ, ਤਾਂ ਤੁਸੀਂ ਉਹਨੂੰ ਯੂਜ਼ ਕਰੋ, 6 ਮਿੰਟਾਂ ਬਾਅਦ ਵਾਲ ਧੋ ਦਿਓ, ਤੁਹਾਨੂੰ ਕੋਈ ਕੰਪਲੇਂਟ ਨਹੀਂ ਆਊਗੀ। ਹੁਣ ਉਹ ਚੱਕਰ ਗਿਆ ਕਿ ਤੁਸੀਂ ਪੈਕਟਾਂ ਵਾਲਾ ਆ ਕੇ ਪੈਕਟ ਲਿਆਓ ਅਤੇ ਖੋਲ੍ਹੋ ਅਤੇ ਕਰੋ, ਉਹ ਸਾਰਾ ਕੁਛ ਇਸ ਹਿਸਟਰੀ ਨਾਲ। ਟੈਕਨੋਲੋਜੀ ਚੇਂਜ ਐਵਰੀ ਡੇ। ਤੁਸੀਂ ਉਹ ਬੋਟਲ ਜ਼ਰੂਰ ਲੈ ਕੇ ਜਾਓ, ਆਪਣੇ ਘਰ ਵਿੱਚ ਰੱਖੋ, ਬਾਥਰੂਮ ਜਦੋਂ ਲੋੜ ਹੈਗੀ ਆ ਬਸ ਗਲਾਵ ਪਾਓ, ਥੋੜ੍ਹਾ ਜਿਹਾ ਜਿੰਨਾ ਯੂਜ਼ ਕਰਨਾ ਤੁਸੀਂ ਯੂਜ਼ ਕਰ ਲਓ। ਇਹਦੇ ਵਿੱਚ ਜਿਹੜਾ ਪ੍ਰੋਡਕਟ ਵੀ ਪਾਇਆ ਹੈਗਾ, ਇਹ ਬਿਲਕੁਲ ਮਿਕਸ ਕੀਤਾ, ਤੁਸੀਂ ਕੁਛ ਨਹੀਂ ਕਰਨਾ, ਨਾ ਸ਼ੇਕ ਕਰਨਾ, ਉਹਦੇ ਵਿੱਚ ਆਲਰੇਡੀ ਮਿਕਸ ਹੈਗਾ। ਜਿੱਦਾਂ ਤੁਸੀਂ ਸ਼ੈਂਪੂ ਦੱਸਿਆ ਵੀ ਸ਼ੈਂਪੂ ਦੇ ਵਾਂਗੂ ਹੀ ਹੈ, ਜਿੰਨੀ ਲੋੜ ਆ ਉਨਾ ਯੂਜ਼ ਕਰੋ। ਔਰ ਤੁਸੀਂ ਬੜਾ ਹੈਂਡੀ ਹੈਗਾ, ਬਸ ਬਾਥਰੂਮ ਚ ਰੱਖੋ, ਟੱਬ ਚ ਗਏ, ਦੇਖਿਆ ਥੋੜੀ ਬਹੁਤੀ ਲੋੜ ਆ, ਜਿੰਨੀ ਲੋੜ ਆ ਤੁਸੀਂ ਉਨਾ ਯੂਜ਼ ਕਰ ਸਕਦੇ ਹੈਗੇ ਆ। ਇਹ ਬੋਟਲ ਤੁਹਾਨੂੰ ਸਿਰਫ ਮਦਰ ਇੰਡੀਆ ਸਟੋਰ ਮੇਨ ਤੇ 50 ਤੇ ਹੈਗੀ ਆ, ਤੁਸੀਂ ਉੱਥੋਂ ਲਿਜਾ ਸਕਦੇ ਹੈਗੇ ਆ। ਅੱਛਾ ਜੀ, ਇਹ ਜਿਹੜਾ ਮਟੀਰੀਅਲ ਹੁਣ ਲੇਟਲੀ ਤੁਸੀਂ ਬਣਵਾਇਆ ਸੀ, ਉਹੀ ਇਸ ਨੂੰ ਬੋਟਲ ਦੇ ਵਿੱਚ ਮਤਲਬ ਤੁਸੀਂ ਪਵਾ ਦਿੱਤਾ ਤੇ ਕੱਟ ਵੱਢ ਕੋਈ ਕਰਨ ਦੀ ਨਹੀਂ ਲੋੜ, ਤੁਹਾਨੂੰ ਮਿਕਸ ਕਰਨ ਦੀ ਨਹੀਂ ਲੋੜ, ਮਿਕਸਡ ਆ ਇਹ। ਤੇ ਬੋਟਲ ਦੇ ਵਿੱਚ ਕਿੰਨਾ ਮਟੀਰੀਅਲ ਆ ਜੀ? ਇਹਦੇ ਵਿੱਚ ਅਪਰੋਕਸੀਮੇਟਲੀ ਤੁਸੀਂ 400 ml ਆ, 400 ml ਤੁਸੀਂ ਵੀਕ ਚ ਜਾਂ ਤੁਸੀਂ ਮਹੀਨੇ ਚ 3 ਵਾਰੀ ਵੀ ਯੂਜ਼ ਕਰੋ, ਤਕਰੀਬਨ ਤੁਹਾਡੇ 6-7 ਮਹੀਨੇ ਆਰਾਮ ਨਾਲ ਨਿਕਲ ਜਾਂਦੇ ਹੈਗੇ ਆ। ਜਿਹੜਾ ਪਹਿਲਾ ਪ੍ਰੋਡਕਟ ਮੈਂ ਬਣਾਇਆ ਸੀ ਤੇ ਉਹਦੇ ਵਿੱਚ ਜਦੋਂ ਤੁਸੀਂ ਕੋਈ ਵੀ ਚੀਜ਼ ਨਵੀਂ ਬਣਾਉਂਦੇ ਆ ਤਾਂ ਤੁਹਾਨੂੰ ਥੋੜੀ ਬਹੁਤੀਆਂ ਉਹ ਚ ਚੀਜ਼ਾਂ ਰਹਿ ਜਾਂਦੀਆਂ ਹੈਗੀਆਂ, ਫਿਰ ਤੁਸੀਂ ਲਰਨ ਕਰਦੇ ਹੈਗੇ ਆ। ਹੁਣ ਜਿਹੜਾ ਅਸੀਂ ਨਵਾਂ ਪੈਕੇਜ ਬਣਾਇਆ ਹੈਗਾ, ਇਹ ਨਾ ਤਾਂ ਤੁਹਾਡੇ ਵਾਲਾਂ ਨੂੰ ਡਰਾਈ ਕਰਦਾ ਹੈਗਾ, ਨਾ ਹੀ ਤੁਹਾਡੀ ਸਕਿਨ ਨੂੰ ਟੱਚ ਕਰਦਾ ਹੈਗਾ। ਉਹਦਾ ਪਹਿਲਾ ਬੋਕਸ ਹੈਗਾ, ਉਹ ਤਕਰੀਬਨ 8 ਜਾਂ 10 ਜਾਂ 12 ਦਿਨ ਮਗਰ ਤੁਹਾਨੂੰ ਲਾਉਣ ਦੀ ਲੋੜ ਪੈਂਦੀ ਸੀਗੀ। ਇਹ ਜਿਹੜਾ ਅਸੀਂ ਬੋਟਲ 'ਚ ਪਾਇਆ ਹੈਗਾ, ਤਕਰੀਬਨ ਤੁਹਾਡੇ ਵਾਲਾਂ ਨੂੰ 18-20 ਦਿਨ ਆਰਾਮ ਨਾਲ ਨਿਕਲ ਜਾਂਦਾ ਹੈਗਾ। ਦਾੜੀ ਵਿੱਚ 10-12 ਦਿਨ ਮਗਰੋਂ ਤੁਹਾਨੂੰ ਲਾਉਣਾ ਪੈਂਦਾ ਕਿਉਂਕਿ ਗਰੋਥ ਆ ਜਾਂਦੀ ਹੈਗੀ ਆ, ਪਰ ਲੇਕਿਨ ਵਾਲਾਂ ਦੇ ਵਿੱਚ ਤਕਰੀਬਨ 20 ਦਿਨ ਪਲੱਸ ਇਹ ਨਿਕਲ ਜਾਂਦਾ। ਜਿਹੜਾ ਪਹਿਲਾ ਪ੍ਰੋਡਕਟ ਸੀਗਾ ਸਾਡਾ, ਉਹ ਤਕਰੀਬਨ ਵਾਲਾਂ ਨੂੰ ਡਰਾਈ ਵੀ ਕਰਦਾ ਸੀ, ਸਕਿਨ ਵੀ ਥੋੜ੍ਹਾ ਬਹੁਤ ਟੱਚ, ਕਾਫੀ ਭੈਣ ਭਰਾ ਕੰਪਲੇਂਟ ਕਰਦੇ ਸੀਗੇ। ਇਹ ਨਵੇਂ ਪ੍ਰੋਡਕਟ ਦੇ ਵਿੱਚ ਤੁਹਾਨੂੰ ਕੋਈ ਵੀ ਸ਼ਿਕਾਇਤ ਨਹੀਂ ਆਏਗੀ। ਅੱਛਾ ਜੀ, ਇਸ ਤੋਂ ਅੱਗੇ ਸਿਹਤ ਦੀ ਮੈਂ ਗੱਲ ਕਰ ਰਿਹਾ ਸਾਂ, ਸਿਹਤ ਲਈ ਜਿਹੜੀਆਂ ਆਯੁਰਵੇਦ ਦੀਆਂ ਹਰਬਲ ਕੁਛ ਪ੍ਰੋਡਕਟ ਨੇ ਮਦਰ ਇੰਡੀਆ ਵੇਚਦਾ, ਉਹ ਜਿਹੜੇ ਅਪਰੂਵ ਨੇ ਕੈਨੇਡਾ ਦੇ ਵਿੱਚ, ਉਹ ਕਿਹੜੇ ਕਿਹੜੇ ਨੇ? ਜਿਹੜੀਆਂ ਸਾਡੇ ਕੋਲ ਜਿੰਨੇ ਵੀ ਹਰਬਲ ਪ੍ਰੋਡਕਟਸ ਹੈਗੇ ਆ, ਚਾਹੇ ਉਹ ਪਾਊਡਰ ਦੇ ਵਿੱਚ ਚਾਹੇ ਉਹ ਕੈਪਸੂਲ ਦੇ ਵਿੱਚ ਵੀ ਹੈਗੇ ਆ, ਬਲੱਡ ਪ੍ਰੈਸ਼ਰ, ਸ਼ੂਗਰ, ਡਾਇਬਿਟੀ ਵਾਸਤੇ ਨੀਮ ਕੈਪਸੂਲ, ਅਸ਼ਵਗੰਧਾ, ਆਮਲਾ ਤੁਸੀਂ ਲੈ ਲਓ, ਤੁਸੀਂ ਮੇਥੀ ਪਾਊਡਰ ਲੈ ਲਓ, ਜਿੰਨੇ ਵੀ ਪ੍ਰੋਡਕਟਸ ਹੈਗੇ ਆ ਸਾਰੇ ਇਹ ਅਪਰੂਵ ਬਾਏ ਦੀ ਗਵਰਨਮੈਂਟ ਆਫ ਕੈਨੇਡਾ ਹੈਗਾ, ਕੋਈ ਵੀ ਤੁਹਾਨੂੰ ਸ਼ਿਕਾਇਤ ਨਹੀਂ ਆਏਗੀ। ਜਾਂ ਤੁਸੀਂ ਆਉਂਦੇ ਹੈਗੇ, ਮੇਕ ਸ਼ੋਰ ਤੁਸੀਂ ਪਹਿਲਾਂ ਦੱਸ ਦਿਓ ਵੀ ਤੁਹਾਨੂੰ ਕੀ ਪ੍ਰੋਬਲਮ ਹੈਗੀ ਆ, ਤੁਹਾਨੂੰ ਅਸੀਂ ਗਾਈਡ ਵੀ ਕਰਦੇ ਹਾਂ ਕਿ ਤੁਹਾਨੂੰ ਜਿੱਦਾਂ ਸਪੋਜ਼ ਮੰਨ ਲਓ ਜਿਹੜਾ ਹੈਗਾ ਖੂਨ ਸਾਫ਼ ਕਰਨ ਵਾਸਤੇ, ਤੁਹਾਡਾ ਬਲੱਡ ਕਲੀਨ ਕਰਦਾ ਹੈਗਾ, ਤੁਹਾਨੂੰ ਕੋਲੈਸਟ੍ਰੋਲ ਵਾਸਤੇ ਵੀ ਅੱਛਾ, ਉਹਦੇ ਵਾਸਤੇ ਮੇਥੀ ਪਾਊਡਰ ਹੈਗਾ ਤੁਹਾਨੂੰ ਦੱਸ ਦਿੰਦੇ ਹਾਂ, ਇਹਨੂੰ ਕਿੱਦਾਂ ਯੂਜ਼ ਕਰਨੀ ਉਹ ਵੀ ਦੱਸ ਦਿੰਦੇ ਹਾਂ ਵੀ ਤੁਸੀਂ ਇੱਕ ਬਸ 1/2 ਟੀਸਪੂਨ ਤੁਸੀਂ ਕਿਸੇ ਵੀ ਟਾਈਮ ਕੋਸੇ ਪਾਣੀ 'ਚ ਲਾਓ, ਉਹਨੂੰ ਤੁਸੀਂ ਲੈ ਸਕਦੇ ਹਾਂ, ਜਾਂ ਪਾਣੀ ਵਿੱਚ ਮਿਕਸ ਕਰਕੇ ਵੀ ਲੈ ਸਕਦੇ ਹਾਂ। ਹਲਦੀ ਦਾ ਪਾਊਡਰ ਹੈਗਾ, ਤੁਸੀਂ ਰਾਤ ਨੂੰ ਦੁੱਧ 'ਚ ਪਾ ਕੇ 1/2 ਟੀਸਪੂਨ ਵੀ ਲੈ ਸਕਦੇ ਹਾਂ, ਜਾਂ ਤੁਸੀਂ ਉੱਦਾਂ 1/2 ਟੀਸਪੂਨ ਲੈ ਕੇ ਤੁਸੀਂ ਦੁੱਧ ਪੀ ਸਕਦੇ ਹਾਂ। ਹਰ ਚੀਜ਼ ਦੇ ਨਾਲ ਤੁਹਾਨੂੰ ਅਸੀਂ ਨਾਲ ਗਾਈਡ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਡਕਟ ਕਿੱਦਾਂ ਯੂਜ਼ ਕਰਨਾ ਹੈਗਾ। ਕਈ ਭੈਣ ਭਰਾ ਲੈ ਜਾਂਦੇ ਹੈਗੇ ਆ, ਮੈਂ ਹਮੇਸ਼ਾ ਕਹਿੰਦਾ ਤੁਸੀਂ ਅਗਰ ਪ੍ਰੋਡਕਟਸ ਨੂੰ ਯੂਜ਼ ਕਰਨਾ ਤਾਂ ਪਲੀਜ਼ ਉਹਨੂੰ ਪ੍ਰੋਪਰ ਯੂਜ਼, ਜਿੰਨਾ ਦਿਨ ਵਾਸਤੇ ਯੂਜ਼ ਕਿਹਾ ਤੁਹਾਨੂੰ ਉਨਾ ਯੂਜ਼ ਕਰੋ। ਕਈ ਵਾਰੀ 2-4 ਦਿਨ ਮਗਰੋਂ ਹੀ ਤੁਸੀਂ ਸਟੋਪ ਕਰ ਦਿੰਦੇ ਹਾਂ, ਉਹਦਾ ਕੋਈ ਫਾਇਦਾ ਨਹੀਂ ਹੈ। ਮੈਂ ਹਮੇਸ਼ਾ ਕਹਿੰਦਾ ਤੁਸੀਂ ਫਿਰ ਨਾ ਸਟਾਰਟ ਕਰੋ, ਸਾਡੇ ਜਿੰਨੇ ਪ੍ਰੋਡਕਟਸ ਹੈਗੇ ਮੰਨ ਲਓ ਤੁਹਾਨੂੰ ਕੋਈ ਫਾਇਦਾ ਨਹੀਂ ਹੋਇਆ, ਲੇਕਿਨ ਇੰਨਾ ਜ਼ਰੂਰ ਹੈ ਤੁਹਾਨੂੰ ਕੋਈ ਵੀ ਇਹਦਾ ਸਾਈਡ ਇਫੈਕਟ ਨਹੀਂ ਹੋਏਗਾ। ਅੱਛਾ ਜੀ, ਨਾਲ ਫਿਰ ਜਿਹੜੇ ਹੋਰ ਹੇਅਰ ਪ੍ਰੋਡਕਟ ਹੋ ਗਏ, ਅੱਛਾ ਹੁਣ ਸਕਿਨ ਵਾਲਾ ਦੱਸੋ, ਜਿਵੇਂ ਤੁਸੀਂ ਚਮਕਦੇ ਹੋ ਬਾਕੀ ਕਿਵੇਂ ਚਮਕ ਸਕਦੇ ਆ? ਹਾਂਜੀ, ਉਹਦੇ ਵਾਸਤੇ ਤੁਸੀਂ ਚਾਰਕੋਲ, ਜਿਹੜਾ ਸਾਡਾ ਫੇਸ ਵਾਸ਼ ਹੈਗਾ, ਚਾਰਕੋਲ ਫੇਸ ਵਾਸ਼, ਜਿਹੜੀਆਂ ਬਲੈਕ ਚਿਹਰੇ ਉੱਤੇ ਛਾਈਆਂ ਆ ਜਾਂਦੀਆਂ, ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਇਹ ਕਿਉਂਕਿ ਇਸ ਨੌਰਥ ਅਮਰੀਕਾ ਦੇ ਆਪਾਂ ਰਹਿੰਦੇ ਹੈਗੇ ਹਾਂ, ਸਟ੍ਰੈਸ ਬਹੁਤ ਆ, ਨੀਂਦ ਦੀ ਘੱਟ ਵੱਧ ਆਉਂਦੀ ਹੈਗੀ ਆ, ਲੇਕਿਨ ਆਇਰਨ ਦੀ ਕਮੀ ਹੁੰਦੀ ਆ, ਅਸੀਂ ਚੈੱਕ ਨਹੀਂ ਕਰਦੇ ਉਹਨਾਂ ਵਾਸਤੇ। ਤੁਸੀਂ ਬਸ 40 ਈਅਰ ਪਲੱਸ ਹੋਣ ਤੋਂ ਬਾਅਦ ਤੁਸੀਂ ਚਾਰਕੋਲ, ਮੈਂ ਤਾਂ ਹਮੇਸ਼ਾ ਕਹਿੰਦਾ ਤੁਸੀਂ ਚਾਰਕੋਲ ਸੋਪ ਜਾਂ ਸ਼ੈਂਪੂ ਜਿਹੜਾ ਹੈਗਾ ਸਾਡੇ ਕੋਲ ਫੇਸ ਵਾਸ਼ ਯੂਜ਼ ਕਰੋ, ਸਵੇਰੇ ਸ਼ਾਮ ਤੁਹਾਡੇ ਕਾਲੀਆਂ ਜਿਹੜੀਆਂ ਮਾਰਕਸ ਆਉਂਦੀਆਂ ਉਹ ਵੀ ਨਿਕਲ ਜਾਂਦਾ ਹੈਗਾ, ਗਲੋ ਵੀ ਕਰਦਾ ਹੈਗਾ। ਔਰ ਉਸ ਤੋਂ ਬਾਅਦ ਤੁਸੀਂ ਅਗਰ ਫੇਅਰਨੈਸ ਕਰੀਮ ਉਸ ਤੋਂ ਬਾਅਦ ਲਾਓ ਤਾਂ ਉਹਦੇ ਨਾਲ ਤੁਹਾਡਾ ਰੰਗ, ਕਈ ਭੈਣ ਭਰਾਵਾਂ ਦਾ ਰੰਗ ਸਾਂਵਲਾ ਹੁੰਦਾ, ਉਹ ਗੋਰਾ ਹੋਣਾ ਮੰਗਦੇ ਆ, ਉਹਨਾਂ ਵਾਸਤੇ ਫੇਅਰਨੈਸ ਕਰੀਮ ਹੈਗੀ ਆ ਉਹ ਯੂਜ਼ ਕਰੋ।
ਸਵੇਰੇ ਸ਼ਾਮ ਜਾਂ ਇੱਕ ਵਾਰੀ ਤੁਸੀਂ ਯੂਜ਼ ਕਰ ਸਕਦੇ ਹੋ, ਬਹੁਤ ਅੱਛਾ ਰਿਸਪੋਂਸ ਹੈਗਾ। ਤੁਸੀਂ ਇਹਨੂੰ ਰੈਗੂਲਰ 30 ਡੇਜ਼ ਹੀ ਯੂਜ਼ ਕਰੋ ਔਰ ਤੁਹਾਨੂੰ ਖੁਦ ਫੀਲ ਕਰੇਗਾ, ਤੁਹਾਡਾ ਜਿਹੜਾ ਚਿਹਰਾ ਇੱਕਦਮ ਫਰੈਸ਼, ਤੁਸੀਂ ਗਲੋ, ਤੁਹਾਨੂੰ ਅੱਛਾ ਲੱਗੇਗਾ। ਅੱਛਾ ਜੀ, ਤੇ ਇਹਦੇ ਨਾਲ ਹੀ ਸ਼ੁਕਲਾ ਜੀ, ਇੱਕ ਧੂਫ ਤੇ ਅਗਰਬੱਤੀ, ਇੱਕ ਇਹ ਤੁਹਾਡਾ ਪ੍ਰੋਡਕਟ ਸਭ ਤੋਂ ਵਧੀਆ ਜੀ, ਜਿਸ ਨੂੰ ਲੋਕ ਬਹੁਤ ਪਸੰਦ ਕਰਦੇ। ਹਾਂਜੀ ਬਿਲਕੁਲ, ਸਾਡਾ ਵਾਲਾ ਮਦਰ ਇੰਡੀਆ ਅਗਰਬੱਤੀ ਜਿਹੜੀ ਕਿ ਅਸੀਂ ਤਕਰੀਬਨ ਅੱਜ ਤੋਂ 27-28 ਸਾਲ ਪਹਿਲਾਂ ਇੰਟਰਡਿਊਸ ਕੀਤੀ ਸੀਗੀ। ਇਹਦੇ ਵਿੱਚ ਕੋਈ ਵੀ ਕੈਮੀਕਲਸ ਨਹੀਂ ਹੈ, ਕੋਈ ਵੀ ਕਾਲਾ ਧੂੰਆਂ ਨਹੀਂ ਹੈ। ਇਹ ਤੁਸੀਂ ਕਾਫੀ ਭਾਰਤੀ ਸਟੋਰਾਂ ਤੋਂ ਵੀ ਮਿਲ ਜਾਂਦਾ ਪ੍ਰੋਡਕਟ ਸਾਨੂੰ। ਅਗਰ ਤੁਹਾਨੂੰ ਨਾ ਮਿਲੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੈਗੇ ਹਾਂ, ਤੁਹਾਨੂੰ ਅਸੀਂ ਭੇਜ ਵੀ ਦਿੰਦੇ ਹਾਂ, ਜਾਂ ਤੁਸੀਂ ਮਦਰ ਇੰਡੀਆ ਸਟੋਰ 'ਤੇ ਆਓ। ਅਗਰ ਤੁਹਾਨੂੰ ਕੋਈ ਵੀ ਅਗਰਬੱਤੀ ਤੁਸੀਂ ਫ੍ਰੀ ਸੈਂਪਲ ਲੈਣਾ ਮੰਗਦਾ, ਤੁਹਾਡੀ ਚੋਇਸ ਆ ਫ੍ਰੈਗਨੈਂਸ ਦਾ, ਅਸੀਂ ਫ੍ਰੀ ਸੈਂਪਲ ਦਿੰਦੇ ਹਾਂ, ਟਰਾਈ ਕਰੋ। ਇਹਨਾਂ ਸਾਡੇ ਮਦਰ ਇੰਡੀਆ ਬ੍ਰਾਂਡ ਦੇ ਵਿੱਚ ਕੋਈ ਵੀ ਕੈਮੀਕਲਸ ਜਾਂ ਕਾਲਾ ਧੂੰਆਂ ਨਾ ਹੋਣ ਕਰਕੇ ਇੱਕੋ ਇੱਕ ਨੌਰਥ ਅਮੈਰੀਕਾ ਵਿੱਚ ਅਗਰਬੱਤੀ ਆ, ਜਿਹਦੇ ਵਿੱਚ 60 ਡਿਫਰੈਂਟ ਫ੍ਰੈਗਨੈਂਸ ਹੈਗੀਆਂ, ਤੁਸੀਂ ਯੂਜ਼ ਕਰ ਸਕਦੇ ਹਾਂ। ਔਰ ਇਹਦੇ ਵਿੱਚ ਕੋਨਸ ਵੀ ਮਿਲ ਜਾਂਦੇ ਆ, ਛੋਟੇ ਕੋਨ ਆ, ਤਕਰੀਬਨ 12 ਮਿੰਟ ਚੱਲਦੇ ਹੈਗੇ ਆ, ਉਹ ਵੀ ਕੈਮੀਕਲਸ ਨਹੀਂ ਹੈ। ਕਈ ਚਾਹੁੰਦੇ ਆ ਭੈਣ ਭਰਾ ਕੇ ਆਫਿਸ ਜਾਣਾ ਜਾਂ ਟਰੱਕ ਜਾਂ ਟੈਕਸੀ ਚਲਾਉਣ ਤੋਂ ਪਹਿਲਾਂ ਰੱਬ ਦਾ ਨੌਲਾ ਮੰਗਦੇ ਆ, ਤਾਂ ਤੁਸੀਂ ਉਹ 12 ਮਿੰਟ ਚੱਲਦਾ, ਤੁਸੀਂ ਉਹ ਚੰਦਨ ਰੋਜ਼ ਕੋਨਸ ਯੂਜ਼ ਕਰੋ। ਬਹੁਤ ਹੀ ਅੱਛੀ ਸਮੈਲ ਆਫਿਸ 'ਚੋਂ, ਘਰ 'ਚੋਂ, ਜਾਂ ਟੈਕਸੀ ਜਾਂ ਟਰੱਕ 'ਚ ਆਉਂਦੀ ਹੈਗੀ ਆ। ਉਹ ਸਾਰੇ ਜਿਹੜੇ ਪ੍ਰੋਡਕਟਸ ਆ ਕਿ ਤੁਹਾਨੂੰ ਮਦਰ ਇੰਡੀਆ ਦੇ ਸਟੋਰ ਤੋਂ ਮਿਲ ਸਕਦੇ ਆ, ਜਾਂ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਆ, ਜਾਂ ਤੁਸੀਂ ਫ੍ਰੀ ਸੈਂਪਲ ਲੈਣਾ ਉਹਦੇ ਵਾਸਤੇ ਵੀ ਆ ਸਕਦੇ ਹੋ। ਅਖੀਰ ਦੇ ਵਿੱਚ ਫੋਨ ਨੰਬਰ ਤੇ ਐਡਰੈਸ ਜੀ। ਹਾਂਜੀ, ਮੈਂ ਦਿੰਦਾ ਆਪਣਾ ਐਡਰੈਸ, 6649 ਮੇਨ ਸਟਰੀਟ ਵੈਨਕੂਵਰ, ਮੇਨ ਤੇ 50 ਤੇ ਹੈਗਾ। ਤੇ ਤੁਸੀਂ ਸਾਡਾ ਸਟੋਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਖੋਲਦੇ ਹਾਂ, ਔਰ ਟਿਊਜ਼ਡੇ ਨੂੰ ਬੰਦ ਹੁੰਦਾ ਹੈਗਾ। ਲਾਸਟ ਵਿੱਚ ਇਹ ਵੀ ਦੱਸਣਾ ਚਾਹੁੰਦਾ, ਅਗਰ ਤੁਸੀਂ ਸਵਰਾਜ ਸਟਾਰ ਹਜੇ ਵੀ ਪ੍ਰੋਡਕਟ ਲੈਣਾ ਚਾਹੁੰਦੇ ਆ, ਤੁਸੀਂ ਲੈ ਸਕਦੇ ਆ। ਇਹ 2 ਡੱਬੇ ਤੁਹਾਨੂੰ ਸਵਰਾਜ ਸਟਾਰ ਦੇ ਸਿਰਫ $15 ਵਿੱਚ ਸਾਨੂੰ ਮਦਰ ਇੰਡੀਆ ਸਟੋਰ ਤੇ ਮਿਲ ਸਕਦੇ ਆ। ਸਵਰਾਜ ਸਟਾਰ ਸ਼ੈਂਪੂ ਜਿਹਦੇ ਵਿੱਚ 5 ਪੈਕਟ ਆਉਂਦੇ ਆ, ਇਹ ਤੁਹਾਨੂੰ $15 ਵਿੱਚ ਮਦਰ ਇੰਡੀਆ ਸਟੋਰ ਤੇ ਮਿਲ ਸਕਦੇ ਆ। ਪਰ ਮੈਂ ਰੈਕਮੈਂਡ ਕਰੂੰਗਾ ਤੁਸੀਂ ਹੁਣ ਬੋਟਲ ਲੈ ਜਾਓ, ਕਿਸੇ ਕੋਲ ਟਾਈਮ ਨਹੀਂ, ਇੰਨਾ ਪੈਕਟ ਖੋਲੋ, ਯੂਜ਼ ਕਰੋ, ਇਹ ਝੰਡ ਸਾਰੇ ਖਤਮ ਹੋ ਗਏ। ਤੁਸੀਂ ਬੋਟਲ ਲਿਆਓ ਔਰ ਵੀਕਐਂਡ ਤੇ ਟਰਾਈ ਕਰੋ, ਜਿੰਨੇ ਵੀ ਭੈਣ ਭਰਾ ਲੈ ਕੇ ਗਏ ਆ, ਐਂਡ ਦੇ ਵੈਰੀ ਹੈਪੀ। ਸੋ ਗਿਓ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਸ਼ੁਕਲਾ ਜੀ, ਸ਼ੁਭ ਸ਼ਾਮ। ਥੈਂਕ ਯੂ, ਸਤਿ ਸ੍ਰੀ ਅਕਾਲ। ਸ਼ੁਕਲਾ ਜੀ ਮਦਰ ਇੰਡੀਆ ਤੋਂ, ਵਪਾਰਕ ਸੰਦੇਸ਼। 12:01 ਹੋਇਆ ਜੀ, ਮੈਂ ਕੱਦ ਮਿਲਣਾ ਜਿਹੜਾ ਦੱਸ ਰਿਹਾ ਸੀ ਕਿ ਇਨਸਾਨ ਦੇ ਕੱਦ ਕਿਵੇਂ ਮਿਣੇ ਜਾਂਦੇ ਨੇ, ਲੋਕਾਂ ਲਈ ਕਿਵੇਂ ਕੰਮ ਕਰਨਾ, ਚੈਰਿਟੀ ਲਈ ਕਿਵੇਂ ਕੰਮ ਕਰਨਾ। ਪਿੰਡਾਂ ਦੇ ਵਿੱਚ ਇਨਸਾਨ ਹੁੰਦੇ ਹੈ ਜਿਨ੍ਹਾਂ ਦਾ ਨਾਂ ਪਿੰਡਾਂ ਦੇ ਵਿੱਚ ਲੋਕ ਉਡੀਕਦੇ ਆ ਕਿ ਕਦ ਕੋਈ ਵਿਜ਼ਿਟ ਕਰੇ ਤੇ ਅਸੀਂ ਮਦਦ ਲਈਏ। ਬਹੁਤ ਕਿਸਮਤ ਵਾਲੇ ਹੁੰਦੇ ਆ ਜਿਹਨਾਂ ਕੋਲ 4 ਪੈਸੇ ਹੋਣ ਤੇ ਆਪਣੇ ਪਿੱਛੇ ਪਿੰਡ ਜਾ ਕੇ ਆਪਣੇ ਮਦਦ ਕਰਨ, ਚਾਹੇ ਉਹ ਪੜ੍ਹਾਈ ਲਈ ਹੋਵੇ, ਵਜ਼ੀਫਿਆਂ ਲਈ ਹੋਵੇ, ਦੁਨੀਆਂ 'ਚ ਐਡਮਿਸ਼ਨ ਲਈ ਹੋਵੇ। ਕੈਨਮ ਗਰੁੱਪ ਆਫ ਕੰਪਨੀਜ਼, ਇੰਪੋਰਟ ਐਕਸਪੋਰਟ ਦਾ ਬਹੁਤ ਵੱਡਾ ਬਿਜ਼ਨਸ ਹੈ। ਦਰਸ਼ਨ ਸਾਸੀ ਸਾਡੇ ਭਰਾ ਨੇ ਵੱਡੇ, ਉਹਨਾਂ ਦਾ ਪਿੰਡ ਆ ਦਰਾਹੇ ਦੇ ਨੇੜੇ ਰਾਜਗੜ੍ਹ। ਮੈਂ ਇਸ ਚੀਜ਼ ਦਾ ਗਵਾਹ ਵੀ ਘੱਟੋ ਘੱਟ 30-40 ਪਰਿਵਾਰ ਨੇ, ਜਿਹੜੀਆਂ ਜਵਾਕੜੀਆਂ ਤੇ ਜਵਾਕ ਮੁੰਡੇ, ਜਿਨ੍ਹਾਂ ਦੀ ਪੜ੍ਹਾਈ ਦੇ ਲਈ ਉਹਨਾਂ ਨੇ ਮਦਦ ਕੀਤੀ। ਇੱਧਰ ਪੜ੍ਹਨ ਆਉਣਾ, ਉੱਥੇ ਕਿਤੇ ਪੜ੍ਹਨਾ, ਐਡਮਿਸ਼ਨਾਂ ਦੇ ਲਈ ਜਾਂ ਬਿਮਾਰੀਆਂ ਦੇ ਲਈ ਸਿੱਧੇ ਹੌਸਪਿਟਲਾਂ ਦੇ ਵਿੱਚ, ਕਾਲਜਸ ਦੇ ਵਿੱਚ ਪੈਸੇ ਭੇਜ ਕੇ ਉਹਨਾਂ ਲਈ ਕੀਤਾ। ਇਸ ਤਰ੍ਹਾਂ ਲੋਕ ਸਤਿਕਾਰ ਲਿਆਉਂਦੇ ਤੇ ਪੜ੍ਹਾਈ ਦੇ ਲਈ ਖਾਸ ਤੌਰ ਤੇ ਜਿਹੜੇ ਐਫਰਟਸ ਕਰਨੇ ਨੇ ਉਹ ਬਹੁਤ ਜ਼ਰੂਰੀ ਨੇ। ਇਸ ਤਰ੍ਹਾਂ ਹੀ ਸਰ ਜਸਵਿੰਦਰ ਸਿੰਘ ਸੇਖੋਂ ਸਾਡੇ ਮਿੱਤਰ ਨੇ, ਭੀਖੀ ਪਿੰਡ ਰਾੜਾ ਸਾਹਿਬ ਦੇ ਨੇੜੇ, ਭੋਲਾ ਸੇਖੋਂ ਉਹਨਾਂ ਨੂੰ ਅਸੀਂ ਕਹਿੰਦੇ, ਉਹਨਾਂ ਦੇ 2 ਪੁੱਤਰ, ਇੱਕ ਪੁੱਤਰ ਹੈ ਇੱਕ ਪੁੱਤਰੀ, ਉਹ ਉਹਨਾਂ ਦੀ ਸਕੂਲਿੰਗ ਉਹਨਾਂ ਨੇ ਸਿਆਟਲ 'ਚ ਪ੍ਰਾਈਵੇਟ ਸਕੂਲ 'ਚ ਕੀਤੀ। ਸੇਖੋਂ ਭਰਾ ਨੇ 3 ਤੇ ਸਾਰਿਆਂ ਦੇ ਬੱਚੇ ਉਸੇ ਪ੍ਰਾਈਵੇਟ ਸਕੂਲ ਗਏ ਨੇ। ਬਾਈ ਜੀ ਸੇਖੋਂ ਹੀ ਹੁਣ ਬਲੇਨ ਰਹਿੰਦੇ ਆ। ਉਹਨਾਂ ਦਾ ਪੁੱਤਰ ਹੈ ਨਵਜੀਤ ਸਿੰਘ ਸੇਖੋਂ, ਜਿਹੜਾ ਨਿਊਯਾਰਕ ਯੂਨੀਵਰਸਿਟੀ ਦੇ ਵਿੱਚ, ਜਿਸਨੇ ਬੈਚਲਰ ਕੀਤੀ ਇਕਨੋਮਿਕਸ ਦੇ ਵਿੱਚ, ਤੇ ਮੁੰਡੇ ਨੇ ਇਸਨੇ ਲਾਅ ਕਰਨਾ। ਟੌਪ 40% ਨਿਊਯਾਰਕ ਯੂਨੀਵਰਸਿਟੀ ਦੇ ਵਿੱਚ, ਕੋਲੰਬੀਆ ਦੇ ਵਿੱਚ, ਯੇਲ 'ਚ, ਸਟੈਨਫੋਰਡ 'ਚ, ਸ਼ਿਕਾਗੋ, ਜਾਂ ਇਹ ਜਿਹੜੀ ਵੱਡੀਆਂ ਜਿਹੜੀਆਂ ਹਾਰਵਰਡ ਹੈ, ਇਹਦੇ 'ਚ ਐਡਮਿਸ਼ਨ ਲਈ ਲੋਕ ਮਿਲੀਅਨਸ ਆਫ ਡਾਲਰ ਚੱਕ ਰਹੇ ਨੇ, ਲੈ ਕੇ ਜਾ ਰਹੇ, ਕੇਸ ਚੱਲ ਰਹੇ ਨੇ, ਤੁਹਾਨੂੰ ਪਤਾ। ਇੱਕ
ਮੱਧ ਵਰਗੀ ਪਰਿਵਾਰ ਦਾ ਜਵਾਕ ਜਾਂ ਨਿਊਯਾਰਕ ਯੂਨੀਵਰਸਿਟੀ ਜਾਂਦਾ ਜਿੱਥੇ ਦੁਨੀਆਂ ਦੇ ਅਲੀਟ, ਦੁਨੀਆਂ ਦੇ ਰਿਚ, ਅਮੀਰ ਜਵਾਕ ਪੜ੍ਹਦੇ ਆ, ਤੇ ਉੱਥੇ ਜਾ ਕੇ ਟੌਪ 40% ਦੇ ਵਿੱਚ ਉਹਨੇ ਮੁੰਡੇ ਨੇ ਡਿਗਰੀ ਕੀਤੀ ਹੈ, ਤੇ ਉਹਨਾਂ ਨੇ ਉੱਥੇ ਦੇ ਪ੍ਰੈਜ਼ੀਡੈਂਟ ਦਾ ਲਿਖਿਆ ਹੋਇਆ ਇੱਕ ਲੈਟਰ ਜਿਹੜਾ ਮੁੰਡੇ ਨੂੰ, ਉਹ ਮੈਨੂੰ ਕੱਲ੍ਹ ਕੱਢਿਆ, ਤੇ 70,000 ਦੇ ਕਰੀਬ ਖਰਚਾ ਹੈ ਸਾਲ ਦਾ, 4 ਸਾਲ ਸਾਰੇ ਸਕਾਲਰਸ਼ਿਪ ਨਿਊਯਾਰਕ ਚ ਰਹਿ ਕੇ ਫੁੱਲ ਸਕਾਲਰਸ਼ਿਪ ਦੇ ਵਿੱਚ ਡਿਗਰੀ ਕੀਤੀ ਹੈ। ਫੈਡਰਲ ਸਰਕਾਰ ਨੇ 1.5 ਲੱਖ ਦੀ ਨੌਕਰੀ ਮੁੰਡੇ ਨੂੰ ਦਿੱਤੀ ਹੈ, ਹਾਲੇ ਡਿਗਰੀ ਫਿਨਿਸ਼ ਹੋਣੀ ਹੈ, ਹਾਲੇ ਕਨਵੋਕੇਸ਼ਨ ਹੋਣੀ ਹੈ। ਉਹ ਚਿੱਠੀ ਦੇ ਵਿੱਚ ਲਿਖਿਆ ਕਿ 40% ਟੌਪ ਜਿਹੜੇ 40% ਹੈ ਜਿਹਨਾਂ ਨੇ ਅੰਡਰ ਗ੍ਰੈਜੂਏਸ਼ਨ ਜਿਹੜੀ ਹੈ, ਪਹਿਲੀ ਗ੍ਰੈਜੂਏਸ਼ਨ ਜਿਹੜੀ ਡਿਗਰੀ ਨੂੰ ਜਿਸ ਨੂੰ ਕਹਿੰਦੇ ਆ, ਉਹਦੇ 'ਚ ਬਹੁਤ ਵੱਡੇ ਸਮਾਗਮ ਦੇ ਵਿੱਚ ਫਾਊਂਡਰਸ ਡੇ ਅਵਾਰਡ ਇਸ ਨੂੰ ਮੁੰਡੇ ਨੂੰ ਮਿਲਣਾ, ਜਾਂ ਨਿਊਯਾਰਕ ਯੂਨੀਵਰਸਿਟੀ 1831 ਦੇ ਵਿੱਚ ਫਾਊਂਡਿੰਗ ਜਦ ਇਹ ਐਸਟੈਬਲਿਸ਼ ਹੋਈ, ਤੇ ਖਾਸ ਤੌਰ ਤੇ ਸੋਨੇ ਦੇ ਜਿਹੜੇ ਟੈਸਲਸ ਜਿਹਨੂੰ ਕਹਿੰਦੇ ਨੇ ਗੁੱਛੇ, ਜਿਹੜੇ ਕਨਵੋਕੇਸ਼ਨ ਵਾਲੀ ਟੋਪੀ ਆ, ਟੋਪੀ ਦੇ ਸਾਈਡ ਤੇ ਝਾਲਰ ਲਮਕਦੀ ਹੁੰਦੀ ਆ ਨਾ, ਉਸ ਤਰ੍ਹਾਂ ਦਾ ਜਿਹੜਾ ਗੋਲਡਨ ਟੈਸਲ ਲਾ ਕੇ ਫਿਰ ਯੈਂਕੀ ਸਟੇਡੀਅਮ ਦੇ ਵਿੱਚ ਇਹ ਕਨਵੋਕੇਸ਼ਨ ਹੋਣੀ ਹੈ, ਤੇ ਉੱਥੇ ਫਿਰ ਸਤਿਕਾਰ ਮਿਲਣਾ। ਕਿਵੇਂ ਮਾਪੇ ਬੈਠੇ ਹੋਣਗੇ, ਕਿਵੇਂ ਜਾਂ ਪੁੱਤਰ ਦਿਖੂਗਾ, ਜਦ ਮਾਣ ਮਿਲੂਗਾ, ਫਿਰ ਸਾਰਾ ਕੀਤਾ ਮਾਪਿਆਂ ਦਾ ਪੂਰਾ ਹੁੰਦਾ। 20-30, 25-25 ਹਜ਼ਾਰ ਮਹੀਨੇ ਸਾਲ ਦਾ ਖਰਚਾ ਪ੍ਰਾਈਵੇਟ ਸਕੂਲਾਂ ਦਾ, ਆਪਣਾ ਜ਼ਿੰਦਗੀ ਦੇ ਵਿੱਚੋਂ ਖਾਸ ਸਮਾਂ ਤੇ ਪੈਸੇ ਕੱਢ ਕੇ ਲਾਉਣੇ, ਇਹ ਘੱਟ ਮਾਪਿਆਂ ਦੇ ਹਿੱਸੇ ਆਉਂਦਾ। ਇਹ ਨਹੀਂ ਮੈਂ ਕਹਿੰਦਾ ਕਿ ਪਬਲਿਕ ਸਕੂਲਾਂ ਜਵਾਕ ਨਹੀਂ ਪੜ੍ਹਦੇ, ਪਬਲਿਕ ਵਾਲੇ ਵੀ ਬਹੁਤ ਪੜ੍ਹਦੇ। ਇਸ ਤਰ੍ਹਾਂ ਹੀ ਉਹਨਾਂ ਦੀ ਧੀ ਰਾਣੀ ਹੈ, ਉਹ ਲਾਅ ਦੀ ਡਿਗਰੀ ਕਰ ਰਹੀ ਹੈ ਫੁੱਲ ਸਕਾਲਰਸ਼ਿਪ 'ਚ ਕੈਲੀਫੋਰਨੀਆ 'ਚ। ਇਹ ਹੁਣ ਪੁੱਤਰ ਦਾ ਇਹਦਾ ਮਨ ਹੈ ਕਿ ਮੈਂ 1.5-2 ਸਾਲ ਨੌਕਰੀ ਕਰਕੇ ਇਵੈਂਚੁਅਲੀ ਇਗਜ਼ਾਮ ਆਪਣਾ ਲਿਖ ਕੇ ਮੈਂ ਸਿਰੇ ਦੀ ਜਿਹੜੀ ਯੂਨੀਵਰਸਿਟੀ ਹੈ, ਲਾਅ ਦੀ 5 ਵੱਡੀਆਂ ਯੂਨੀਵਰਸਿਟੀਆਂ, ਵੱਡੇ ਸਕੂਲ ਨੇ, ਨਿਊਯਾਰਕ ਯੂਨੀਵਰਸਿਟੀ, ਕੋਲੰਬੀਆ, ਯੇਲ ਹੈ, ਸਟੈਨਫੋਰਡ ਹੈ ਤੇ ਸ਼ਿਕਾਗੋ, ਇਹਨਾਂ 'ਚ ਕਿਤੇ ਲਾਅ ਕਰਨਾ। ਲਾਅ ਕਰਕੇ ਨਿਊਯਾਰਕ 'ਚ ਕਿਤੇ ਸਟਾਕ ਐਕਸਚੇਂਜ ਤੇ ਕਿਤੇ ਟੌਪ ਦੀ ਕਿਸੇ ਕੰਪਨੀ ਦਾ ਜਦ CEO ਬਣੂ 10 ਸਾਲਾਂ ਨੂੰ, ਨੌ ਕਿਵੇਂ ਹੋਊ, ਜਾਂ ਲਿਖਿਆ ਹੋਊ ਨਵਜੀਤ ਸਿੰਘ ਸੇਖੋਂ। ਇਹ ਚੀਜ਼ਾਂ ਜਿਹੜੀਆਂ ਤੁਹਾਡਾ ਕੱਦ ਬੁੱਤ ਮਾਣ ਜਿਹੜੀਆਂ ਮਿਣਦੀਆਂ ਨੇ, ਡਾਲਰ ਕਿੰਨੇ ਛੱਡਤੇ ਜਵਾਕਾਂ ਨੂੰ, ਉਹਨਾਂ ਨੇ ਕੀ ਕਰ ਦੇਣਾ, ਬਹੁਤੇ ਡਾਲਰ ਜੇ ਤਾਂ ਪੜ੍ਹ ਗਏ ਫਿਰ ਵੀ ਡਾਲਰਾਂ ਦੀ ਉਹਨਾਂ ਨੂੰ ਲੋੜ ਨਹੀਂ, ਜੇ ਨਹੀਂ ਪੜ੍ਹੇ ਤਾਂ ਵੀ ਡਾਲਰਾਂ ਦੀ ਲੋੜ ਨਹੀਂ, ਕਿਉਂਕਿ ਉਹ ਪੜ੍ਹਿਆ ਨਹੀਂ ਉਹਨੇ ਡਾਲਰ, ਫਿਰ ਕੀ ਕਰਨੇ, ਤੁਹਾਡੇ ਅੜਾ ਦੂਗਾ ਉਹ। ਜਵਾਕਾਂ ਨੂੰ ਪੜ੍ਹਾਓ ਵੱਧ ਤੋਂ ਵੱਧ, ਵੱਧ ਤੋਂ ਵੱਧ ਮਦਦ ਕਰੋ। ਜੇ ਕਿਤੇ ਕੋਈ ਪੈਸੇ ਖੁਣੋ ਪਿੱਛੇ ਪਿੰਡ 'ਚ ਜਵਾਕ ਦਾ ਔਖਾ ਕਿ ਉਹ ਪੜ੍ਹ ਨਹੀਂ ਸਕਦਾ, ਉਹਦੀ ਮਦਦ ਕਰੋ, ਮਦਦ ਕਰੋ ਜਿੰਨੀ ਮਦਦ ਕਰ ਸਕਦੇ। ਇਉਂ ਤਾਂ ਹੀ ਸਤਿਕਾਰ ਹੈ ਤੁਹਾਡੇ ਪੈਸੇ ਧੇਲਿਆਂ ਦਾ। ਮੈਂ ਪਹਿਲਾਂ ਵੀ ਸ਼ੁਰੂ 'ਚ ਮੇਰੇ ਦਿਮਾਗ 'ਚ ਗੱਲ ਆ ਗਈ ਕਿ ਕੱਦ ਕਿਵੇਂ ਮਿਲ ਲਓਗੇ ਤੁਸੀਂ ਡਾਲਰਾਂ ਦੇ ਨਾਲ। ਡਾਲਰਾਂ ਦੇ ਨਾਲ ਵਧੀਆ ਤੁਸੀਂ ਘਰ ਬਾਰ ਤੇ ਕੱਪੜਾ ਲੱਤਾ ਕਾਰਾਂ ਹੀ ਦੇਖ ਲਓਗੇ, ਪਰ ਅੰਦਰ ਜਿਹੜੀ ਹੀਣਤਾ ਹੋਊਗੀ, ਡਾਲਰ ਜਿਹੜੇ 2 ਨੰਬਰ 'ਚ ਕਮਾਏ ਹੋਣਗੇ ਜਾਂ ਰੁਪਈਏ 2 'ਚ ਕਮਾਏ ਨੇ, ਉਹ ਕਿਤੇ ਨਾ ਕਿਤੇ ਕਰੇਦੂ ਨਾ ਤੁਹਾਨੂੰ। ਜਵਾਕਾਂ ਨੂੰ ਪੜ੍ਹਾਓ ਜੇ ਆਉਣ ਵਾਲੀ ਪੀੜ੍ਹੀ ਬਚਾਉਣੀ ਆ। 60-70 ਵਰੇ ਪਹਿਲਾਂ ਹੀ ਸਾਡੇ ਵੇਲੇ ਹੀ ਆਜ਼ਾਦ ਹੋਏ ਨੇ ਯਹੂਦੀ, ਕਿਤੇ ਯਹੂਦੀਆਂ ਦੇ ਨਾਲ ਕਿਸੇ ਜਿਊਸ਼ ਦੋਸਤ ਨਾਲ ਬਹਿ ਕੇ ਸੁਣਿਓ ਗੱਲ ਕਿ ਜਿਊਸ਼ ਕੌਮ ਬਣਦੀ ਕਿਵੇਂ ਆ, ਕਿਵੇਂ ਜਵਾਕ ਉਹ ਪੜ੍ਹਾਉਂਦੇ ਆ, ਕਿਵੇਂ ਘਰ ਦੇ ਵਿੱਚ ਗੱਲੇ ਲਾਇਆ ਜੀ 'ਚ ਡਾਲਰ ਨਿਤ ਪਾਉਂਦੇ ਆ, ਕਿਵੇਂ ਉਹਨਾਂ ਦੇ ਸੈਨਾਗੋਗ 'ਚ ਚਿੱਟੇ ਤੇ ਹਰੇ ਹਰੀਆਂ ਜਿਹੜੀਆਂ ਵੱਡੇ ਵੱਡੇ ਬੋਕਸੇ ਨੇ ਜਿਹਦੇ 'ਚ ਉਹ ਰਲ ਕੇ ਧੀਆਂ ਦਾ ਵਿਆਹ ਕਰਦੇ ਨੇ, ਵੀ ਫਲਾਣੇ ਬਈ ਯਹੂਦੀ ਦੇ ਬੇਟੀ ਦਾ ਵਿਆਹ 50 ਦਿਨਾਂ ਨੂੰ, ਤੇ ਆਹ ਗ੍ਰੀਨ ਤੇ ਇੱਕ ਆ ਬੋਕਸ ਦੂਜਾ ਲੱਗਿਆ ਹੋਇਆ, ਗ੍ਰੀਨ ਵਾਲੇ ਉੱਧਰ ਪਾਇਓ, ਇੰਨੇ ਸਾਡਾ ਫੰਡ ਹੈ, ਇੰਨਾ ਉਹਦੇ ਲਈ ਚਾਹੀਦਾ, $1,00,000, ਲੱਖ ਤੋਂ ਉੱਪਰ ਹੋ ਗਿਆ ਸਾਂਝੇ ਖਾਤੇ 'ਚ ਜਾਓ, ਜੇ ਘੱਟ ਗਿਆ ਤਾਂ ਸਾਂਝੇ ਖਾਤੇ 'ਚ ਉਹਦੇ 'ਚ ਆਊ। ਇਸ ਤਰ੍ਹਾਂ ਕਮਿਊਨਿਟੀਜ਼ ਤੇ ਨੇਸ਼ਨ ਇਉਂ ਬਿਲਡ ਹੁੰਦੀਆਂ, ਇਸ ਤਰ੍ਹਾਂ ਨਹੀਂ ਬਿਲਡ ਹੁੰਦੀਆਂ ਕਿ ਮੈਂ ਆਪੇ ਸਾਰਾ ਕੁਛ ਮੇਰੇ ਢਿੱਡ 'ਚ ਪੈ ਜਾਵੇ, ਇਸ ਤਰ੍ਹਾਂ ਚੀਜ਼ਾਂ ਨਹੀਂ ਵਰਕਆਊਟ ਹੁੰਦੀਆਂ। ਸਾਰੇ ਬਰਾਬਰਤਾ 'ਚ ਰਹਿ ਕੇ ਇਹੀ ਤਾਂ ਸਿਖਾਇਆ ਗੁਰੂ ਨੇ, ਸਰਬ ਸਾਂਝੀ ਵਾਲਤਾ ਦੀ ਗੱਲ, ਸਰਬੱਤ ਦੇ ਭਲੇ ਦੀ ਗੱਲ, ਬਰਾਬਰਤਾ ਦੀ ਗੱਲ, ਕਿਸੇ ਧਰਮ ਮਜ਼ਹਬ ਕਿਸੇ ਨਸਲ ਜਾਤ ਦੀ ਗੱਲ ਨਹੀਂ ਅਸੀਂ ਕਰ ਸਕਦੇ ਜੇ ਅਸੀਂ ਧਰਮ ਨੂੰ ਮੰਨਦੇ ਹਾਂ, ਫਿਰ ਕਹਾਣੀ ਬਣਦੀ। ਲੁਕਾਈ ਲਈ ਤੜਫਣਾ ਜਿਹੜਾ ਹੈ ਇਹ ਅਸਲ ਸਿੱਖ ਦੀ ਨਿਸ਼ਾਨੀ ਹੈ, ਜੇ ਤੁਸੀਂ ਧਰਮ 'ਚ ਪੈਦਾ ਹੋਏ ਹੋ।
ਆਪਣੇ ਜਵਾਕਾਂ ਚ ਇਹਨਾਂ ਲਈ ਤਾਂ ਪੰਛੀ ਪਖੇਰੂ ਵੀ ਲੈ ਕੇ ਜਾਂਦੇ ਆ ਰਣਿਆਂ ਚ ਨੂੰ ਦਾਣੇ, ਤੁਸੀਂ ਖਾਸ ਮੈਂ ਖਾਸ ਥੋੜਾ ਕਰਦੇ ਆ, ਲੋਕਾਂ ਲਈ ਕੀ ਕੀਤਾ ਇਹਦੀ ਗੱਲ ਅਸਲ ਚੱਲਣੀ ਹੈ। ਅੱਜ ਕੇ 20 ਮਿੰਟ ਤੇ ਖਾਸ ਗੱਲਬਾਤ ਮੈਂ ਸ਼ੁਰੂ ਕਰਨੀ ਹੈ। ਸਰਾਜ ਜਗਪਾਲ ਸਿੰਘ ਲਿਟ ਉੱਗੇ ਇਮਾਰਤ ਸਾਜ ਨੇ, ਇੰਜੀਨੀਅਰ ਨੇ, ਤੇ ਸਿਟੀ ਹਾਲ ਕਿਸ ਤਰ੍ਹਾਂ ਚੱਲ ਰਿਹਾ, ਮੁਸ਼ਕਲਾਂ ਚ ਕਿਸ ਤਰ੍ਹਾਂ ਦੀ ਗੱਲ ਹੋਈ, ਤੇ ਜਿਹੜੀ ਆਉਣ ਵਾਲੇ 5-4 ਸਾਲਾਂ ਤੱਕ ਕਲੀਨ ਐਨਰਜੀ ਦੀ ਗੱਲ, ਸੋਲਰ ਐਨਰਜੀ ਦੀ ਗੱਲ, ਤੇ ਘਰਾਂ ਦੇ ਵਿੱਚ ਨਵੇਂ ਜਿਹੜੇ ਕੋਡ ਨੇ ਇਲੈਕਟ੍ਰੀਫਿਕੇਸ਼ਨ ਦੇ, ਉਹਨਾਂ ਦੀ। ਸਰ ਜਸਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਧੰਨਵਾਦ ਸਰਦਾਰ ਬਹਾਦਰ, ਤੁਸੀਂ ਜਿਹੜੀ ਦੋ ਵਿਸ਼ਿਆਂ ਨੂੰ ਛੂਹਿਆ ਹੈ ਤੇ ਇਹਦੇ ਚ ਮੈਨੂੰ ਬੜਾ ਮਾਣ ਮਹਿਸੂਸ ਹੋਇਆ। ਤੇ ਜਦੋਂ ਮਾਣ ਹੁੰਦਾ ਗੁਰੂ ਨਾਨਕ ਦੇ ਪਰਿਵਾਰ ਦੇ ਜੀ ਜਦੋਂ ਆਪਣੇ ਜੀਵਨ ਦੀਆਂ ਜਿਹੜੀਆਂ ਸਫਲਤਾਈਆਂ ਉਹਨਾਂ ਨੂੰ ਛੂਹਦੇ ਨੇ ਤਾਂ ਸਾਨੂੰ ਉਹਨਾਂ ਦੇ ਭਾਈ ਹੋਣ ਦੇ ਨਾਤੇ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਔਰ ਦੂਸਰਾ ਇਹ ਆ ਵੀ ਮੇਰੀ ਸਰਦਾਰਨੀ ਜਿਹੜੀ ਆ ਉਹ ਸਿੱਖਾਂ ਦੇ ਪਰਿਵਾਰ ਚੋਂ ਹੈ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਤੁਹਾਡੀ ਅੱਜ ਤਿਆਰੀ ਹੋ ਗਈ, ਅੱਜ ਸ਼ੱਕਰ ਘਿਓ ਮਿਲੂ ਪੱਕਾ, ਤੇ ਇਸ ਕਰਕੇ ਇਹ ਤਾਂ ਹੋਰ ਜ਼ਿਆਦਾ ਖੁਸ਼ੀ ਦੀ ਗੱਲ ਹੈ। ਮੈਂ ਮੁਬਾਰਕਬਾਦ ਵਧਾਈਆਂ ਪੇਸ਼ ਕਰਦਾ ਪਰਿਵਾਰ ਨੂੰ, ਇਹ ਸਾਡੇ ਰੋਲ ਮਾਡਲਸ ਨੇ। ਔਰ ਜਿਹੜੀ ਮੈਂ ਗੱਲ ਕਰਨੀ ਸੀ ਉਹ ਇਹ ਹੈ ਕਿ ਤੁਸੀਂ ਪਹਿਲਾਂ ਇੱਕ ਵਿਖਿਆਨ ਕਰਕੇ ਜਿਹੜੀ ਸਮਾਜਿਕ ਕੱਦ ਜਿਹੜਾ ਉੱਚਾ ਕਰਨ ਦੀ ਗੱਲ ਕੀਤੀ ਹੈ, ਵਡਿਆਈ ਦੀ ਗੱਲ ਕੀਤੀ ਹੈ, ਇਹਦੇ ਚ ਗੁਰੂ ਪਾਤਸ਼ਾਹ ਦੇਖੋ ਇੱਕ ਬੜੀਆਂ ਗੱਲਾਂ ਸਾਨੂੰ ਕਰਦੇ ਨੇ, ਪਰ ਇਹਦੇ ਵਿੱਚ ਜਿਹੜੀ ਵਿਲੱਖਣਤਾ ਹੈ ਨਾ ਸਰਦਾਰ ਬਹਾਦਰ, ਉਹ ਇਹ ਹੈ ਕਿ ਜਿਹੜੀ ਮਨੁੱਖ ਦੇ ਵਿੱਚ ਮੈਂ ਆ ਨਾ, ਮੇਰੀ ਹਉਮੈ ਹੈ ਜੀ, ਇਸ ਨੂੰ ਬਾਣੀ ਕਹਿੰਦੀ ਆ ਵੀ ਇਹ ਬਹੁਤ ਵੱਡਾ ਰੋਗ ਹੈ, ਬਹੁਤ ਵੱਡਾ ਰੋਗ ਹੈ, ਤੇ ਇਹਨੂੰ ਦੀਰਘ ਰੋਗ ਵੀ ਕਿਹਾ ਜਿਹਦਾ ਇਲਾਜ ਘੱਟ ਮਨੁੱਖ ਦੇ ਵੱਸ ਚ ਆਉਂਦਾ, ਪਰ ਇਹਦੇ ਲਈ ਮੁਸ਼ਕਤ ਜਿਹੜਾ ਮਨੁੱਖ ਕਰਦਾ ਨਾ ਉਹ ਨਿਕਲ ਜਾਂਦਾ। ਹੁਣ ਕੌਮੀ ਉਸਾਰੀ ਦੇ ਵਿੱਚ ਤੁਸੀਂ ਜਿਹੜੀਆਂ ਗੱਲਾਂ ਦੁਸ਼ਵਾਰੀਆਂ ਦੀ ਅਸੀਂ ਗੱਲ ਕਰਦੇ ਹਾਂ, ਬਹੁਤ ਗਿਣਤੀ ਅਸੀਂ ਇਹਦੇ ਵਿੱਚ ਉਲਝ ਗਏ ਹਾਂ। ਉਹਦਾ ਮੁੱਖ ਕਾਰਨ ਹੈ ਕਿ ਮਨੁੱਖ ਜਦੋਂ ਆਪਣੀ ਅੰਦਰੂਨੀ ਜਿਹੜੀ ਉਹਦੀ ਤਾਕਤ ਹੁੰਦੀ ਹੈ ਉਸ ਤੋਂ ਹਾਰ ਜਾਂਦਾ, ਫਿਰ ਉਹ ਦੁਨਿਆਵੀ ਝਟਕਿਆਂ ਦੇ ਵਿੱਚ ਡਿੱਕ ਡੋਲੇ ਖਾਂਦਾ ਜੀ, ਤੇ ਉਹਨਾਂ ਡਿੱਕ ਡੋਲਿਆਂ ਚੋਂ ਨਿਕਲਣ ਦੀ ਖਾਤਰ ਮਨੁੱਖ ਫਿਰ ਮਨੁੱਖ ਦੀ ਆਸ ਤੇ ਪੈਂਦਾ ਕਿ ਮੈਨੂੰ ਤੁਸੀਂ ਕੱਢ ਦਿਓ, ਮੇਰੇ ਰਿਸ਼ਤੇਦਾਰ ਕੱਢ ਦੇਣਗੇ, ਮੇਰੇ ਕੋਈ ਹੋਰ ਕੱਢ ਦੇਣਗੇ। ਬੇਸਿਕਲੀ ਸੰਸਾਰ ਵਿੱਚ ਕੋਈ ਏਦਾਂ ਦਾ ਵਿਅਕਤੀ ਪੈਦਾ ਨਹੀਂ ਹੋਇਆ ਜਿਹੜਾ ਕਿਸੇ ਦੀ ਅੰਦਰੂਨੀ ਡਿੱਕ ਡੋਲੇ ਦੀ ਅਵਸਥਾ ਨੂੰ ਸਥਿਰਤਾ ਵਿੱਚ ਲਿਆਵੇ। ਸਥਿਰਤਾ ਵਿੱਚ ਲਿਆਉਣ ਦੀ ਖਾਤਰ ਸਭ ਤੋਂ ਉੱਤਮ ਹੈ ਗਿਆਨ, ਤੇ ਗਿਆਨ ਜਿਹੜਾ ਹੈ ਉਹ ਗੁਰੂ ਦੀ ਬਖਸ਼ਿਸ਼ ਨਾਲ ਮਿਲਦਾ, ਤੇ ਬਖਸ਼ਿਸ਼ ਹੁੰਦੀ ਹੈ ਨਿਰਸਵਾਰਥ ਦੇ ਨਾਲ। ਜਦੋਂ ਮਨੁੱਖ ਆਪਾਂ ਗੁਆ ਕੇ ਔਰ ਆਪਣੇ ਆਪ ਨੂੰ ਲਾਂਭੇ ਕਰਕੇ ਇਹਦੇ ਉੱਤੇ ਜੀਵਨ ਜਿਉਣ ਦੀ ਜਾਚ ਸਿੱਖਦਾ, ਫਿਰ ਆ ਜਿਹੜੀਆਂ ਤਮੰਨਾਵਾਂ ਨੇ ਜਿਨ੍ਹਾਂ ਦੀ ਤੁਸੀਂ ਗੱਲਾਂ ਕਰਦੇ ਹੋ, ਜਿਹਦੇ ਵਿੱਚ ਅਸੀਂ ਉਲਝੇ ਹੋਏ ਹਾਂ, ਜਿਹੜਾ ਵੱਡਾ ਪਾਣਾ, ਜਿਹੜਾ ਦੂਸਰੇ ਨੂੰ ਨੀਵਾਂ ਵਿਖਾਉਣ ਦੀ ਕਹਾਣੀ ਹੈ, ਕਈ ਵਾਰ ਸ਼ਬਦਾਂ ਦੇ ਵਿੱਚ ਵੀ ਅਸੀਂ ਕੜੱਤਣ 'ਚ ਚਲੇ ਜਾਂਦੇ ਹਾਂ। ਸੋ ਇਹਨਾਂ ਚੀਜ਼ਾਂ ਦਾ ਜਿਹੜਾ ਵਿਖਿਆਨ ਹੈ ਇਹ ਕਰਦੇ ਰਹਿਣਾ ਚਾਹੀਦਾ। ਤੁਸੀਂ ਨੈਤਿਕਤਾ ਦੀ ਗੱਲ ਕਰਦੇ ਹੋ, ਇਹ ਬਹਾਦਰੀ ਵਾਲੇ ਜੀਵਨ ਵਿੱਚ ਪ੍ਰਵੇਸ਼ ਦਾ ਇੱਕ ਮੁੱਖ ਲੱਛਣ ਹੈ, ਔਰ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਰੱਖੇ, ਔਰ ਆਸ ਕਰੀਏ ਕਿ ਕੌਮ ਇਸ ਲੱਛਣ ਨੂੰ ਪਹਿਚਾਣੇ ਔਰ ਇਹਦੇ ਉੱਤੇ ਆਪਣੀ ਫਰਜ਼ਾਂ ਨੂੰ ਅਦਾ ਕਰਨ ਦੀ ਜਾਚ ਸਾਨੂੰ ਮਾਲਕ ਦੇ ਦਰੋਂ ਮਿਲ ਜਾਵੇ। ਬਹੁਤ ਬਹੁਤ ਮਿਹਰਬਾਨੀ ਸਰਦਾਰ ਜੀ। ਧੰਨਵਾਦ ਜੀ ਸਰਦਾਰ ਜੀ, ਬਹੁਤ ਬਹੁਤ ਸਰਦਾਰ ਜੀ। ਤੇ ਉਹ ਮੈਨੂੰ ਖੁਸ਼ੀ ਤਾਂ ਆਉਂਦੀ ਹੈ ਕਿ ਅਸੀਂ ਪਿੰਡਾਂ ਚੋਂ ਤੁਰੇ ਤੇ ਅੱਜ ਗੱਲ ਕਿੱਥੇ, ਨਿਊਯਾਰਕ ਯੂਨੀਵਰਸਿਟੀ ਚ ਸਾਡੇ ਜਵਾਕ ਪੜ੍ਹਦੇ ਆ, ਭਾਈ ਸਾਹਿਬ ਵੱਡਿਆਂ ਦੀ ਮੇਤੇ ਅਕਸਰ ਮੈਂ ਗੱਲ ਨਹੀਂ ਕਰਦਾ ਕਿਉਂਕਿ ਭਰਾ ਕਰਕੇ, ਪਰ ਮੈਨੂੰ ਯਾਦ ਆ ਗਿਆ ਕਿ ਕਢਾਣੀ ਅਸੀਂ ਸਕੂਲ ਦੇ ਵਿੱਚ ਦੋਨੇ ਭਾਈ ਪੜ੍ਹੇ, ਬੜੇ ਬ੍ਰਦਰ ਵੀ, ਬਾਪੂ ਪਿਤਾ ਜੀ ਦਾ ਰੋਬਨ ਹੁੱਡ ਸਾਈਕਲ ਜਿਹਦੇ ਤੇ ਬੈਠ ਕੇ ਤੱਪੜਾਂ ਵਾਲੇ ਸਕੂਲ ਚ, ਵੀਰ ਜੀ ਵੱਡਿਆਂ ਪ੍ਰੀ ਮੈਡੀਕਲ ਗੌਰਮੈਂਟ ਕਾਲਜ ਤੋਂ ਕੀਤੀ ਵੈਟਨਰੀ ਦੀ, ਉਹਨਾਂ ਨੇ ਫਿਰ ਡਿਗਰੀ ਕੀਤੀ ਵੈਟਨ, ਉਹਦੇ ਚ ਮਾਸਟਰਸ ਕੀਤੀ PHU ਤੋਂ, 99 ਚੋਂ ਪੜ੍ਹਨ ਆਏ ਇੱਥੇ। ਮੈਨੂੰ ਇੱਕ ਵਾਕਿਆ ਯਾਦ ਆ ਗਿਆ ਜਿਹੜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਫਿਰ ਯੂਨੀਵਰਸਿਟੀ ਆਫ ਗੋਲਫ ਤੋਂ ਉਹਨਾਂ ਨੇ ਇੱਕ ਹੋਰ ਆ ਕੇ ਮਾਸਟਰਸ ਕੀਤੀ, ਉਹਦੇ ਚ ਉਹਨਾਂ ਨੂੰ ਐਡਮਿਸ਼ਨ ਨਾ ਮਿਲੀ ਜਿਹੜੀ ਪਹਿਲਾਂ ਕੀਤੀ ਪੈਰਾਸਟੋਲੋਜੀ ਦੀ ਕੀਤੀ। ਫਿਰ ਉਹਨਾਂ ਨੇ ਬਾਇਓਮੈਡੀਕਲ ਸਾਇੰਸ ਦੀ ਕੀਤੀ, ਲੰਗਸ ਤੇ ਰਿਸਰਚ ਕੀਤੀ। ਲੰਗਸ ਜਿਹੜੇ ਨੇ ਜਾਨਵਰਾਂ ਦੇ ਤੇ ਬੰਦਿਆਂ ਦੇ ਇੱਕ ਨੇ, ਸਾਂਝਾ ਉਹਨਾਂ ਦਾ ਸਬਜੈਕਟ ਹੋ ਗਿਆ। ਉਹ ਚ PHD ਕੀ ਕਰਕੇ ਫਿਰ ਉਹਨਾਂ ਨੇ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਤੋਂ ਪੋਸਟ ਡਾਕਟਰੇਟ ਕੀਤੀ। ਮੈਂ ਉਹਨਾਂ ਨੂੰ ਇੱਕ ਵਾਰ ਪੁੱਛਿਆ, ਮੈਂ ਕਿਹਾ
ਬੜਾ ਔਖਾ ਵਿਦਿਆਰਥੀ ਜੀਵਨ 10 ਸਾਲ ਤੁਸੀਂ ਕੱਢਣਾ, ਫਾਈਨੈਂਸ਼ੀਅਲੀ ਤੁਸੀਂ ਕ੍ਰਿਪਲਡ ਹੋ ਜਾਂਦੇ ਹੋ, ਲੱਖਾਂ ਹੀ ਡਾਲਰ ਤੁਹਾਡੇ ਸਿਰ ਤੇ ਚੜ ਜਾਂਦਾ, ਬੜਾ ਔਖਾ ਹੈ, 11-12 ਬਰੇ ਪੜ੍ਹੇ ਹੋ। ਮੈਂ ਕਿਹਾ ਮੈਂ ਆਇਆ ਨਾ ਸਾ ਇੱਥੇ ਤੇ ਮੈਂ ਉਹਨਾਂ ਪੁੱਛਿਆ ਬਈ ਔਖਾ ਹੋਊਗਾ ਬੜੇ ਭਾਈ ਇਹਦੇ ਚ, ਉਹ ਕਹਿੰਦਾ ਦਸਤਾਰ ਬੰਨ ਕੇ ਕੋਲੰਬੀਆ ਯੂਨੀਵਰਸਿਟੀ ਚ ਤੁਰਿਆ ਫਿਰਦਾ ਨਾ ਦਾੜਾ ਪ੍ਰਕਾਸ਼ ਕਰਕੇ ਪਤਾ ਜਦ ਲੱਗਦਾ ਪੈਸੇ ਪੂਸੇ ਕੀ ਨੇ ਇਹਦੇ ਸਾਹਮਣੇ। ਫਿਰ ਉਹਨਾਂ ਨੇ ਅਸਿਸਟੈਂਟ ਪ੍ਰੋਫੈਸਰ ਤੇ ਯੂਨੀਵਰਸਿਟੀ ਆਫ ਸਸਕੈਚੂਨ ਚ ਪੜ੍ਹਾਈ ਸ਼ੁਰੂ ਕੀਤੀ, ਪੜ੍ਹਾਉਣਾ ਸ਼ੁਰੂ ਕੀਤਾ। ਹੁਣ ਉਹ ਡੀਨ ਨੇ ਕੈਲਗਰੀ ਯੂਨੀਵਰਸਿਟੀ ਚ ਫੈਕਲਟੀ ਆਫ ਵੈਟਰਨਰੀ ਮੈਡੀਸਨ ਦੇ ਅਬਾਊਟ $500 ਮਿਲੀਅਨ ਦੀ ਫੰਡਿੰਗ ਆ ਸਾਲ ਦੀ, 100-150 ਥੱਲੇ ਪ੍ਰੋਫੈਸਰ ਤੇ ਹੋਰ ਜਿਹੜੇ ਅਮਲਾ ਫੈਲਾ ਕੰਮ ਕਰਦਾ। ਆਸਟ੍ਰੇਲੀਆ, ਇੰਗਲੈਂਡ ਤੇ ਲੁਧਿਆਣੇ ਯੂਨੀਵਰਸਿਟੀ ਚ ਪੜ੍ਹਾਉਂਦੇ ਨੇ ਸਾਰਾ ਸਾਲ ਜਾ ਕੇ, ਬੈਸਟ ਟੀਚਰ ਦੇ ਅਵਾਰਡ ਪਤਾ ਹੀ ਨਹੀਂ ਕਿੰਨੇ ਮਿਲੇ ਹੋਏ ਨੇ, ਤੇ ਕਿਤਾਬਾਂ ਉਹ ਪੜ੍ਹਾਈ ਤੇ ਲਿਖ ਰਹੇ ਨੇ। ਸੋ ਕੰਟੀਨਿਊ, ਹੀ ਇਜ਼ 55 ਨਾਓ, 4 ਸਾਲ ਮੇਰੇ ਤੋਂ ਵੱਡੇ ਨੇ। ਜਦ ਵੀ ਮੈਂ ਕਦੇ ਮਿਲਦਾ ਉਹਨਾਂ ਨੂੰ, ਭਰਾ ਦੇ ਨਾਲ ਇੱਕ ਸਟ੍ਰੇਂਜਰ ਦੇ ਨਾਲ ਉਹ ਗੱਲ ਕਰਦੇ ਆ ਮੈਨੂੰ, ਤੇ ਹਰ ਵਕਤ ਉਹ ਇਹੀ ਦੱਸਦੇ ਰਹਿੰਦੇ ਆ ਆਹ ਕਰਨਾ ਆਹ ਕਰਨਾ, ਤੇ ਪੱਟਾਂ ਤੇ ਹਰ ਵਕਤ ਲੈਪਟਾਪ ਪਿਆ ਹੁੰਦਾ। ਕੰਟੀਨਿਊ ਹੀ ਇਜ਼ ਵਰਕਿੰਗ, ਸਵੇਰੇ 6 ਤੋਂ ਰਾਤ ਦੇ 10 ਵਜੇ ਸਾਈਕਲ ਚਲਾਉਣਾ 25-30 ਕਿਲੋਮੀਟਰ ਤੇ। ਸੱਚ ਦੀ ਉਹ ਗੱਲ ਕਰਨੀ ਆ, ਜੇ ਕੋਈ ਮੂਹਰੇ ਮੈਂ ਬੈਠਾ ਜਾਂ ਕੋਈ, ਇਉਂ ਨਹੀਂ ਹੈ ਕਹਾਣੀ ਕਿ ਉਹਨੇ ਕੀ ਕਹਿਣਾ। ਸੋ ਇਹ ਨਹੀਂ ਮੈਂ ਭਾਈ ਦੇ ਤੌਰ ਤੇ ਮਾਣ ਕਰ ਰਿਹਾ, ਮੈਂ ਇੱਕ ਨੇਸ਼ਨਹੁੱਡ ਦੇ ਤੌਰ ਤੇ ਮਾਣ ਕਰ ਰਿਹਾ। ਉਸੇ ਸਮੇਂ ਯੂਨੀਵਰਸਿਟੀ ਦੇ ਵਿੱਚ ਕੌਮ ਦੇ ਮਰਦ ਦਲੇਰ ਵੀ PAU ਚ ਪੜ੍ਹੇ, ਜਦ ਉਹ ਸਮਾਂ ਸੀ ਸਰਦਾਰ ਬੁਲਾਰਾ ਦਾ, ਸਰਦਾਰ ਬਿੱਟੂ ਦਾ, ਸਰਦਾਰ ਸੇਖੋਂ ਦਾ। ਸੋ ਕੁੱਕੀ ਹੋਣੀ ਸੁੱਖੀ ਹੋਣੀ ਕੋਈ ਸਮਾਂ ਸੀ, ਗੁਰੂ ਨਾਨਕ ਇੰਜੀਨੀਅਰ ਕਾਲਜ ਦੇ ਵਿੱਚ ਵੀ ਉਸ ਸਮੇਂ ਸਮਾਂ ਕੁਛ ਉਹ ਅਜਿਹਾ ਸੀ ਜਿਹੜਾ ਆਪਣੀ ਤੌਰ ਤੁਰਦਾ ਸੀ। ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਮੈਂ ਹੁਣ ਪੁੱਤਰ ਨੂੰ, ਸੇਖੋਂ ਨੂੰ, ਜਾਂ ਮੈਂ ਭਾਈ ਸਾਹਿਬ ਦੀ ਗੱਲ ਕੀਤੀ, ਜਾਂ ਫਿਰ ਹੋਰ ਨੇ ਸਾਡੇ ਆਟਵਾ ਦੇ ਵਿੱਚ ਸਰਦਾਰ ਮੁੰਡੇ ਨੇ ਕੋਈ ਲਾਅ ਕਰਦਾ ਕੋਈ, ਜਾਂ ਸਰਦਾਰ ਜਗਮੀਤ ਸਿੰਘ ਨੇ ਦਸਤਾਰ ਦੇ ਨਾਲ ਅੰਮ੍ਰਿਤਧਾਰੀ, ਇੱਕ ਕੈਨੇਡਾ ਦੀ ਨੈਸ਼ਨਲ ਪਾਰਟੀ ਦਾ ਲੀਡਰ ਹੈ ਅੱਜ, ਵੋਟਾਂ ਵੱਧ ਘੱਟ ਨਾਲ ਮੈਂ ਕੱਦ ਨਹੀਂ ਮਿਣਦਾ, ਇਸ ਨੇ ਸਰਦਾਰ ਮਾਨ ਦਾ ਕੱਦ ਬੁੱਤ ਮੈਂ ਵੋਟਾਂ ਨਾਲ ਨਹੀਂ ਕਦੇ ਮਿਣਦਾ, ਨਾ ਹੀ ਖਾਲੜਾ ਸਰਦਾਰਨੀ ਖਾਲੜਾ ਦਾ ਮੈਂ ਮਿਲਣਾ। ਮੈਂ ਇੱਕ ਨੇਸ਼ਨਹੁੱਡ ਦੇ ਕਨਸੈਪਟ ਤੇ ਗੱਲ ਕਰ ਰਿਹਾ ਕਿ ਇਹ ਚੀਜ਼ਾਂ ਜਿਹੜੀਆਂ ਸਾਨੂੰ ਸਿਰ ਉੱਚਾ ਕਰਕੇ ਤੋਰਦੀਆਂ ਨੇ, ਕਿ ਇਸ ਤਰ੍ਹਾਂ ਹੋਰ ਬਹੁਤ ਹੋਣਗੇ ਜਿਹਨਾਂ ਨੂੰ ਮੈਂ ਨਹੀਂ ਜਾਣਦਾ, ਬਈ ਕਿੰਨੇ ਕੁ ਹੋਣਗੇ ਹੋਰ ਯੂਨੀਵਰਸਿਟੀ ਚ ਸਾਡੇ ਪ੍ਰੋਫੈਸਰ ਡਾਕਟਰ ਜਿਹੜੇ PhD ਕਰਕੇ, ਪਰ ਗਿਣਤੀ ਹਾਲੇ ਵੀ ਬਹੁਤ ਘੱਟ ਹੈ। ਜੇ ਤਰੱਕੀਆਂ ਕਰਨੀਆਂ ਜਵਾਕਾਂ ਨੂੰ ਪੜ੍ਹਾਓ, ਜਵਾਕਾਂ ਨੂੰ ਸਾਡੇ ਜਵਾਕ ਜਾਣੇ ਚਾਹੀਦੇ, ਕੁਈਨਸ ਦੇ ਵਿੱਚ ਜਾਣ, ਯੂਨੀਵਰਸਿਟੀ ਆਫ ਟੋਰਾਂਟੋ ਚ, UBC ਚ, SFU ਚ ਜਾਣ, ਯੂਨੀਵਰਸਿਟੀ ਆਫ ਕੈਲਗਰੀ ਜਾਣ, ਅਲਬਰਟਾ ਯੂਨੀਵਰਸਿਟੀ ਜਾਣ, ਇਸ ਤਰ੍ਹਾਂ ਜਾਣ। ਲਿਟ ਸਾਹਿਬ ਕੋਲ ਬੈਠੇ ਨੇ ਬੇਟਾ ਹਰਮਨ ਲਿਟ ਜਿਹੜਾ ਕੁਈਨਸ ਚ ਪੜ੍ਹਿਆ ਜਾ ਕੇ, ਇੱਥੋਂ ਕਿੱਥੇ ਸਰੀ ਤੇ ਕਿੱਥੇ ਕੁਈਨਸ। ਇਹ ਜਿਹੜੀਆਂ ਕਹਾਣੀਆਂ ਇਹ ਮੈਨੂੰ ਮਾਣ ਦਿੰਦੀਆਂ, ਮੇਰੀ ਨੇਸ਼ਨਹੁੱਡ ਦਾ, ਕੌਮ ਦਾ, ਮੇਰੇ ਜਵਾਕ ਮੇਰੀ ਕੌਮ ਦੇ ਚੜ੍ਹਦੀ ਕਲਾ ਚ ਜਾ, ਜਿਹਦੇ ਆਲੇ ਦੁਆਲੇ ਇਹ ਗੱਲ ਘੁੰਮਦੀ ਹੈ, ਕੋਈ ਸੰਸਾ ਨਹੀਂ ਹੈ। ਔਰ ਆਪਣਿਆਂ ਨੂੰ ਵਡਿਆਉਣਾ ਜਿਹੜਾ ਕੋਈ ਹੋਸ਼ਾਪਣ ਨਹੀਂ, ਪਰ ਮੈਨੂੰ ਵਧੀਆ ਲੱਗਦਾ, ਤਰੱਕੀ ਹੋਵੇ, ਹੋ ਸਿਰੇ ਤੇ ਜਾਣ। ਗੁਰੂ ਕਲਗੀਧਰ ਦੇ ਪੁੱਤ ਗਗਨ ਚ ਚਮਕਣ ਪੂਰੇ, ਨਾਂ ਹੋਵੇ ਕੌਮ ਦਾ। ਸਰ ਜਗਪਾਲ ਸਿੰਘ ਲਿਟ ਚਿਰਾਂ ਬਾਅਦ ਗੱਲਬਾਤ ਕਰ ਰਹੇ ਨੇ ਜੀ, ਹੁਣ ਸਮਰ ਦੇ ਵਿੱਚ ਫੇਰ ਆਪਾਂ ਗੱਲਬਾਤ ਤੋਰਨੀ ਆ, ਕੁਝ ਇੱਕ ਚੇਂਜਸ ਆ ਰਹੀਆਂ ਇੰਡਸਟਰੀ ਦੇ ਵਿੱਚ। ਇੱਕ ਖੁਸ਼ੀ ਦੀ ਖਬਰ ਇਹ ਹੈ ਵੀ ਕੈਨੇਡਾ ਹਾਊਸਿੰਗ ਐਂਡ ਮੋਰਗੇਜ ਕਾਰਪੋਰੇਸ਼ਨ ਨੇ ਅੱਜ ਗੱਲ ਕੀਤੀ ਹੈ ਕਿ ਮਾਰਚ ਦੇ ਹਿਸਾਬ ਦੇ ਨਾਲ 22% ਵਾਧਾ ਹੋਇਆ, ਨਵੀਂ ਜਿਹੜੇ ਯੂਨਿਟ ਨੇ ਸ਼ੁਰੂ ਹੋਏ ਨੇ, 2.25 ਲੱਖ ਦੇ ਕਰੀਬ ਯੂਨਿਟ ਸ਼ੁਰੂ ਹੋਏ ਨੇ ਕੈਨੇਡਾ ਦੇ ਵਿੱਚ, ਪਿਛਲੇ ਮਾਰਚ ਚ 1,90,000 ਸੀ। ਸੋ ਇਹ ਸ਼ੁਭ ਸ਼ਗਨ ਹੈ, ਮਾਰਕੀਟ ਦੁਆਰਾ ਪੈਰਾਂ ਤੇ ਆ ਰਹੀ ਹੈ, ਔਰ ਮਾਰਕੀਟ ਅਸੀਂ ਚੱਲਦੀ ਰੱਖਣੀ ਹੈ, ਇਹਦੇ ਬਿਨਾਂ ਅਸੀਂ ਨਹੀਂ ਸਰਵਾਈਵ ਕਰਦੇ, ਇਹ ਹਰ ਹਾਲਤ ਚੱਲਣੀ ਚਾਹੀਦੀ। ਲਿਟ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗਿੱਲ ਸਾਹਿਬ, ਤੁਹਾਨੂੰ ਤੇ ਪ੍ਰੋਗਰਾਮ ਸਾਰਿਆਂ ਨੂੰ। ਮਾਰਕੀਟ ਦੀ ਮੈਂ ਗੱਲ ਤੁਹਾਡੀ ਗੱਲ ਦੇ ਵਿੱਚ ਗੱਲ ਕਰ ਰਿਹਾ ਜੀ। ਇਹ ਮਾਰਕੀਟ ਦਾ ਆਪਣਾ ਪਿਛਲਾ ਤਜਰਬਾ ਤਾਂ ਇਹ ਹੈ ਮਾਰਕੀਟ ਦਾ ਵੀ, ਆਪਾਂ ਜਦੋਂ ਕੋਈ ਚੀਜ਼ ਨਵੀਂ ਇੰਪਲੀਮੈਂਟ ਹੁੰਦੀ ਆ, ਕੋਈ ਨਵੀਂ ਹਰਡਲ ਆਉਂਦੀ ਆ ਵਿੱਚ ਰਾਹ ਦੇ, ਤਾਂ ਉਦੋਂ ਆਪਾਂ ਨੂੰ ਬਹੁਤ ਔਖਾ ਲੱਗਦਾ, ਪਰ ਥੋੜੇ ਚਿਰ ਬਾਅਦ ਲੋਕ ਯੂਜ਼ ਟੂ ਹੋ ਜਾਂਦੇ ਆ ਵੀ ਹੁਣ ਇਹ
ਇਸ ਯੁੱਗ ਦੇ ਵਿੱਚ, ਇਸ ਜ਼ਮਾਨੇ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਰਹਿਣਾ ਪੈਣਾ ਆ, ਨੈਸੈਸਿਟੀ ਜੋ ਹੈਗੀਆਂ ਉਹ ਕਰਨੀਆਂ ਪੈਣੀਆਂ। ਯੂਜ਼ ਟੂ ਲੋਕੀ ਹੋ ਜਾਂਦੇ ਆ, ਜਿੱਦਾਂ ਹੁਣ ਸਟ੍ਰੈਸ ਟੈਸਟ ਦਾ ਯੂਜ਼ ਟੂ ਲੋਕੀ ਤਕਰੀਬਨ ਹੀ ਹੋ ਚੱਲੇ ਨਿਕਲ ਗਏ ਵਿੱਚ। ਹਾਂਜੀ, ਅੱਛਾ ਮੈਨੂੰ ਐਂ ਦੱਸੋ ਕਿ ਕਾਰ ਮੇਜਰ ਜਿਹੜਾ ਡਰਾਬੈਕ ਦਾ ਹੋਇਆ ਪਿਛਲਾ 18 ਹੀ ਲਾ ਲਈਏ ਆਪਾਂ, 17 ਤਾਂ ਠੀਕ ਸੀ ਆਪਾਂ, 18 ਮਾੜਾ ਸੀ ਸਾਡਾ। ਹਾਂਜੀ, 18 ਦਾ ਮੇਜਰ ਕਾਰਨ ਸਟ੍ਰੈਸ ਟੈਸਟ ਸੀ ਬਈ, ਕਈ ਚੀਜ਼ਾਂ ਸੀਗੀਆਂ ਉਹਦੇ ਵਿੱਚ। ਅੱਛਾ, ਰਿਲੇਟਡ ਨੇ ਇੱਕ ਦੂਸਰੇ ਨਾਲ, ਸਾਰੀਆਂ ਰਿਲੇਟਡ ਨੇ। ਹਾਂਜੀ, ਕੁਛ ਤਾਂ ਇੱਕ ਤਾਂ ਹੋਇਆ ਪ੍ਰਾਈਸ ਬਹੁਤ ਜ਼ਿਆਦਾ ਹੋ ਗਈਆਂ। ਅੱਛਾ, ਠੀਕ ਹੈ ਜੀ, ਜ਼ਿਆਦਾ ਅਫੋਰਡੇਬਿਲਟੀ ਤੋਂ ਉੱਪਰ ਚਲੀਆਂ, ਸੈਟਲ ਹੋ ਗਈਆਂ ਹੁਣ। ਹੁਣ ਉਹ ਲੋਕੀ ਯੂਜ਼ ਟੂ ਹੋ ਗਏ ਉੱਥੇ, ਬਸ ਆ ਜੀ ਉਹੀ ਚੱਕਰ ਆ ਵੀ ਜਦੋਂ ਪ੍ਰਾਈਸਾਂ ਵੱਧਦੀਆਂ ਜਾਂਦੀਆਂ ਪਹਿਲਾਂ ਐਂ ਲੱਗਦਾ ਹੁੰਦਾ ਵੀ ਬਹੁਤ ਜ਼ਿਆਦਾ, ਤੇ ਫਿਰ ਜਦੋਂ ਆਪਾਂ ਆਏ ਸੀ ਆਪਾਂ ਨੂੰ ਕਿਹੜਾ ਲੱਗਦਾ ਸੀ ਆਪਾਂ 3 ਲੱਖ ਦਾ ਘਰ ਲੈ ਲਾਂਗੇ। ਕਮਾਲ ਹੋ ਗਈ, 1.5 ਲੱਖ ਦੀ ਲੋਟ 60x120 ਦੀ ਫੰਡ ਵਿੱਚ। ਹਾਂ, ਉਹੀ ਗੱਲ ਕਰਦੇ, ਆਪਾਂ ਨੂੰ ਕਿਹੜਾ ਲੱਗਦਾ ਸੀ ਆਪਾਂ 2002 ਤੇ, ਬਾਕੀ ਗੱਲ ਆ ਵੀ ਆਪਾਂ ਲੈ ਕੇ ਵੀ $20 ਆਏ ਸੀ ਤੇ ਹੁਣ ਵਾਲੇ ਲੈ ਕੇ ਵੀ ਮਿਲੀਅਨ ਆਉਂਦੇ ਆ, ਇਹ ਫਰਕ ਆ। ਤੇ ਇਹ ਗੱਲ ਨੀ ਕਹਿਣੀ ਚਾਹੀਦੀ ਸਾਨੂੰ ਵੀ ਇੱਥੇ ਲੋਕਾਂ ਤੋਂ ਘਰ ਲੈ ਨੀ ਹੁਣ ਜਿਹੜੇ ਨਵੇਂ ਆਉਂਦੇ ਆ। ਮੁੰਡੇ ਸਟੂਡੈਂਟ ਵਰਕ ਪਰਮਿਟ ਤੇ ਆਉਂਦੇ ਆ, ਪੜ੍ਹਨ ਆਉਂਦੇ ਆ, ਬਹੁਤ ਮਿਹਨਤੀ ਨੇ ਮੁੰਡੇ ਜੀ, ਦੇ ਵਿਲ ਗੈਟ ਦਾ ਹਾਊਸ, ਕੋਈ ਪ੍ਰੋਬਲਮ ਨੀ ਏਡਾ ਦੀ। ਉਹਨਾਂ ਨੇ ਓਨਰ ਬਣ ਜਾਣਾ ਬਹੁਤ ਛੇਤੀ, ਘਰਾਂ ਦੇ, ਕਾਂਡੋਜ ਦੇ, ਟਾਊਨ ਹਾਊਸ ਦੇ, ਸਟੈਪ ਬਾਈ ਸਟੈਪ ਬਹੁਤ ਮਿਹਨਤੀ ਨੇ ਮੁੰਡੇ, ਕੋਈ ਚੱਕਰ ਨੀ ਇਹਦੇ ਵਿੱਚ। ਜਿਹੜੀ ਆਪਾਂ ਗੱਲ ਕਰਦੇ ਹਾਂ ਇਹ ਬਈ, ਜਿਹੜਾ ਜਦੋਂ ਯੂਜ਼ ਟੂ ਲੋਕੀ ਹੋ ਜਾਂਦੇ ਆ ਨਾ, ਫਿਰ ਉਹ ਭੁੱਲ ਜਾਂਦੇ ਆ ਕਿ ਪਹਿਲਾਂ ਹੁੰਦਾ ਸੀ ਟੈਸਟ ਜਾਂ ਨਹੀਂ ਹੁੰਦਾ ਸੀ, ਹੁਣ ਹੈਗਾ, ਅੱਜ ਦੇ ਹਿਸਾਬ ਨਾਲ ਲੋਕਾਂ ਨੇ ਉਸ ਚੀਜ਼ ਨੂੰ ਪਾਸ ਹੋਣ ਲੱਗ ਜਾਣਾ ਤੇ ਉਹ ਚੀਜ਼ ਨੂੰ ਐਕਸੈਪਟ ਕਰ ਲੈਣਾ ਤੇ ਕੋਈ ਪ੍ਰੋਬਲਮ ਨਹੀਂ, ਸਭ ਕੁਛ ਭੁੱਲ ਜਾਂਦਾ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ। ਅੱਛਾ ਬਾਈ ਜੀ, ਅਸਲ ਆਪਾਂ ਵਿਸ਼ੀਅਸਲੀ ਕ੍ਰਿਟਿਕ ਰਹੇ ਵੀ ਸਿਟੀ ਆਫ ਸਰੀ ਦੀ ਪਲੈਨਿੰਗ ਤੇ ਇੰਜੀਨੀਅਰਿੰਗ ਤੇ ਪਲੈਨਿੰਗ ਡਿਪਾਰਟਮੈਂਟ ਵਿੱਚ ਕੀ ਹੋ ਰਿਹਾ, ਕਿਉਂ ਨੀ ਸਾਨੂੰ ਸੁਣਿਆ ਜਾਂਦਾ, ਆਪਾਂ ਉਹਦੇ ਵਿੱਚ ਦੀ ਲੰਘੇ। ਹਾਂਜੀ, ਤੇ ਘੰਟਿਆਂ ਵੱਧੀ ਬੈਠ ਕੇ ਤੇ ਫਿਰ ਇੱਕ ਮੈਡਮ ਆਉਂਦੀ ਹੈ, ਮੈਡਮ ਗੱਲ ਕਰ ਰਹੀ ਆ, ਉਹਦੇ ਟੈਂਪਰਾਮੈਂਟ ਠੀਕ ਨੀ, ਜਾਂ ਈਮੇਲ ਆ ਗਈ, ਸਨੈਗਲਿਸਟ ਆ ਗਈ, ਹੁਣ ਪਰਮਿਟ ਲਈ ਇੰਨੀਆਂ ਚੀਜ਼ਾਂ ਦੇ ਤੀਆਂ, ਦੁਬਾਰਾ ਫਿਰ ਇੱਕ ਨਵੀਂ ਲਿਸਟ ਫੇਰ ਆ ਗਈ, 20 ਹੋਰ ਦਿਨ ਹੁੰਦੀਆਂ ਜੀ। ਹਾਂ, ਤੇ ਹੁਣ ਕਿਉਂਕਿ ਤੁਹਾਡਾ ਰੋਜ਼ਮਰਾ ਦਾ ਕੰਮ ਹੈ, ਤੁਸੀਂ ਸੁਪਰਵਾਈਜ਼ ਕਰਦੇ ਹੋ, ਘਰ ਬਣਾਉਂਦੇ ਹੋ ਆਪਣੇ ਵੀ, ਲੋਕਾਂ ਦੇ ਵੀ, ਹੁਣ ਮੈਨੂੰ ਦੱਸੋ ਵੀ ਪਿਛਲੇ ਸਮੇਂ ਚੋਂ ਇਹ 7-8 ਮਹੀਨਿਆਂ ਜਦੋਂ ਨਵਾਂ ਮੇਅਰ ਆਏ ਨੇ ਤੇ ਕੌਂਸਲ ਆਈ ਹੈ, ਐਂ ਦੱਸੋ ਐਕਸੈਸਿਬਿਲਟੀ, ਉਹਦੇ ਬਾਅਦ ਕੰਮ ਕਰਨ ਦਾ ਉੱਥੇ ਢੰਗ, ਤੇ ਤੁਹਾਡਾ ਕੌਂਸਲਰ ਤੱਕ ਆਉਣਾ ਜਾਣਾ ਕਿੰਨੀ ਕੁ ਗੱਲ ਦਾ ਫਰਕ ਹੈ, ਬਿਲਕੁਲ ਕਲੀਅਰ ਗੱਲ ਦੱਸੋ। ਬਈ, ਜਿੱਥੇ ਤੱਕ ਕੌਂਸਲਾਂ ਦੀ ਆ, ਉਹ ਤਾਂ ਵੈਰੀ ਓਪਨ ਨੇ, ਉਹ ਕਹਿੰਦੇ ਅਸੀਂ 5th ਫਲੋਰ ਤੇ ਬੈਠੇ ਹਾਂ, ਸਾਡੇ ਨਾਲ ਅਪੋਇੰਟਮੈਂਟ ਬਣਾਓ, ਜਦੋਂ ਵੀ ਤੁਸੀਂ ਸਿਟੀ ਹਾਲ ਆਉਂਦੇ ਹੋ ਸਾਨੂੰ ਹੈਲੋ ਹਾਈ ਕਰਕੇ ਜਾਓ। ਓਕੇ, ਉਹ ਕਹਿੰਦੇ ਆ ਵੈਰੀ ਓਪਨਲੀ, ਐਕਸੈਸਿਬਿਲਟੀ ਹੈਗੀ ਆ ਜੀ। ਤੇ ਦੂਸਰੀ ਗੱਲ, ਜਿਹੜਾ ਕੰਮਕਾਜ ਆ, ਕੰਮਕਾਜ ਸਿਟੀ ਹਾਲ ਦੇ ਵਿੱਚ ਜਦੋਂ ਸਰਕਾਰਾਂ ਬਦਲਦੀਆਂ ਨੇ, ਸਟਾਫ ਤੇ ਉਹੀ ਰਹਿੰਦਾ ਹੁੰਦਾ ਨਾ, ਸਟਾਫ ਤੇ ਨਹੀਂ ਬਦਲਦਾ, ਬਿਊਰੋਕਰੇਸੀ ਉਹੀ ਰਹਿੰਦੀ ਹੁੰਦੀ ਹੈ ਸਾਰੀ, ਉਸ ਚੀਜ਼ ਦੇ ਵਿੱਚ ਬਹੁਤਾ ਵੱਡਾ ਫਰਕ ਅਜੇ ਤੱਕ ਦੇਖਣ ਨੂੰ ਸਾਨੂੰ ਸਿਟੀ ਆਫ ਸਰੀ ਦੇ ਵਿੱਚ ਨਹੀਂ ਮਿਲਿਆ। ਸੱਚ ਹੈ ਗੱਲ, ਬਿਲਕੁਲ ਸੱਚ ਗੱਲ ਹੈਗੀ। ਸੋ ਟ੍ਰਾਂਜੀਸ਼ਨ ਹੋ ਰਹੀ ਹੈ ਜਾਂ ਹਲੇ ਉੱਥੇ ਹੀ ਗੱਲ ਖੜੀ ਹੈ, ਪੰਚਾਂ ਦਾ ਕਿਹਾ ਸਰ ਮੱਥੇ ਪਰਨਾਲਾ ਉੱਥੇ ਦਾ, ਕੁਛ ਮੀਟਿੰਗਸ ਹੋਈਆਂ ਨੇ ਆਪਣੀਆਂ ਇਹਨਾਂ ਦੇ ਨਾਲ, ਜਿਹੜੀ ਆਫੀਸ਼ਲਸ ਦੇ ਨਾਲ ਵੀ ਹੋਈਆਂ ਤੇ ਕੌਂਸਲਰਸ ਦੇ ਨਾਲ ਵੀ ਹੋਈਆਂ ਮੀਟਿੰਗਸ, ਉਹਨਾਂ ਮੀਟਿੰਗਸ ਦੇ ਵਿੱਚ ਸਾਨੂੰ ਭਰੋਸਾ ਤਾਂ ਇਹੋ ਹੀ ਸ਼ੁਰੂ ਤੋਂ ਦਿੱਤਾ ਜਾ ਰਿਹਾ ਐਕਚੁਅਲੀ, ਕਿ ਤੁਸੀਂ ਥੋੜੇ ਚਿਰ ਚ ਰਿਜ਼ਲਟ ਦੇਖੋਗੇ, ਪਰ ਆਪਾਂ ਨੂੰ ਇੱਦਾਂ ਹੁੰਦਾ ਵੀ ਅਸੀਂ ਆਲਵੇਜ਼ ਚਾਹੁੰਦੇ ਹੁੰਦੇ ਹਾਂ ਵੀ ਸਾਡੇ ਮਸਲੇ ਪਹਿਲਾਂ ਹੱਲ ਹੋਣ, ਪਰ ਮੈਨੂੰ ਲੱਗਦਾ ਜਨਰਲ ਗੱਲ ਕਰਨੀ ਆ, ਇਨ ਜਨਰਲ ਉਹ ਸਟੈਪ ਬਾਈ ਉਹਨਾਂ ਨੇ ਇਹ ਦੇਖਣਾ ਕਮਿਊਨਿਟੀ ਦੀਆਂ, ਲੋਕਾਂ ਦੀਆਂ ਪ੍ਰਾਇਓਰਟੀ ਸਭ ਤੋਂ ਕਿਹੜੀ ਹੈ, ਪਹਿਲਾਂ ਆਉਣੀਆਂ ਨੇ ਕਿਹੜੀਆਂ, ਦੂਜੇ ਨੰਬਰ ਤੇ ਕਿਹੜੀਆਂ, ਤੀਜੇ ਤੇ ਆਉਂਦੀਆਂ ਨੇ, ਉਹ ਉਸ ਹਿਸਾਬ ਨਾਲ ਕੰਮ ਕਰ ਰਹੇ ਆ, ਪਰ ਜਿਵੇਂ ਉਹਨਾਂ ਦੇ ਭਰੋਸੇ ਦਿੱਤੇ ਜਾ ਰਹੇ ਆ ਤੇ ਆਸ ਆ ਉਹਨਾਂ ਤੇ ਸਾਨੂੰ ਵੀ ਕਿ ਉਹ ਕਰਨਗੇ, ਸਾਡੀ ਗੱਲ ਸੁਣਨਗੇ, ਕਿਉਂਕਿ ਸਰੀ ਦੇ ਵਿੱਚ ਬਹੁਤ ਵੱਡੀ ਇੰਡਸਟਰੀ ਆ ਇੱਕ ਬਿਲਡਿੰਗ ਦੀ। ਬਿਲਕੁਲ ਜੀ, ਇਹਦੇ ਬਿਨਾਂ ਅਸੀਂ ਸਰਵਾਈਵ ਹੀ ਨਹੀਂ ਕਰਦੇ, ਇਹਦੇ ਆਲੇ ਦੁਆਲੇ ਗੱਲ ਚੱਲਦੀ, ਇਹਦੇ ਸਾਰਾ ਬਿਜ਼ਨਸ ਇਹਦੇ ਦੁਆਲੇ ਘੁੰਮਦਾ, ਤੇ ਗੱਡੀਆਂ ਵੀ ਤਾਂਹੀਓ ਚੱਲਦੀਆਂ ਨੇ ਜਿਹੜੀਆਂ ਵੱਡੀਆਂ SUV, ਤੁਸੀਂ ਗੱਲ ਕਰਦੇ ਹੁੰਦੇ ਹੋ ਵੀ ਸਰਦਾਰ ਟਿੱਕੇ ਤੇ ਫਿਰਦੇ, ਸਰਦਾਰ ਨੀ ਜਦੋਂ SUV ਲੈ ਕੇ ਐਸਕਲੇਟ ਲੈ ਕੇ ਘੁੰਮਦੀਆਂ ਨੇ, ਤੇ ਉਹ ਇਹਨਾਂ ਚੀਜ਼ਾਂ ਵਾਲੇ ਘੁੰਮਦੀਆਂ ਨੇ, ਇਹਨਾਂ ਦਾ ਮੇਨ ਜਿਹੜਾ ਧੜਾ ਆ, ਹੱਬ ਆ ਸਰੀ। ਹੁਣ ਤੁਸੀਂ ਉਦਾਂ ਵੀ ਦੇਖੋ, ਕੰਸਟਰਕਸ਼ਨ ਦੀ ਹੱਬ ਇੱਕ ਸਰੀ ਬਣ ਗਈ ਆ, ਜੇ ਪਹਿਲਾਂ ਪਹਿਲ ਹੁੰਦਾ ਸੀਗਾ ਕੁਛ ਚੀਜ਼ਾਂ ਲੈਣ ਲਈ ਸਾਨੂੰ ਰਿਚਮੜ ਜਾਣਾ ਪੈਂਦਾ ਸੀ, ਜਾਂ ਲੈਂਗਲੀ ਜਾਣਾ ਪੈਂਦਾ, ਵੈਨਕੋਵਰ ਬਰਨ ਵੀ ਜਾਣਾ ਪੈਂਦਾ ਹੁੰਦਾ ਸੀ, ਹੁਣ ਤਾਂ ਹੱਬ ਆ, ਹੁਣ ਤਾਂ ਵੈਨਕੋਵਰ ਤੋਂ ਟ੍ਰੇਡਮੈਨ ਸਾਰੇ ਸਰੀ ਤੋਂ ਜਾਂਦੇ ਆ ਵੈਨਕੋਵਰ ਕੰਮ ਕਰਨ। ਅੱਛਾ, ਸਰੀ ਇੱਥੇ ਸਰੀ ਦੇ ਵਿੱਚ ਆ। ਲੇਟ ਸਾਹਿਬ, ਕਿੰਨੇ ਜਣੇ, ਕਿੰਨੇ ਪਰਿਵਾਰ ਨੇ, ਇੱਕ ਘਰ ਦੇ ਮੈਂ ਕਹਾਂ ਵੀ, ਇੱਕ ਘਰ ਦੇ ਆਲੇ ਦੁਆਲੇ, ਇੱਕ ਜਿਹੜਾ ਮਾਲਕ ਬਣਾ ਰਿਹਾ ਉਹ ਤਾਂ ਗੱਲ, ਕਿੰਨੇ ਪਰਿਵਾਰ ਨੇ ਟੋਟਲ ਡਿਜ਼ਾਈਨਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਕਿੰਨੇ ਬੰਦੇ ਹੋਣਗੇ, 60-70-80 ਵਿੱਚ ਮਟੀਰੀਅਲ ਪ੍ਰੋਵਾਈਡਰ ਕਿੰਨੇ ਹੋਣਗੇ ਬਾਈ ਜੀ? ਐਵਰੇਜ 70-80 ਬਾਈ, ਬਹੁਤ ਆ ਮੈਨੂੰ ਲੱਗਦਾ ਕੋਈ, ਜੇ ਤੁਸੀਂ ਇਸ ਤਰ੍ਹਾਂ ਦੇਖੋ, ਦੂਸਰੇ ਹਿਸਾਬ ਨਾਲ ਦੇਖੋ ਵੀ ਸਰੀ ਦੇ ਵਿੱਚ
ਕੋਈ ਪਰਿਵਾਰ ਇਹੋ ਜਿਹਾ ਹੋਣਾ ਹੀ ਨੀ ਜਿਹਦੇ ਵਿੱਚ ਪੰਜ ਸੱਤ ਦਸ ਬੰਦੇ ਕੰਸਟਰਕਸ਼ਨ ਇੰਡਸਟਰੀ ਨਾਲ ਰਿਲੇਟਡ ਨਾ ਹੋਣ, ਕੋਈ ਪਰਿਵਾਰ ਏਦਾਂ ਦਾ ਹੋਣਾ ਹੀ ਨੀ ਸਦੀ ਦੇ ਵਿੱਚ, ਪੰਜਾਬੀ ਪਰਿਵਾਰ ਖਾਸ ਕਰਕੇ ਜਿਹਨੂੰ ਆਪਾਂ ਕਹੀਏ। ਅੱਛਾ, ਜਿਹੜਾ ਆਪਾਂ ਇਨ ਟਰਮਸ ਆਫ ਸਿਟੀ ਆਫ ਸਰੀ ਦੀ ਇਹਦੀ ਮੈਂ ਗੱਲ ਕਰ ਰਿਹਾ, ਹੁਣ ਮੈਨੂੰ ਐਂ ਦੱਸੋ ਕਿ ਜਿਹੜੇ ਇੰਸਪੈਕਟਰ ਨੇ ਜੀ ਹਾਂ ਬਾਹਰ ਆਉਂਦੇ ਨੇ, ਉਹਦੇ ਚ ਬਹੁਤ ਤਜਰਬੇਕਾਰ ਨੇ, ਬੜੇ ਕੋਆਪਰੇਟ ਕਰਦੇ ਆ ਤੁਹਾਨੂੰ ਚਿਰਾਂ ਵਾਲੇ ਬੰਦਿਆਂ ਨੂੰ, ਉਹਨਾਂ ਨੂੰ ਦੱਸਦਾ, ਉਹਨਾਂ ਨੂੰ ਟੇਸਟ ਦਾ ਵੀ ਪਤਾ ਲੱਗ ਜਾਂਦਾ ਵੀ ਕਿਹੜਾ ਬਿਲਡਰ ਕਿਵੇਂ ਕੰਮ ਕਰਦਾ। ਜੀ ਹਾਂ ਬਿਲਕੁਲ, ਜਿਵੇਂ ਤੁਹਾਡੀ ਸਾਖ ਹੈ ਕਿ ਤੁਸੀਂ ਕਲੀਅਰ ਰੱਖਦੇ ਹੋ ਗੱਲ, ਕੰਮ ਸਾਫ ਕਰਦੇ ਹੋ, ਤੇ ਉਹ ਉਹਨਾਂ ਨੂੰ ਪਤਾ ਲੱਗ ਜਾਂਦਾ, ਤੇ ਉਹ ਉਹਨਾਂ ਦਾ ਬਿਹੇਵੀਅਰ, ਉਹਨਾਂ ਦਾ ਟਾਈਮਿੰਗ, ਉਹਨਾਂ ਦਾ ਅਪੁਆਇੰਟਮੈਂਟ ਦਾ ਟਾਈਮ, ਉਹ ਕਿਵੇਂ ਚੱਲ ਰਿਹਾ? ਦੇਖੋ ਜੀ, ਬਿਹੇਵੀਅਰ ਆ ਜਿਹੜਾ ਇੰਸਪੈਕਟਰਾਂ ਦਾ, ਉਹ ਤਾਂ ਤੁਹਾਨੂੰ ਪਤਾ ਜਿਹੜਾ ਬਿਹੇਵੀਅਰ ਆ ਉਹ ਜਿਹਨਾਂ ਨਾਲ ਪਹਿਲਾਂ ਵਧੀਆ ਉਹਨਾਂ ਦਾ ਬਾਅਦ ਚ ਵੀ ਵਧੀਆ ਰਹਿਣਾ, ਹੈਨਾ, ਜਿਹੜੇ ਜਿਹਨਾਂ ਦਾ ਬਿਹੇਵੀਅਰ ਜਿਹਨਾਂ ਨੂੰ, ਜਿਹੜੇ ਦੋ ਤਰ੍ਹਾਂ ਦੇ ਇੰਸਪੈਕਟਰ ਹੁੰਦੇ ਆ ਜੀ, ਮੈਂ ਆਪਾਂ ਪਹਿਲਾਂ ਵੀ ਦੱਸ ਚੁੱਕਿਆ, ਇੱਕ ਹੁੰਦੇ ਆ ਦੇ ਵਾਂਟ ਟੂ ਹੈਲਪ ਯੂ ਕੰਟੀਨਿਊ ਯੋਰ ਵਰਕ, ਓਕੇ, ਇੱਕ ਹੁੰਦੇ ਚੱਲੀ ਜਾਵੇ, ਉਹ ਕਹਿੰਦੇ ਅਸੀਂ ਤੁਹਾਡੀ ਹੈਲਪ ਕਰਨੀ ਆ, ਤੁਹਾਡਾ ਕੰਮ ਚੱਲਦਾ ਰੱਖਣਾ। ਜੇ ਫਿਲਮ ਦੀ ਇੰਸਪੈਕਸ਼ਨ ਕਰਨ ਆਇਆ ਇੰਸਪੈਕਟਰ, ਉਹਦੇ ਚ ਦੋ ਜਾਂ ਤਿੰਨ ਜਾਂ ਚਾਰ ਗਲਤੀਆਂ ਨੇ, ਉਹਨੂੰ ਪਤਾ ਵੀ ਇਹ ਮੈਂ ਨੈਕਸਟ ਇੰਸੂਲੇਸ਼ਨ ਇੰਸਪੈਕਸ਼ਨ ਦੇਖ ਸਕਦਾ, ਤਾਂ ਉਹਨੇ ਤੁਹਾਡੀ ਫਰੇਮ ਪਾਸ ਕਰ ਜਾਣਾ, ਉਹਨੇ ਉਹ ਡੈਫੀਸ਼ੀਐਂਸੀ ਨੋਟ ਕਰ ਲੈਣੀ ਇੰਸੂਲੇਸ਼ਨ ਤੇ ਤੁਹਾਨੂੰ ਦਿਖਾ ਦਿਓ। ਦੂਸਰੀ ਤਰ੍ਹਾਂ ਦੇ ਇੰਸਪੈਕਟਰ ਇਹ ਆਉਂਦੇ ਆ ਕਿ ਉਹਨਾਂ ਨੇ ਇੱਕ ਦੋ ਗਲਤੀਆਂ ਦੇਖੀਆਂ ਤੇ ਉਹਨਾਂ ਨੇ ਤੁਹਾਡੀ ਇੰਸੂਲੇਸ਼ਨ ਲਈ ਤੁਹਾਨੂੰ ਓਕੇ ਕਰਕੇ ਜਾਣਾ ਹੀ ਨੀਗਾ, ਉਹ ਕੁਛ ਆਉਂਦੇ ਆ ਕੰਮ ਨੂੰ ਰੋਕਣ, ਕੁਛ ਆਉਂਦੇ ਆ ਤੁਹਾਡੀ ਹੈਲਪ ਕਰਕੇ ਕੰਮ ਨੂੰ ਕੰਟੀਨਿਊ ਕਰਨ ਦੇ, ਦੋਨੇ ਤਰ੍ਹਾਂ ਦੇ ਹੈਗੇ ਆ, ਸਾਰੀਆਂ ਸਿਟੀ ਦੇ ਵਿੱਚ ਹੈਗੇ ਆ, ਇਕੱਲੀ ਸਦੀ ਦੇ ਵਿੱਚ ਨਹੀਂ, ਦੋਨੇ ਤਰ੍ਹਾਂ ਦੇ ਹੈਗੇ ਆ। ਬਾਕੀ ਜਿਹੜਾ ਇੰਸਪੈਕਸ਼ਨ ਟਾਈਮ ਸਕੈਡਿਊਲ, ਇਹਨਾਂ ਦੀ ਤੁਸੀਂ ਗੱਲ ਕੀਤੀ ਆ, ਇਹ ਜੋ ਅੱਜ ਤੋਂ 6 ਮਹੀਨੇ ਪਹਿਲਾਂ ਸੀ, ਉਹਦੇ ਵਿੱਚ ਅਜੇ ਕੋਈ ਬਹੁਤੀ ਚੇਂਜ ਨਹੀਂ ਆਈ ਸਿਟੀ ਆਫ ਸਰੀ ਦੇ ਵਿੱਚੋਂ। ਸਿਟੀ ਆਫ ਸਰੀ ਕਹਿੰਦੀ ਆ, ਉਹਨਾਂ ਦੀ ਵੈਬਸਾਈਟ ਕਹਿੰਦੀ ਆ ਕਿ ਜਿਹੜੀ ਇੰਸਪੈਕਸ਼ਨ ਨੇ ਡੇਲੀ 9:30 ਦੇ ਸਕੈਡਿਊਲ ਅਪਡੇਟ ਕਰ ਦਿੱਤਾ ਜਾਂਦਾ ਆ ਜੀ, ਉਹ ਸਕੈਡਿਊਲ ਤੁਹਾਨੂੰ ਇਹ ਦੱਸਦਾ ਤੁਹਾਡੀ ਇੰਸਪੈਕਸ਼ਨ AM ਹੋਏਗੀ ਜਾਂ PM ਹੋਏਗੀ। ਪਰ ਬਹੁਤ ਸਾਰਾ ਸਾਡਾ ਰੋਜ਼ ਦਾ ਤਜਰਬਾ, 9:30 ਜਦੋਂ ਅਸੀਂ ਚੈੱਕ ਕਰਦੇ ਹਾਂ, ਅਜੇ ਪਿਛਲੇ ਦਿਨ ਦਾ ਜਾਂ ਉਹ ਤੋਂ ਪਿਛਲੇ ਦਿਨ ਦਾ ਸਕੈਡਿਊਲ ਬੋਲੀ ਜਾਂਦਾ ਹੁੰਦਾ ਜੀ, ਇਹ ਇਹ ਫੈਕਟ ਹੈ ਜੀ, ਇਹਨੂੰ ਡਿਨਾਈ ਨਹੀਂ ਕਰ ਸਕਦੇ ਅਫੀਸ਼ੀਅਲ, ਇਹ ਹੈਗਾ ਆ ਫੈਕਟ ਇਹ। ਬਾਕੀ ਕਈ ਜਿਹੜੇ ਏਰੀਆਜ਼ ਨੇ ਸਰੀ ਦੇ ਵਿੱਚ ਵੰਡੇ ਹੋਏ, ਕਈ ਏਰੀਆ ਦਾ 10 ਤੱਕ ਵੀ ਅਪਡੇਟ ਨਹੀਂ ਹੁੰਦਾ, ਸੋ ਤੁਸੀਂ ਆਪਣੇ ਆਪ ਨੂੰ ਸਕੈਡਿਊਲ ਹੀ ਨਹੀਂ ਕਰ ਸਕਦੇ ਹੈਗੇ, ਤੇ ਕਈ ਵਾਰੀ ਏਦਾਂ ਹੁੰਦਾ ਤੁਹਾਡਾ PM ਦੀ ਇੰਸਪੈਕਸ਼ਨ ਸਕੈਡਿਊਲ ਦੇ ਉੱਤੇ ਬੋਲ ਰਹੀ ਆ, ਤੇ ਇਹ ਮੇਰੀ ਅਫੀਸ਼ੀਅਲ ਨਾਲ ਗੱਲ ਵੀ ਹੋਈ ਸੀ ਵੀ ਇਹ ਕਿਉਂ ਹੋ ਰਿਹਾ। ਜੇ ਤੁਸੀਂ ਸਕੈਡਿਊਲ ਤੇ ਹੈਗੇ ਹੋ, ਦੈਨ ਇੰਸਪੈਕਸ਼ਨ ਮਸਟ ਬੀ ਟੇਕਨ ਕੇਅਰ ਆਫ ਦੈਟ ਡੇ, ਜੇ ਨਹੀਂ ਹੈਗੇ ਤੁਹਾਡੇ ਕੋਲ ਇੰਸਪੈਕਸ਼ਨ ਜ਼ਿਆਦਾ ਨੇ, ਫਿਰ ਤੁਸੀਂ ਉਹਨੂੰ ਮਾਰਨਿੰਗ ਇਹ ਬੰਦੇ ਨੂੰ ਈਮੇਲ ਕਰੋ ਜਾਂ ਫੋਨ ਕਰੋ ਜਾਂ ਟੈਕਸਟ ਮੈਸੇਜ ਜਾਵੇ, ਤੁਹਾਡਾ ਆਟੋਮੇਟਿਡ ਮੈਸੇਜ ਜਾਵੇ ਯੂਅਰ ਇੰਸਪੈਕਸ਼ਨ ਹੈਜ਼ ਬੀਨ ਡਿਫਰਡ ਟੂ ਦ ਨੈਕਸਟ ਡੇ, ਤਾਂ ਕਿ ਉਹ ਬੰਦਾ ਉਸ ਟਾਈਮ ਤੇ ਆਪਣੇ ਸਕੈਡਿਊਲ ਤੇ ਸਾਰੇ ਆਪਣੇ ਕਰ ਲਵੇ ਕੰਮ, ਉਹ ਸਾਰਾ ਦਿਨ ਬੈਠਾ ਰਹਿੰਦਾ ਇੰਸਪੈਕਸ਼ਨ ਲਈ, ਕਿਉਂਕਿ ਬਹੁਤ ਸਾਰੇ ਬਿਲਡਰ ਇਹੋ ਜਿਹੇ ਆ ਜੀ ਆਪਾਂ ਦੇਖਦੇ ਹਾਂ ਜਿਹੜੇ ਕੰਮ ਨੂੰ ਧਿਆਨ ਨਾਲ ਕਰਦੇ ਆ, ਕੰਮ 'ਚ ਇੰਟਰਸਟ ਰੱਖਦੇ ਆ, ਉਹ ਚਾਹੁੰਦੇ ਅਸੀਂ ਇੰਸਪੈਕਟਰ ਨੂੰ ਉੱਥੇ ਮਿਲੀਏ, ਮਿਲਣ ਤੋਂ ਬਾਅਦ ਸਾਨੂੰ ਪਤਾ ਲੱਗੇ ਸਾਡੀਆਂ ਗਲਤੀਆਂ ਕੀ ਨੇ, ਜੇ ਹੈਗੀਆਂ ਨੇ ਤਾਂ ਇੰਸਪੈਕਟਰ ਐਕਸਪਲੇਨ ਵੀ ਕਰ ਦਿੰਦੇ ਹੁੰਦੇ ਆ ਬਹੁਤ ਸਾਰੇ, ਹਨਾ, ਤੁਹਾਡੀਆਂ ਆਹ ਨੇ ਵੀ ਅਸੀਂ ਇਸ ਤਰ੍ਹਾਂ ਚਾਹੁੰਦੇ ਹਾਂ, ਤੇ ਇਹ ਚੱਕਰ ਵੀ ਜੇ ਡਿਫਰ ਹੋਣੀ ਇੰਸਪੈਕਸ਼ਨ ਤਾਂ ਮਾਰਨਿੰਗ 10 ਤੱਕ ਸਾਨੂੰ ਪਤਾ ਲੱਗ ਜਾਏ ਡਿਫਰ ਹੋ ਗਈਆਂ, ਜੇ ਨਹੀਂ ਡਿਫਰ ਹੋਣੀ ਤਾਂ ਉਸ ਦਿਨ ਇੰਸਪੈਕਸ਼ਨ ਜਿਹੜੀ ਸਕੈਡਿਊਲ ਤੇ ਹੈਗੀ ਆ ਉਹ ਹੋਣੀ ਚਾਹੀਦੀ। ਇਹ ਬਿਲਡਰ ਕਹਿੰਦੇ ਆ ਵੀ ਸਾਨੂੰ ਇਸ ਤਰ੍ਹਾਂ ਕਿ ਖਰਾਬੀ ਸਾਡੀ ਜਿਹੜੀ ਆ ਇਹ ਬੰਦ ਹੋਣੀ ਚਾਹੀਦੀ ਆ, ਕਿ ਇੱਕ ਪਾਸੇ ਤਾਂ ਅਸੀਂ ਅਫੋਰਡੇਬਿਲਟੀ ਫੇਰ ਇਸ਼ੂ ਉਹੀ ਆ ਗਿਆ, ਤੇ ਜੇ ਇੱਕ ਇੱਕ ਦਿਨ ਦਾ ਤੁਸੀਂ ਦੇਖੋ ਜਦੋਂ ਇੱਕ ਦਿਨ ਵੀ ਘਰ ਤੁਹਾਡਾ ਲੇਟ ਹੋ ਜਾਂਦਾ ਇਸ ਇੰਸਪੈਕਸ਼ਨ ਕਰਕੇ ਜਾਂ ਕਿਸੇ ਚੀਜ਼ ਕਰਕੇ, ਤੁਹਾਡੇ ਵੇਟ ਕਰਦੇ ਆ, ਇੱਕ ਤਾਂ ਤੁਹਾਡੀ ਦਿਹਾੜੀ ਸਾਰੀ ਖਰਾਬ ਹੋਈ, ਜਿਹੜਾ ਤੁਹਾਡੇ ਤੋਂ ਨੈਕਸਟ ਤੁਸੀਂ ਬੰਦੇ ਸਕੈਡਿਊਲ ਕਰਨੇ ਹੁੰਦੇ ਆ ਉਹਨਾਂ ਦੇ ਸਕੈਡਿਊਲ ਸਾਰੇ ਦੇ ਖਰਾਬ ਹੋ ਗਏ, ਪਲੱਸ ਤੁਹਾਡਾ ਘਰ ਜਿਹੜੀ ਕੰਸਟਰਕਸ਼ਨ ਆ ਉਹ ਡਿਲੇ ਹੋ ਜਾਂਦੀ ਆ, ਤੇ ਉਹਦੇ ਨਾਲ ਤੁਹਾਡਾ ਜਿਹੜਾ ਪਰ ਡੇ ਜੇ ਆਪਾਂ ਇੰਟਰਸਟ ਦੇਖਦੇ ਹਾਂ ਅੱਜ ਕੱਲ੍ਹ ਕੰਸਟਰਕਸ਼ਨ, ਕਿਤੇ ਹੁਣ ਤੁਹਾਨੂੰ ਪਤਾ ਲਾਟ ਕਿੰਨੇ ਦੀ ਆ ਤੇ ਉਹਦੇ ਉੱਤੇ ਪੈਸੇ ਕਿੰਨੇ ਲੱਗ ਰਹੇ ਆ, ਉਹ ਸਾਰੇ ਦਾ ਇਹਦਾ ਇੰਟਰਸਟ ਵੀ ਤੁਹਾਨੂੰ ਇੱਕ ਦਿਨ ਦਾ ਹੋਰ ਕੈਲਕੂਲੇਟ ਹੋ ਕੇ ਉਹਦੇ ਉੱਤੇ ਹੋਰ ਇੱਕ ਦਿਨ ਦਾ ਐਡ ਹੋ ਜਾਂਦਾ, ਜਿਹੜਾ ਘਰ ਤੁਸੀਂ ਫਿਨਿਸ਼ ਕਰਦਾ ਤੁਹਾਡਾ ਟੀਚਾ ਆ ਉਹ ਤੁਹਾਡਾ ਸਾਰਾ ਅਪਸੈਟ ਹੋ ਜਾਂਦਾ। ਦੇਖੋ ਚੇਨ ਆਫ ਲਾਈਨ ਦੇ ਵਿੱਚ, ਚੇਨ ਆਫ ਕਮਾਂਡ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੈ। ਹਾਂਜੀ, ਇੱਕ ਬਹੁਤ ਵੈਲ ਨੋਨ ਸਟਰਕਚਰ ਇੰਜੀਨੀਅਰ ਆ ਜੌਨ ਬ੍ਰਾਇਸਨ, ਜੀ ਹਾਂ, ਜਿਹੜਾ ਅੰਬੈਸੀਆਂ ਚ ਕੰਮ ਕਰਦਾ ਦੁਨੀਆਂ ਚ, ਖਬਰ ਆ ਰਹੀ ਹੈ ਕਿ ਉਹਨੇ 2013 ਦੇ ਵਿੱਚ ਕੁਛ ਇੱਕ ਟਾਵਰ ਸਿਟੀ ਆਫ ਸਰੀ ਦੇ ਵਿੱਚ ਡਿਜ਼ਾਇਨ ਕੀਤਾ, ਸਟਰਕਚਰਲ ਡਿਜ਼ਾਇਨ ਦੇ ਵਿੱਚ ਕੋਈ ਫਲਾ। ਅੱਛਾ ਜੀ, ਹੁਣ ਉਹਨੂੰ ਬੈਨ ਕੀਤਾ ਗਿਆ ਕਿ ਉਹ BC ਚ ਕੰਮ ਨਹੀਂ ਕਰ ਸਕਦਾ, BC ਬਿਲਡਿੰਗ ਕੋਡ ਦੇ ਵਿੱਚ ਕੋਈ ਗੜਬੜ ਹੈ, ਪਰ ਸਿਟੀ ਆਫ ਸਰੀ ਉਹ ਟਾਵਰ ਦਾ ਨਾਂ ਨਹੀਂ ਹਲੇ ਲੈ ਰਹੀ, CBC ਨੇ ਇਨਵੈਸਟੀਗੇਸ਼ਨ ਕੀਤੀ। ਸੋ ਇਹ ਮੇਜਰ ਮਤਲਬ ਕਾਂਡੋ, ਕੋਈ ਟਾਵਰ ਕੋਈ ਸਿਟੀ ਓਬਵੀਅਸਲੀ ਡਾਊਨਟਾਊਨ ਕੋਰਟ ਕਿਤੇ ਇੰਜੀਨੀਅਰ ਆ ਜਾਂ ਡਿਜ਼ਾਈਨਰ ਨੇ ਜਿਹੜੇ ਆ ਇੰਜੀਨੀਅਰ ਆਰਕੀਟੈਕਟ ਇੰਜੀਨੀਅਰ ਨੇ। ਸੋ ਗੱਲ ਇਹ ਆ ਵੀ ਇਹ ਇੱਕ ਬਹੁਤ ਲੰਮਾ ਕੰਮ। ਅੱਛਾ, ਇੱਕ ਦੱਸਿਓ, ਹਾਂਜੀ, ਜਾਂ ਡਿਜ਼ਾਈਨ ਵਗੈਰਾ ਕਰਦੇ ਹੋ ਜੀ, ਹਾਂ,
ਬਿਲਡਿੰਗ ਖੈਰ ਡਿਜ਼ਾਈਨ ਆਰਕੀਟੈਕਚਰ ਜਾਂ ਸਟਰਕਚਰਲ ਡਿਜ਼ਾਈਨ ਹੁੰਦਾ, ਬੜੀਆਂ ਗੱਲਾਂ ਚੱਲਦੀਆਂ ਨੇ ਉਹ ਬਾਈ ਜੀ ਬਚੀ ਉਹ ਬੀਮ ਨਾ ਪਵਾ ਦੀ ਹੋਏ ਆਹ ਨਾ ਪਵਾ ਦੀ ਹੋ। ਜਿਹੜਾ ਡਿਜ਼ਾਈਨਰ ਆ ਜਿਹੜਾ ਇੰਜੀਨੀਅਰ ਸਟਰਕਚਰਲ ਇੰਜੀਨੀਅਰ ਆ ਜੀ ਹਾਂ ਉਹਦਾ 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 ਕਿੰਨਾ ਕੁ ਕੰਮ ਹੁੰਦਾ ਇੱਕ ਬਿਲਡਿੰਗ ਡਿਜ਼ਾਈਨ ਕਰਨ ਲਈ, ਵੇਵ ਉਹ ਕਿਵੇਂ ਕਰ ਸਕਦਾ ਜੀ ਜੇ ਕਿਤੇ ਲੋਡ ਪੁਆਇੰਟ ਹੈ ਸ਼ੀਅਰ ਵਾਲ ਨੇ ਜਾਂ ਕੋਈ ਵੀ ਵਾਲ ਹੈ ਲੋਡ ਵੇਅਰਿੰਗ ਵਾਲ ਹੈ ਉਹਨੂੰ ਕਿਵੇਂ ਤੁਸੀਂ ਐਜ ਏ ਇੰਜੀਨੀਅਰ ਆਪਾਂ ਪੜ੍ਹਦੇ ਰਹੇ ਹਾਂ ਤੁਸੀਂ ਕਿਵੇਂ ਉਹਨੂੰ ਇੱਧਰ ਉੱਧਰ ਕਰ ਦੋਗੇ, ਇਹ ਗੱਲ ਕਿਵੇਂ ਚੱਲਦੀ ਆ ਬਾਅਦ ਵਿੱਚ ਪੁਰਾਣਾ ਜਿਹੜਾ ਇੰਜੀਨੀਅਰ ਆ ਉਹ ਬੀਮ ਪਵਾਉਂਦਾ ਹੀ ਨਹੀਂ ਕਿਸ ਤਰ੍ਹਾਂ ਹੁੰਦੀ ਆ? ਨਹੀਂ ਜੀ ਇੰਜੀਨੀਅਰ ਦੇਖੋ ਜੀ ਬੀਮ ਤਾਂ ਜੇ ਹੁਣ ਉਸ ਤੇ ਭਾਰ ਆਉਣਾ ਤਾਂ ਬੀਮ ਤੇ ਪੈਣਾ ਹੀ ਪੈਣਾ, ਇਹ ਤਾਂ ਕੁਦਰਤੀ ਗੱਲ ਆ ਕਿ ਕੋਈ ਨਾ ਕੋਈ ਸਪੋਰਟ ਤੇ ਭਾਰ ਨੂੰ ਚਾਹੀਦੀ ਆ ਜਿਹਦੇ ਉੱਤੇ ਭਾਰ ਖੜਨਾ, ਉਹ ਭਾਰ ਕੋਈ ਵੀ ਭਾਰ ਆ ਉੱਪਰੋਂ ਥਰਡ ਫਲੋਰ ਤੋਂ ਅਸੀਂ ਲੈ ਕੇ ਆਉਂਦੇ ਹਾਂ ਛੱਤ ਤੋਂ ਲੈ ਕੇ ਆਉਂਦੇ ਹਾਂ ਭਾਰ ਉਹਨੂੰ ਡਿਸਟ੍ਰੀਬਿਊਟ ਕਰਦੇ ਕਰਦੇ ਹੇਠਾਂ ਤੱਕ ਲਿਜਾ ਕੇ ਉਹਨੂੰ ਅਸੀਂ ਥੱਲੇ ਪੈਡ ਬਣਾ ਕੇ ਧਰਤੀ 'ਚ ਛੱਡਣਾ, ਠੀਕ ਹੈ ਨਾ, ਜਿੱਥੇ ਹਾਰਡ ਪੈਣਾ ਉਹਦੇ ਉੱਤੇ ਲਿਆ ਕੇ ਛੱਡਣਾ। ਉਹਦਾ ਹਰ ਇੱਕ ਇੰਜੀਨੀਅਰ ਹੀ ਆ ਜੀ, ਦੇਖੋ ਥੋੜ੍ਹਾ ਜਿਹਾ ਫਰਕ ਕਈ ਵਾਰੀ ਪੈ ਜਾਂਦਾ, ਕਈ ਇੰਜੀਨੀਅਰ ਜ਼ਿਆਦਾ ਸੈਂਸਿਟਿਵ ਨੇ ਉਹ ਕਹਿੰਦੇ ਜੇ ਬੇਰਿੰਗ ਕਪੈਸਿਟੀ 8000 ਆ ਤਾਂ ਅਸੀਂ ਉਹਨੂੰ 10000 ਮੰਨ ਕੇ ਬੀਮ ਪਵਾਉਣੇ, ਠੀਕ ਹੈ ਜੀ, ਜੇ 8000 ਪਾਉਂਡ ਆ ਉਹਨੂੰ 10000 ਪਾਉਂਡ ਮੰਨ ਕੇ ਬੀਮ ਪਾਉਣੇ ਆ। ਕਈ ਕਹਿੰਦੇ ਜੇ 8000 ਆ ਤੇ 8000 ਹੀ ਆਉਣਾ, 8 ਤੋਂ ਵੱਧ ਕਦੀ ਆਉਣਾ ਹੀ ਨਹੀਂ, ਉਹ 8000 ਮੰਨ ਕੇ ਉਹਦਾ ਬੀਮ ਪਵਾ ਦੇਣਾ, ਆਹ ਫਰਕ ਆ ਜੀ ਥੋੜ੍ਹਾ ਜਿਹਾ ਬਸ। ਸਪੈਨ ਕਿੰਨਾ, ਜੇ ਸਪੈਨ ਦੇ ਵਿੱਚ ਇੱਕ ਪੋਸਟ ਪੈ ਗਿਆ ਵਿਚਾਲੇ ਉਦੋਂ ਬੀਮ ਅੱਧਾ ਰਹਿ ਜਾਣਾ ਤੁਹਾਡਾ। ਸੋ ਓਪਨ ਟੂ ਅਬਵ ਘਰਾਂ ਦੇ ਵਿੱਚ ਬੀਮ ਓਬਵੀਅਸਲੀ ਬਾਹਰ ਪੈਣੇ ਪੈਣੇ, ਓਪਨ ਵੱਡੇ ਪੈਣੇ, ਹਾਂਜੀ। ਪਰ ਬੀਮ ਇਟਸੈਲਫ ਭਾਰੀ ਹੌਲੇ ਵੀ ਹੋ ਜਾਂਦੇ ਆ, ਇਹ ਵੀ ਤੁਹਾਡੇ ਮੈਂ ਉਹੀ ਗੱਲ ਕਰਦਾ ਜੀ, ਜੇ ਵੇਟ ਨੂੰ ਅਸਿਊਮ ਕਰਨਾ, ਇੱਕ ਇੰਜੀਨੀਅਰ ਨੇ 8000 ਕਰਕੇ ਉਹਨੂੰ 8000 ਦੇ ਸਾਹਮਣੇ ਡਿਜ਼ਾਈਨ ਕਰ ਦੇਣਾ, ਇੱਕ ਨੇ 8000 ਵਾਲੇ ਨੂੰ 10000 ਜਾਂ 12000 ਪਾਉਂਡ ਅਸਿਊਮ ਕਰਕੇ ਉਹਨੂੰ ਬੀਮ ਨੂੰ ਡਿਜ਼ਾਈਨ ਕਰਨਾ। ਸੋ ਫਿਰ ਉਹ ਕਰੈਕਟ ਕੈਲਕੂਲੇਸ਼ਨ ਨਹੀਂ ਹੁੰਦੀ ਜਾਂ ਉਹ ਸੇਫਟੀ ਕੰਸਰਨ? ਸੇਫਟੀ ਕੰਸਰਨ ਆ ਜੀ, ਜਿਵੇਂ ਜਿਹੜੀਆਂ ਮਿਨੀਮਮ ਰਿਕੁਆਇਰਮੈਂਟਸ ਮੀਟ ਔਰ ਐਕਸੀਡ, ਇੱਕ ਨੇ ਮੀਟ ਕਰ ਦੇਣੀ ਇੱਕ ਨੇ ਐਕਸੀਡ ਕਰ ਦੇਣੀ। ਐਕਸੀਡ ਵਾਲਾ ਸੋਚਦਾ ਮੋਰ ਸੇਫ ਬਣਾਤਾ ਘਰ ਤੁਹਾਡਾ, ਮੀਟ ਵਾਲਾ ਕਹਿੰਦਾ ਵੀ ਆਏ ਮੈਂ ਉਹ ਕਰ ਰਿਹਾ ਜਿਹੜਾ ਮੈਨੂੰ ਜ਼ਰੂਰੀ, ਬਸ ਇਹ ਫਰਕ ਆ। ਵਪਾਰਕ ਸੰਦੇਸ਼ਾਂ ਤੋਂ ਬਾਅਦ ਇਹ ਗੱਲਬਾਤ ਮੈਂ ਕਰਨੀ ਚਾਹੁੰਦਾ ਲਿਟ ਸਾਹਿਬ ਨਾਲ ਕਿ ਜਿਹੜੀ ਜਿਹੜੀਆਂ ਚੀਜ਼ਾਂ ਉਹਨਾਂ ਨੇ ਨੋਟ ਕੀਤੀਆਂ ਸਿਟੀ ਦੇ ਵਿੱਚ ਉਹਨਾਂ ਦਾ ਹੱਲ ਵੀ ਉਹਨਾਂ ਦੇ ਕੋਲ, ਉਹ ਚਾਹੁੰਦੇ ਨੇ ਵੀ ਜਿਵੇਂ ਡਿਜ਼ਾਈਨਰ ਹੈ ਸੋਰੀ ਪਲੈਨ ਥੋੜਾ ਪਲੇਨ ਪਲੈਨ ਚੈਕਰ ਹੈ ਉਹਦੇ ਕੋਲ ਕਿਹੋ ਜਿਹੇ ਟੂਲ ਹੋਣ ਜਿਹਦੇ ਨਾਲ ਉਹ ਕੰਮ ਛੇਤੀ ਕਰੇ, ਤਜਰਬੇ ਵਾਲੇ ਬੰਦੇ ਕੀ ਕਰ ਸਕਦੇ ਨੇ। ਇਸ ਤਰ੍ਹਾਂ ਹੀ ਘਰ ਦੀ ਬਿਜਲੀ ਦਾ ਜਿਹੜਾ ਇਲੈਕਟ੍ਰੀਫਿਕੇਸ਼ਨ ਦੇ ਕੁਝ ਕੋਡ ਚੇਂਜ ਹੋ ਰਹੇ ਨੇ ਉਹਦੇ ਬਾਰੇ ਵੀ ਉਹ ਦੱਸਣਗੇ। ਮੁੜ ਕੇ ਆਇਆ ਮੈਂ ਹੁਣੇ 12:45 ਜੀ, ਜਗਪਾਲ ਸਿੰਘ ਲਿੱਟ ਮੇਰੇ ਨਾਲ ਨੇ, ਗੱਲਬਾਤ ਚੱਲ ਰਹੀ ਹੈ। ਅੱਛਾ ਲਿੱਟ ਸਾਹਿਬ, ਹੁਣ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਦੀ ਲੰਘਦੇ ਹੋ, ਹਾਂਜੀ, ਉਹਨਾਂ ਨੂੰ ਜੇ ਆਪਾਂ ਸਪੈਸੀਫਿਕਲੀ ਗੱਲ ਕਰੀਏ ਅੰਦਰ ਦੀਆਂ ਜਿਹੜੀਆਂ ਦਫ਼ਤਰ ਦੀਆਂ ਨੇ, ਬਾਹਰ ਵਾਲੀਆਂ ਤਾਂ ਚਲੋ ਤੁਸੀਂ ਦੱਸਤੀਆਂ, ਹਾਂਜੀ, ਉਹਨਾਂ ਦਾ ਹੱਲ ਵੀ ਤੁਸੀਂ ਦੱਸਿਆ ਹੋਣਾ ਜਾਂ ਕੌਂਸਲਰਾਂ ਨੂੰ ਮਿਲੇ ਹੋਵੋਗੇ ਵੀ ਕੀ ਹੋ ਸਕਦਾ? ਦੇਖੀ, ਅਸੀਂ ਤਾਂ ਇਹਨਾਂ ਨੂੰ ਕਹਿੰਦੇ ਹਾਂ ਵੀ ਤਕਰੀਬਨ ਜਿਹਨੂੰ ਮੁਸ਼ਕਲ ਹੁੰਦੀ ਆ ਉਹ ਬੰਦੇ ਕੋਲ ਹੱਲ ਥੋੜਾ ਜਿਹਾ ਹੋ ਸਕਦਾ, ਵਧੀਆ ਤਰੀਕਾ ਉਹਦੀ ਸਲਾਹ ਲੈ ਲੈਣੀ ਚਾਹੀਦੀ ਹੈ ਇਹਦੇ ਵਿੱਚ। ਅਸੀਂ ਤਾਂ ਇਹ ਵੀ ਇਹਨਾਂ ਨੂੰ ਕਿਹਾ ਸੀ ਇਹਨਾਂ ਦੇ ਹੱਲ ਮੁਸ਼ਕਲਾਂ ਦੇਖੋ, ਸਭ ਤੋਂ ਵੱਡਾ ਸਭ ਤੋਂ ਵਧੀਆ ਸੌਖਾ ਤਰੀਕੇ ਦਾ ਮਾਲ ਇਹਨਾਂ ਨੂੰ ਦੱਸਿਆ ਸੀਗਾ, ਜਿਹੜੀਆਂ ਫੀਲਡ ਦੇ ਵਿੱਚ ਜਾਂ ਸਿਟੀ ਹਾਲ ਦੇ ਵਿੱਚ ਪ੍ਰੋਬਲਮ ਆਉਂਦੀਆਂ ਨੇ ਇਹ ਵੀ ਐਟਲੀਸਟ ਮਹੀਨੇ ਦੇ ਵਿੱਚ ਇੱਕ ਵਾਰੀ ਅਫੀਸ਼ੀਅਲਸ ਦੀ ਤੇ ਬਿਲਡਰਸ ਦੀ ਮੀਟਿੰਗ ਕਰਵਾ ਦੇ। ਵੈਰੀ ਗੁੱਡ, ਕਮਿਊਨੀਕੇਸ਼ਨ ਗੈਪ ਹੈ, ਇਹ ਬਹੁਤ ਵੱਡਾ ਗੈਪ ਆ। ਉਹਦੇ ਵਿੱਚ ਬਿਲਡਰ ਵੀ ਦੱਸ ਸਕਣਗੇ ਸਾਨੂੰ ਆਹ ਪ੍ਰੋਬਲਮ ਸਟਾਫ ਤੋਂ ਜਾਂ ਉੱਥੇ ਕਾਊਂਟਰ ਤੇ ਆਉਂਦੀਆਂ ਨੇ ਜਾਂ ਫੀਲਡ ਦੇ ਵਿੱਚ ਆਉਂਦੀਆਂ ਨੇ, ਜੇ ਇੰਸਪੈਕਟਰ ਆਉਂਦਾ ਸਾਈਡ ਦੇ ਉੱਤੇ ਉਹ ਵੀ ਸਾਨੂੰ ਦੱਸ ਸਕੂਗਾ ਵੀ ਸਾਨੂੰ ਤੁਹਾਡੇ ਤੋਂ ਆਹ ਪ੍ਰੋਬਲਮ ਨੇ, ਅਸੀਂ ਵੀ ਉਹਨਾਂ ਨੂੰ ਹੱਲ ਕਰਾਂਗੇ। ਕਿਉਂਕਿ ਇਹ ਇਹ ਚੀਜ਼ਾਂ ਜਦੋਂ ਸਾਹਮਣੇ ਤੋਂ ਸਾਹਮਣੇ ਫੇਸ ਟੂ ਫੇਸ ਕਲੀਅਰ ਹੋ ਜਾਂਦੀਆਂ ਨੇ, ਮੈਨੂੰ ਲੱਗਦਾ ਜਿਹੜਾ ਇੱਕ ਰਿਲੇਸ਼ਨਸ਼ਿਪ ਆ ਨਾ ਬਿਟਵੀਨ ਸਟਾਫ ਐਂਡ ਬਿਲਡਰ, ਉਹ ਥੋੜ੍ਹਾ ਜਿਹਾ ਤੁਹਾਨੂੰ ਇੱਦਾਂ ਲੱਗਣ ਲੱਗ ਜਾਏਗਾ ਬਈ ਬਈ ਅਸੀਂ ਬਹੁਤ ਕਲੋਜ਼ ਹਾਂ ਇੱਕ ਦੂਜੇ ਦੇ, ਅਸੀਂ ਖੁੱਲ੍ਹ ਕੇ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਾਂ। ਇਹ ਹੁਣ ਸਾਈਡ ਦੇ ਉੱਤੇ ਤਾਂ ਸਾਨੂੰ ਪ੍ਰੋਬਲਮ ਬਹੁਤ ਵਾਰੀ ਇਹ ਆਉਂਦੀ ਆ, ਕਈ ਇੰਸਪੈਕਟਰ ਤਾਂ ਕਹਿੰਦੇ ਆ ਸਾਡੇ ਨਾਲ ਹੋ ਜਾਓ, ਨਾਲ ਤੁਰੋ ਸਾਰੇ ਘਰ ਦੇ ਵਿੱਚ, ਠੀਕ ਹੈ, ਉਹਨਾਂ ਨੂੰ ਨਾਲ ਦੀ ਨਾਲ ਐਕਸਪਲੇਨ ਕਰਦੇ ਰਹਿਣਾ ਵੀ ਆਹ ਏਦਾਂ ਜੀ ਹੋ ਜਾਂਦਾ। ਕਈ ਵਾਰੀ ਸਾਨੂੰ ਵਧੀਆ ਸਲਾਹਾਂ ਵੀ ਦੇ ਜਾਂਦੇ ਆ ਇੰਸਪੈਕਟਰ ਜੀ ਕੰਮ ਕਰਦਿਆਂ ਦੇ ਵਿੱਚ, ਤੇ ਕਈ ਇੰਸਪੈਕਟਰ ਹੈਗੇ ਆ ਉਹ ਤੁਹਾਨੂੰ ਬੁਲਾਉਂਦੇ ਨੀ, ਤੁਹਾਡੀ ਗੁੱਡ ਮਾਰਨਿੰਗ ਦਾ ਜਵਾਬ ਵੀ ਨੀ ਦਿੰਦੇ ਜੀ। ਅੱਛਾ, ਹਾਂਜੀ, ਉਹਨਾਂ ਨੇ ਤੁਹਾਡੀ ਕੋਈ ਗੱਲ ਨਾ ਸੁਣਨੀ ਆ, ਤੇ ਹੁਣ ਤਜਰਬਾ ਐਟੀਟਿਊਡ ਇਸ ਤਰ੍ਹਾਂ ਕਿਉਂ ਆ ਜੀ? ਮੇਰਾ ਤਾਂ ਤਜਰਬਾ ਇੱਕ ਇਹ ਵੀ ਹੋ ਗਿਆ ਜੀ, ਕਹਿੰਦਾ ਮੋਰ ਯੂ ਟਾਕ ਮੋਰ ਯੂ ਬੀ ਇਨ ਟ੍ਰਬਲ ਸਿਟੀ ਅਫਸਰੀ ਦੇ ਵਿੱਚ। ਕਮਾਲ ਹੈ, ਹਾਂਜੀ,
ਸੋ ਇਹ ਚੀਜ਼ਾਂ ਨੇ ਜਿਹੜੀਆਂ, ਜੇ ਇਹ ਅਸੀਂ ਮਹੀਨੇ ਚ ਇੱਕ ਵਾਰੀ ਰਲ ਮਿਲ ਕੇ ਬੈਠਾਂਗੇ ਇਕੱਠੇ, ਅਸੀਂ ਇਹ ਵੀ ਨੀ ਸਿਟੀ ਅਥਾਰਟੀ ਨੂੰ ਕਹਿ ਰਹੇ ਸਾਡੇ ਕੋਲ ਪੈਸੇ ਘੱਟ ਆ, ਬਜਟ ਹੈਗਾ, ਬ੍ਰੇਕਫਾਸਟ ਨੀ ਕਰ ਸਕਦੇ, ਅਸੀਂ ਅਰੇਂਜ ਕਰ ਦਿਆ ਕਰਾਂਗੇ ਬਿਲਡਰ, ਇਹ ਮੀਟਿੰਗ ਅਸੀਂ ਇਕੱਠੇ ਹੋ ਗਏ ਬਿਲਡਰ, $10 ਪਾ ਕੇ ਅਸੀਂ ਅਰੇਂਜ ਕਰ ਲਵਾਂਗੇ ਬ੍ਰੇਕਫਾਸਟ ਆ ਜੋ। ਹਾਂਜੀ ਹਾਂਜੀ, ਸੋ ਇਹ ਕਿਹਾ ਜੀ, ਖੈਰ ਉਹਨਾਂ ਨੇ ਹਾਮੀ ਤੇ ਭਰੀ ਹੈ ਇਸ ਚੀਜ਼ ਦੀ ਵੀ ਅਸੀਂ ਕਰਾਂਗੇ, ਤੇ ਹੋ ਸਕਦਾ ਬਹੁਤ ਛੇਤੀ ਸ਼ੁਰੂ ਹੋ ਜਾਵੇ। ਅੱਛਾ ਡਾਕਟਰ ਸਾਹਿਬ ਇੱਕ ਦੱਸੋ, ਹਾਂਜੀ, ਬੀਂਗ ਏ ਇੰਜੀਨੀਅਰ, ਜਿਹੜਾ 6 ਮਹੀਨੇ ਦਾ ਪ੍ਰੋਸੈਸਿੰਗ ਆ, ਹਲੇ ਇਹ ਵੀ ਉਹ ਉਸ ਤਰ੍ਹਾਂ ਹੀ ਹੈ, ਤੇ ਉਹਦੇ ਵਿੱਚ ਸਮਾਂ ਲੱਗਦਾ ਕਿਉਂ ਆ? ਮੈਨੂੰ ਸਮਝਾ ਸਕਦੇ ਹੋ ਵੀ ਲੋਡ ਬਹੁਤ ਹੈ, ਪਲੇਨ ਚੈੱਕਰ ਘੱਟ ਨੇ, ਕਾਰਨ ਕੀ, ਇੰਨਾ ਸਮਾਂ ਲੱਗਦਾ ਕਿਉਂ ਆ? ਗਿੱਲ ਸਾਹਿਬ ਉਹ ਕੁਛ ਫੈਕਟ ਕੱਢ ਕੇ, ਜਦੋਂ ਇਹ ਗੱਲ ਕੀਤੀ ਸੀ, ਮੀਟਿੰਗ ਕੀਤੀ ਸੀ, ਤਾਂ ਉਹਨਾਂ ਨੇ ਕੁਛ ਫੈਕਟ ਕੱਢ ਕੇ ਸਾਡੇ ਸਾਹਮਣੇ ਰੱਖੇ ਵੀ ਸੀਗੇ ਵੀ ਇੰਨੇ ਪਲਾਨ ਜਿਹੜੇ ਆ, ਜਿਹੜੇ ਆ ਅੱਜ ਪਰਮਿਟਸ ਜਿਹੜੇ ਆ ਇਨ ਹੁਣ ਇਸ ਟਾਈਮ ਸਿਟੀ ਦੇ ਵਿੱਚ ਚੱਲ ਰਹੇ ਆ, ਜਿਹੜੇ ਇਨ ਪ੍ਰੋਸੈਸ ਆ, ਉਹ ਸੀਗੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ। ਅੱਛਾ, ਪਰ ਜੇ ਪਰਮਿਟ ਵੱਡੀ ਗਿਣਤੀ ਦੇ ਵਿੱਚ ਨੇ, ਆਪਾਂ ਉਹੀ ਗੱਲ ਕਹਿ ਰਹੇ ਹਾਂ ਨਾ, ਤੁਹਾਡੇ ਕੋਲੇ ਹਾਂ ਪੈਸੇ ਤੁਹਾਨੂੰ ਆ ਰਹੇ ਆ, ਤੇ ਸਟਾਫ ਵੀ ਉਹਦੇ ਹਿਸਾਬ ਨਾਲ, ਜਾਂ ਸਟਾਫ ਨੂੰ ਓਵਰ ਟਾਈਮ ਦਿਓ ਜਾਂ ਨਵਾਂ ਸਟਾਫ ਰੱਖੋ, ਪਰਮਾਨੈਂਟ ਨਹੀਂ ਰੱਖਣਾ ਉਹਨਾਂ ਨੂੰ, ਪਾਰਟ ਟਾਈਮ ਤੇ ਰੱਖ ਲਓ, ਦੂਜੀਆਂ ਸਿਟੀਆਂ ਤੋਂ ਸਟਾਫ ਤੁਸੀਂ ਪਾਰਟ ਟਾਈਮ ਹਾਇਰ ਕਰ ਲਓ, ਬੋਰ ਜਾਂ ਕੁਛ ਨਾ ਕੁਛ, ਦੇਅਰ ਆਰ ਲੋਟਸ ਆਫ ਵੇਜ ਇਹਨਾਂ ਚੀਜ਼ਾਂ ਦੇ ਉੱਤੇ। ਦੂਜਾ ਇਹ ਆ ਵੀ ਜੇ ਤੁਸੀਂ ਜਿਹੜਾ ਜਿੱਦਾਂ ਹੁਣ ਆਪਾਂ ਨੂੰ ਤਜਰਬਾ ਇਸ ਚੀਜ਼ ਦਾ ਬਹੁਤ ਬੈਡ ਹੋਇਆ ਕਿ ਇੱਕ ਪਲਾਨ ਚੈੱਕਰ ਮੰਡੇ ਆਉਂਦਾ ਤੇ ਥਰਸਡੇ ਆਉਂਦਾ, ਥਰੂ ਲੰਘਿਆ, ਮੰਡੇ ਆਉਂਦਾ ਤੇ ਥਰਸਡੇ ਆਉਂਦਾ, ਸੋ ਉਹ 2 ਦਿਨ ਦੇ ਵਿੱਚ ਜੇ ਤੁਹਾਡੀ ਕੋਈ ਟਿਊਜ਼ਡੇ ਨੂੰ ਪ੍ਰੋਬਲਮ ਆ ਗਈ ਤਾਂ ਯੂ ਹੈਵ ਟੂ ਵੇਟ ਅੰਟਿਲ ਥਰਸਡੇ। ਬਿਲਕੁਲ ਠੀਕ ਹੈ, ਥਰਸਡੇ ਨੂੰ ਜੇ ਉਹ ਨਾ ਆਇਆ, ਕੋਈ ਪ੍ਰੋਬਲਮ ਆ ਗਈ ਜਾਂ ਉਹਦੇ ਕੋਲ ਕੰਮ ਇੰਨਾ ਲਾਈਨ ਅਪ ਦੇ ਵਿੱਚ ਤੁਹਾਡਾ ਨਹੀਂ ਗਿਆ, ਤਾਂ ਅਗਲੇ ਮੰਡੇ ਤੇ ਚਲਿਆ ਗਿਆ। ਸੋ ਇਹ ਚੀਜ਼ਾਂ ਹੈਗੀਆਂ, ਹੋਈਆਂ ਨੇ ਬਹੁਤ ਸਾਰੀਆਂ, ਤੇ ਇਹ ਇਹਨਾਂ ਚੀਜ਼ਾਂ ਤੋਂ ਬਚਣ ਦਾ ਇਹੀ ਆਪਾਂ ਦੇ ਸਿਟੀ ਤੁਹਾਨੂੰ ਕਿਹਾ, ਜੇ ਤੁਹਾਡੇ ਕੋਲ ਕਰਨਾ ਬੈਠਾ ਨਾ, ਦੈਨ ਸਟਾਫ ਕਿਉਂ ਨੀ ਹਾਇਰ ਕਰ ਸਕਦੇ? ਪੈਸੇ ਤਾਂ ਤੁਹਾਡੇ ਕੋਲ ਆ ਰਹੇ, ਤੁਸੀਂ ਦੱਸ ਰਹੇ ਹੋ ਜੇ 50,000 ਪਰਮਿਟ ਆ ਰਿਹਾ, 50,000 ਪਰਮਿਟ ਦੇ ਪੈਸੇ ਤਾਂ ਤੁਹਾਡੇ ਕੋਲ ਆ ਰਹੇ ਆ, ਫੀਸ ਬਹੁਤ ਵਧੀ ਹੋਈ ਆ, ਫੀਸ ਬਹੁਤ ਵਧੀ ਨੇ, ਪਹਿਲਾਂ ਹੀ ਵਧੀ ਹੋਈ। ਅੱਛਾ, ਇੱਕ ਮੈਨੂੰ ਦੱਸਿਓ ਵੀ ਬਾਈ ਦਾ ਬੁਕਸ ਤੇ ਤਜਰਬਾ, ਕਿਉਂਕਿ ਆਪਾਂ ਫੀਲਡ ਵਾਲੇ ਬੰਦੇ ਆ, ਤੁਸੀਂ ਜ਼ਿੰਦਗੀ ਦੇ 12-15 ਸਾਲ ਐਜ ਇੰਜੀਨੀਅਰ ਕੰਮ ਕੀਤਾ, ਮੈਂ ਧੱਕੇ ਖਾ ਕੇ ਆਇਆ, ਕਦੇ ਪੰਜਾਬ ਚ, ਕਦੇ ਕਲਕੱਤੇ, ਕਦੇ ਜੰਮੂ, ਕਦੇ ਮਿਡਲ ਈਸਟ, ਹਾਂਜੀ, ਲਰਨ ਕੀਤਾ ਜ਼ੀਰੋ ਤੋਂ। ਹਾਂਜੀ, ਹੁਣ ਇੱਕ ਕੋਈ ਲਾਟ ਆ 20,000 ਸਕੁਅਰ ਫੁੱਟ, ਜੀ ਹਾਂ, ਉਹ ਤੇ ਰੋਜਨ ਤੇ ਸੈਂਟੀਮੈਂਟ ਕੰਟਰੋਲ ਦਾ ਲਾ ਦਿੰਦੇ ਨੇ ESC, ਠੀਕ ਹੈ, ਉਹਦੀ ਸਲੋਪ ਕਿਸੇ ਪਾਸੇ ਨੂੰ ਨੀ, ਪਾਣੀ ਕਿਸੇ ਪਾਸੇ ਨੂੰ ਜਾ ਰਿਹਾ, ਡਿੱਚ ਮੂਹਰੇ ਆ, ਸਟਰੀਮ ਲਈ ਉਹਨੂੰ, ਮੰਨ ਲਓ ਵੀ ਉਹਦੇ ਪਿੱਛੇ ਸਿਟੀ ਦਾ ਪਾਰਕ ਆ ਵੱਡਾ, ਜੀ ਹਾਂ, ਤੇ ਉਹਦਾ ਪਾਣੀ ਜੇ ਕਿਤੇ ਨਿਕਲਣਾ ਤਾਂ ਸਿਟੀ ਦੇ ਪਾਰਕ ਚ ਜਾਣਾ, ਸਿਟੀ ਦਾ ਪਾਰਕ ਪਹਿਲਾਂ ਹੀ ਜਾ ਰਿਹਾ ਜਿੱਥੇ ਪਾਣੀ, ਉਹਨੂੰ ਫਸਾ ਲੈਂਦੇ ਵੀ ਲਿਆ ਇੱਥੇ ਬੌਂਡ $20,000 ਦਾ, ਤੇ $250 ਵਾਲਾ, ਜਿੱਦਣ ਮੀਂਹ ਪਿਆ ਤਾਂ $250 ਵਾਲਾ ਗੇੜਾ ਮਾਰ ਕੇ ਉਦੋਂ ਪਾ ਦਿੰਦਾ, ਇਹ ਬਾਈ ਦਾ ਬੁਕਸ ਜਿਹੜਾ। ਹਾਂਜੀ, ਇਹ ਚੀਜ਼ਾਂ ਐਕਚੁਅਲੀ ਜਿਵੇਂ ਕਹਿੰਦੇ ਨਾ, ਜਿਹੜਾ ਬਿਲਡਿੰਗ ਕੋਡ ਆ ਤੇ ਬਾਏ ਲਾਜ ਨੇ, ਇਹ ਵਕੀਲਾਂ ਦੇ ਲਿਖੇ ਹੋਏ ਆ ਜੀ। ਹਾਂ, ਉਹ ਫੀਲਡ ਆਫਿਸਰ ਜਿਹੜਾ ਫੀਲਡ ਦੇ ਵਿੱਚ ਕੰਮ ਕਰਦਾ, ਉਹ ਬਹੁਤ ਸਾਰੀ ਚੀਜ਼ਾਂ ਹੈਗੀਆਂ ਜਿਹੜੇ ਫੀਲਡ ਦੇ ਵਿੱਚ ਪੋਸੀਬਲ ਨੇ, ਜਿਹੜੇ ਬਿਲਡਿੰਗ ਕੋਡ ਚ ਲਿਖੇ ਹੋਏ ਪਤਾ ਹੁੰਦਾ। ਤੇ ਹੁਣ ਤੁਸੀਂ ਇਹ ਦੇਖੋ, ਹੁਣ ਇੱਥੋਂ ਦੇ ਆਪਾਂ ਮੌਸਮ ਦੇ ਹਿਸਾਬ ਨਾਲ ਦੇਖਦੇ ਹਾਂ, ਇੱਥੇ ਕਦੇ ਧਰਤੀ ਤੇ ਪਾਣੀ ਤੁਰਦਾ ਦੇਖਿਆ ਤੁਸੀਂ? ਤੁਰਕਾ ਵੀ ਨੀ ਤੁਰਦਾ, ਜਿੰਨਾ ਮਰਜ਼ੀ ਪੈ ਜਾਵੇ। ਜੇ ਪਾਣੀ ਤੁਰਦਾ ਹੁੰਦਾ ਤਾਂ ਬਲੈਕ ਆਪਣੇ ਬਲੂਬੇਰੀ ਦੇ ਵਿੱਚ ਜਾਂ ਹੋਰ ਸਬਜ਼ੀਆਂ ਦੇ ਵਿੱਚ ਖਾਲ ਬਣਾ ਕੇ ਸਾਡੇ ਨੱਕੇ ਨਾ ਛੱਡਦੇ ਹੁੰਦੇ ਅਸੀਂ, ਹੈਨਾ? ਪਾਣੀ ਤੁਰਦਾ ਨੀ, ਤਾਂਹੀਓ ਇੱਥੇ ਇਰੀਗੇਸ਼ਨ ਜਿਹੜੀ ਹੈ ਫਾਊਂਟੇਨ ਚੱਲ ਰਹੀ ਹੈ, ਇਸੇ ਕਰਕੇ। ਜਦੋਂ ਪਾਣੀ ਤੁਰਦਾ ਹੀ ਨੀ ਇਸ ਧਰਤੀ ਦੇ ਉੱਤੇ, ਫਿਰ ਇਹਨਾਂ ਚੀਜ਼ਾਂ ਦੀ ਜ਼ਰੂਰਤ ਕੀ ਆ? ਇਹ ਚੀਜ਼ ਨੂੰ ਤਾਂ ਸਟੱਡੀ ਕਰਨ, ਉਹ ਫਿਰ ਪਾਣੀ ਦਾ ਕੋਈ ਟੈਸਟ ਕਰ ਲੈਣ ਕਿਸੇ ਥਾਂ ਦੇ ਉੱਤੇ, ਉਹ ਆਪਾਂ ਨੇ ਇੱਕ ਦੇ ਵਿੱਚ ਛੱਡ ਕੇ ਵੀ ਪਾਣੀ ਤੁਰਦਾ ਕਿ ਨਹੀਂ ਤੁਰਦਾ ਇੱਥੇ। ਆ ਜਿਹੜਾ ਸੈਡੀਮੈਂਟ ਕੰਟਰੋਲ ਆ, ਇਹ ਤਾਂ ਇਹੋ ਚੀਜ਼ ਆ ਨਾ, ਜੇ ਪਾਣੀ ਮੀਂਹ ਦਾ ਆਏਗਾ ਉਹ ਤੁਰੂਗਾ, ਜੇ ਤੁਰੂਗਾ ਤਾਂ ਉੱਥੇ ਤੁਹਾਡੇ ਘਰ ਜਦੋਂ ਤੁਸੀਂ ਬਣਾਉਂਦੇ ਹੋ, ਕੁਛ ਹੋ ਸਕਦਾ ਵਿੱਚ ਕੈਮੀਕਲ ਜਾਂ ਕੁਛ ਰਲ ਜਾਣ, ਵੀ ਉਹ ਸਿੱਧਾ ਮੱਛੀਆਂ ਨੂੰ ਨਾ ਜਾਵੇ, ਉਹਨੂੰ ਕੰਟਰੋਲ ਕਰਨਾ, ਕੰਟਰੋਲ ਜਦ ਪਾਣੀ ਤੁਰਨਾ ਹੀ ਨੀ, ਜਿਹੜਾ ਤੌਕਾ ਡਿੱਗਣਾ ਸਿੱਧਾ ਧਰਤੀ ਚੱਲ ਜਾਣਾ, ਤੁਰਨਾ ਕਿੱਥੇ ਪਾਣੀ ਜੀ? ਇਹ ਚੀਜ਼ਾਂ ਹੈਗੀਆਂ, ਬਾਈ ਦੇ ਐਗਜ਼ਾਮਪਲ ਦਿੱਤੀ ਆ ਮੈਂ, ਬਾਈ ਦਾ ਬੁਕਸ ਜਿਹੜਾ ਜਾਂਦੇ ਆ, ਬਹੁਤ ਸਾਰੀਆਂ ਚੀਜ਼ਾਂ ਗੱਲ ਸਾਹਮਣੇ ਏਦਾਂ ਦੀਆਂ, ਬਹੁਤ ਸਾਰੀਆਂ ਚੀਜ਼ਾਂ। ਹੋਰ ਇੱਕ ਹੋਰ ਤੁਹਾਨੂੰ ਇੱਥੇ ਗੱਲ ਦੱਸਦਾ, ਇੱਕ ਹੋਰ, ਤੁਸੀਂ ਘਰ ਢਾਉਣਾ ਹੈ, ਘਰ ਢਾਉਣ ਤੋਂ ਪਹਿਲਾਂ ਤੁਹਾਨੂੰ ਤੁਸੀਂ ਪਲਾਨ ਨਾਲ ਡੈਮੋ ਪਰਮਿਟ ਦੇ ਦਿੰਦੇ ਹੋ, ਨਾਲ ਬਿਲਡਿੰਗ ਪਰਮਿਟ ਦੀ ਐਪਲੀਕੇਸ਼ਨ ਕਰ ਦਿੰਦੇ ਹੋ, ਠੀਕ ਹੈ ਜੀ। ਉਸ ਘਰ ਦੇ ਵਿੱਚ 10 ਟ੍ਰੀ ਖੜੇ ਆ, ਜੇ ਤਾਂ ਡੈਮੋ ਪਰਮਿਟ ਲੈਣ ਵੇਲੇ ਤੁਸੀਂ ਆਰਬਿਸਟ ਹਾਇਰ ਕਰ ਲਿਆ, ਉਹਨੇ ਲੈਟਰ ਦੇ ਦਿੱਤੀ ਆਪਣੀ ਵੀ ਮੈਂ ਕੋਲ ਖੜ ਕੇ ਕੰਮ ਕਰਾਊਂਗਾ, ਕਿੰਨੇ ਕੱਟਣੇ ਨੇ, ਕਿੰਨੇ ਰੱਖਣੇ, ਨਹੀਂ ਘਰ ਕੋਲ ਖੜ ਕੇ ਢਵਾਊਂਗਾ ਤੁਹਾਡਾ, ਫਿਰ ਤੁਹਾਨੂੰ ਬੈਰੀਅਰ ਲਾਉਣ ਦੀ ਲੋੜ ਨੀ। ਨਹੀਂ ਤਾਂ ਉਹ ਕਹਿੰਦੇ ਤੁਸੀਂ ਘਰ ਢਾਉਣਾ, ਸਾਨੂੰ ਪਤਾ ਜੇ ਤੁਸੀਂ ਘਰ ਬਣਾਉਣਾ ਇਹ ਚੋ 7 ਟ੍ਰੀ ਕੱਟੇ ਜਾਣੇ ਆ, ਉਹ 7 ਟ੍ਰੀ ਤੇ ਤੁਸੀਂ ਬੈਰੀਅਰ ਲਾਉਣੇ ਹੋ, ਤੁਹਾਨੂੰ ਕਿੰਨੀ ਕੋਸਟ ਕਰਦਾ? ਕਿਉਂਕਿ ਸਿਰਫ ਥੋੜੇ ਦਿਨ ਲਈ ਲਾਉਣਾ ਪੈਂਦਾ ਘਰ ਢਾਉਣ ਵੇਲੇ,
ਠੀਕ ਹੈ ਜੀ। ਜਦੋਂ ਘਰ ਤੁਸੀਂ ਬਾਅਦ ਚ ਘਰ ਢਾ ਲਿਆ, ਲਾਟ ਬਣਾਉਣੀ ਉਹਦਾ ਘਰ ਮਤਲਬ ਨਵਾਂ ਘਰ ਬਣਾਉਣਾ, ਉਹਨਾਂ ਨੂੰ ਪਤਾ ਸੀ ਕਿ ਨਹੀਂ ਪਤਾ ਇਹ ਕੱਟੇ ਜਾਣੇ ਆ, ਤੁਹਾਨੂੰ ਵੀ ਪਤਾ ਕੱਟੇ ਜਾਣੇ ਆ, ਉਹਨਾਂ ਨੇ ਉਹ ਬੈਰੀਅਰ ਲਾਉਣ ਨੂੰ ਸਾਨੂੰ ਕਿਉਂ ਕਹਿੰਦੇ? ਇਸ ਚੀਜ਼ ਬਾਰੇ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਇਹੋ ਕਿਹਾ ਵੀ ਜਿਹੜੇ ਬਾਇਲਾਅ ਨੇ ਪੁਰਾਣੀਆਂ ਕੌਂਸਲ ਦੇ ਬਣਾਏ ਹੋਏ ਆ, ਅਸੀਂ ਇਹਨਾਂ ਵਾਸਤੇ ਬਾਰੇ ਅਜੇ ਕੁਛ ਨੀ ਸੋਚਿਆ। ਅਨਨੈਸੈਸਰੀਲੀ ਆ, ਜਿਹਨੂੰ ਪਤਾ ਉਹ ਟ੍ਰੀ ਕੱਟਿਆ ਜਾਣਾ ਹੀ ਜਾਣਾ, ਉਹਨੂੰ ਕੀ ਬੈਰੀਅਰ ਲਵਾਓ, ਉਹਨੂੰ ਬੈਰੀਅਰ ਕਿਉਂ ਲਵਾ ਦਿਓ ਤੁਸੀਂ? ਜਿਹੜੇ ਸੇਫ ਕਰਨੇ ਉਹ ਲਵਾ ਲਓ, ਬਿਲਕੁਲ ਉਹ ਲਵਾ ਦਿਓ। ਅੱਛਾ ਇੱਕ ਹੋਰ ਦੱਸਿਓ ਜਾਂਦੇ ਜਾਂਦੇ, ਤੁਸੀਂ ਕਾਫੀ ਉਹਦੇ ਲਈ ਐਕਸਾਈਟਿਡ ਵੀ ਹੋ ਵੀ ਕੁਛ ਇਲੈਕਟ੍ਰੀਫਿਕੇਸ਼ਨ ਦਾ ਕੁਛ ਚੇਂਜਸ ਆ ਰਹੀਆਂ ਨੇ ਵੱਡੀਆਂ, ਉਹ ਕੀ ਨੇ? ਉਹ ਜੀ ਇਲੈਕਟ੍ਰੀਕਲ ਤੇ ਨੀ ਜੀ, ਸਾਰੀ ਐਕਚੁਅਲੀ ਸਾਰਾ ਬਿਲਡਿੰਗ ਐਨਵਲਪ ਦੇ ਵਿੱਚ ਚੇਂਜ ਆ ਰਹੀਆਂ ਜੀ, ਉਹ ਜਿਹੜੇ ਐਨਰਜੀ ਸਟੈਪ ਕੋਡ ਜਿਹੜਾ। ਅੱਛਾ ਜੀ, ਐਨਰਜੀ ਸਟੈਪ ਕੋਡ ਆ ਜਿਹੜਾ ਉਹ ਸਟੈਪ ਬਾਈ ਸਟੈਪ ਆ ਜੀ, ਉਹ ਕਿਹੜੇ ਸ਼ਹਿਰ ਦੇ ਵਿੱਚ ਕਿਸੇ ਨੇ ਪਹਿਲਾਂ ਲਾਗੂ ਕਰ ਦਿੱਤਾ, ਕਿਸੇ ਨੇ ਬਾਅਦ ਚ, ਸਿਟੀ ਆਫ ਸਰੀ ਨੇ 1 April ਤੋਂ ਲਾਗੂ ਕੀਤਾ ਜੀ। ਅੱਛਾ ਜੀ, 1 April ਤੋਂ ਜਿਹੜਾ ਵੀ ਤੁਹਾਡਾ ਪਰਮਿਟ ਬਾਅਦ ਸਿਟੀ ਆਫ ਸਰੀ ਦੇ ਵਿੱਚ ਜਾਣਾ, ਉਹ ਚ ਐਨਰਜੀ ਦਾ ਇੱਕ ਤੁਹਾਨੂੰ ਇੱਕ ਹੋਰ ਐਕਸਟਰਾ ਇੰਜੀਨੀਅਰ ਹਾਇਰ ਕਰਨਾ ਪੈਣਾ। ਹਾਂਜੀ, ਉਹਨੇ ਪਲਾਨ ਦੇ ਉੱਤੇ ਪਹਿਲਾਂ ਤੁਹਾਡੇ ਰੈਕਮੈਂਡੇਸ਼ਨ ਦੇਣੀਆਂ ਨੇ, ਨਾਲ ਉਹੀ ਸਕੈਡਿਊਲ B1 B2 ਇੱਦਾਂ ਦੀਆਂ ਚੀਜ਼ਾਂ ਜਾਣੀਆਂ ਨੇ, ਨਾਲ ਉਹਦੇ ਲੈਟਰ ਜਾਣੇ ਆ, ਸਟੈਂਪ ਲੱਗਣੀ ਆ ਜਦੋਂ ਸਿਟੀ ਹਾਲ ਜਾਣਾ। ਤੇ ਉਹਨੇ ਤਕਰੀਬਨ ਅਜੇ ਤੱਕ ਜਿਹੜਾ ਹੁਣ ਤੱਕ ਜਿਹੜਾ ਹੁਣ ਲਾਗੂ ਹੋਇਆ ਸਟੈਪ ਜਿੱਦਾਂ ਉਹਦਾ ਸਟੈਪ 1, ਉਹਦੇ ਵਿੱਚ ਹੈਗਾ ਵੀ ਏਅਰ ਟੈਸਟ ਕਰਨਾ ਕਰਦਾ। ਕਮਾਲ ਹੋ ਗਈ ਜਿਹੜੀ ਤੁਸੀਂ ਦੱਸਦੇ ਰਹੇ। ਹਾਂਜੀ, ਆਪਾਂ ਸ਼ੁਰੂ ਚ ਵੀ ਕਿਸ ਤਰ੍ਹਾਂ ਕੀ ਕੀ ਦੇਖ ਸਕਦੇ? ਹਾਂਜੀ, ਉਹ ਏਅਰ ਟੈਸਟ ਹੈਗਾ ਵੀ ਤੁਹਾਡਾ ਡੋਰ ਤੇ ਵਿੰਡੋਜ਼ ਤੇ ਜਿਹੜੀਆਂ ਹੈਗੀਆਂ ਨੇ, ਅਗਰ ਨਾ ਪਲਾਈਵੁੱਡ ਜਦੋਂ ਲਾਉਂਦੇ ਆ ਸ਼ੀਟਿੰਗ ਕਰਦੇ ਆ ਘਰ ਨੂੰ, ਉਹਦੇ ਬਾਹਰ ਕਿੰਨਾ ਕਿੰਨਾ ਗੈਪ, ਕੋਈ ਅੱਧਾ ਇੰਚ ਛੱਡਦਾ, ਕੋਈ 1 inch, ਕੋਈ 2 inch, ਕੋਈ 3-3 inch ਤੱਕ ਵੀ ਛੱਡ ਦਿੰਦੇ ਆ। ਉਹ ਚੀਜ਼ਾਂ ਇਹਦੇ ਵਿੱਚ ਹੋਣੀਆਂ ਨੇ। ਕਦੇ ਕਦੇ ਭੋਰਾ ਵੀ ਜੇ 2 ਪਲੇਟਾਂ ਟੋਪ ਪਲੇਟ ਪਾਈ ਹੋਈ ਆ ਜੀ, ਫਰੇਮ ਕਰਦੇ ਆ, ਟੋਪ ਪਲੇਟ 2 ਪਲੇਟਾਂ ਹੁੰਦੀਆਂ ਨੇ, ਉਹ ਕਹਿੰਦੇ ਜੇ ਹੋਰ ਤੁਹਾਡਾ ਘਰ ਸੀਲ ਹੋ ਗਿਆ ਸਾਰਾ, ਪੌਲੀ ਲਾਉਣ ਤੋਂ ਪਹਿਲਾਂ, ਇੰਸੂਲੇਸ਼ਨ ਪਾਉਣ ਤੋਂ ਪਹਿਲਾਂ, ਉਹ ਜਿਹੜਾ 2 ਪਲੇਟਾਂ ਦੇ ਵਿਚਾਲੇ ਜੁਆਇੰਟ ਆ ਹੋਰੀਜ਼ੋਂਟਲ, ਉਹ ਵੀ ਤੁਹਾਡਾ ਉਹ ਤੇ ਟੇਪ ਲੱਗਣੀ ਚਾਹੀਦੀ ਆ, ਉਹਦੇ ਵਿੱਚ ਵੀ ਹਵਾ ਨਾ ਕਿਤੇ ਆਵੇ। ਕਮਾਲ ਹੋ, ਉਹ ਚੀਜ਼ਾਂ ਨੇ। ਉਹ ਇੱਕ ਏਅਰ ਟੈਸਟ ਤੁਹਾਡਾ ਹੋਣਾ ਘਰਾਂ ਦਾ, ਜਦੋਂ ਘਰ ਇੰਸੂਲੇਸ਼ਨ ਪੈ ਗਈ ਤੇ ਫਰੇਮ ਹੋਣ ਤੋਂ ਬਾਅਦ ਬਾਹਰਲੀਆਂ ਡੋਰਾਂ ਸਾਰੀਆਂ ਲੱਗ ਗਈਆਂ, ਛੱਤ ਪੈ ਗਈ, ਇੱਕ ਏਅਰ ਟੈਸਟ ਉਦੋਂ ਹੋਣਾ, ਇੱਕ ਫਿਰ ਫਾਈਨਲ ਤੇ ਹੋਣਾ। ਅੱਛਾ, ਇਹਦੇ ਬਾਰੇ ਆਪਾਂ ਅਗਲੇ ਵੀਕ ਗੱਲ ਕਰੀਏ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਲਈ, ਕਿਉਂਕਿ ਲੋਕ ਹੁਣ ਰੈਡੀ ਹੋਣ ਅਪ੍ਰੈਲ ਤੋਂ ਬਾਅਦ, ਹੁਣ ਸ਼ੁਰੂ ਹੋ ਗਿਆ ਜੀ। ਕੰਸਟਰਕਸ਼ਨ ਇਹਦੀ ਕੋਸਟ ਦਾ ਕਿੰਨਾ ਫਰਕ ਪਊ ਤੇ ਕਿਹੜੇ ਕਿਹੜੇ ਉਹ ਚ ਫੈਕਟਰ ਨੇ? ਨਾਲ ਹੀ ਆਪਾਂ ਸੋਲਰ ਐਨਰਜੀ ਤੇ ਗੱਲ ਕਰਨੀ ਚਾਹੁੰਦੇ ਹਾਂ, ਉਹ ਵੀ ਇਹਦੇ ਪਾਰਟ ਹੈ, ਇਹਦਾ ਪਾਰਟ ਹੈ। ਤੁਸੀਂ ਉਹ ਵੀ ਸਮਝਾਇਓ ਕਿ ਪੈਨਲ ਉਹ ਕਿੰਨੇ ਕੁ ਲੱਗਦੇ ਆ, ਕਿੰਨੇ ਕੁ ਲਾਉਣੇ ਚਾਹੀਦੇ ਨੇ, ਕਿਉਂਕਿ ਇੱਧਰ ਨੂੰ ਆਪਾਂ ਤੁਰੀਏ। ਜਾਂ ਇੱਕ ਇਲੈਕਟ੍ਰਿਕ ਕਾਰ ਚਾਰਜਰ ਆ, ਉਹ ਵੀ ਹੁਣ ਮੈਂਡੇਟਰੀ ਹੋ ਜਾਣਾ ਥੋੜੇ ਚਿਰ, ਉਹ ਵੀ ਪੱਕਾ ਲੱਗਣਾ। ਹਾਂਜੀ, ਅਗਲੇ ਵੀਕ ਫੇਰ ਇੱਕ ਵਾਰ ਗੱਲ ਕਰਦੇ ਜੀ। ਹਾਂ, ਸ਼ੁਰੂ ਕਰਾਂਗੇ ਅਗਲੇ ਹਫ਼ਤੇ। ਲਿਟ ਸਾਹਿਬ ਨਾਲ ਤੁਸੀਂ ਕੋਈ ਮਸ਼ਵਰਾ ਹੋਵੇ 604-839-5745, ਜਿਹੜੇ ਕੋਈ ਬਿਲਡਰ ਦੇ ਸਵਾਲ ਨੇ ਪਲੀਜ਼ ਉਹ ਤੁਹਾਨੂੰ ਈਮੇਲ ਕਰ ਦੇਣ ਜਾਂ ਟੈਕਸਟ ਮੈਸੇਜ ਕਰ ਦੇਣ ਜਾਂ ਮੈਨੂੰ ਕਰ ਦੇਣ। ਬਿਲਕੁਲ, ਤੇ ਉਹ ਆਪਾਂ ਜਿੱਥੇ ਤੱਕ ਆਪਣੀ ਕੋਸ਼ਿਸ਼ ਹੋਊਗੀ, ਜਿਹੜੇ ਕਾਮਨ ਬਿਲਡਰ ਦੇ ਸਵਾਲ ਨੇ ਜਾਂ ਇਲੈਕਟ੍ਰੀਸ਼ਨ ਦੇ ਜਾਂ ਪਲੰਬਰਸ ਦੇ, ਉਹ ਅਸੀਂ ਅਫੀਸ਼ੀਅਲ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ। ਤੇ ਬਾਕੀ ਛੇਤੀ ਹੀ ਜਿੱਦਾਂ ਆਪ ਤੁਹਾਨੂੰ ਕਿਹਾ ਵੀ ਮੀਟਿੰਗ ਉਹਨਾਂ ਦੇ ਨਾਲ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਬਹੁਤ ਛੇਤੀ ਤੁਸੀਂ ਦੇਖੋਗੇ ਇਹ ਚੀਜ਼ਾਂ। ਫੇਸਬੁੱਕ ਤੇ ਇਹਨਾਂ ਨਾਲ ਜਾ ਸਕਦੇ ਹੋ ਤੇ ਈਮੇਲ lit.js@yahoo.com ਸਿੱਧੀ ਈਮੇਲ ਹੈ lit.js@yahoo.com। ਜੀ ਧੰਨਵਾਦ ਤੁਹਾਡੇ ਸਮੇਂ ਦਾ। ਠੀਕ ਹੈ ਗਿੱਲ ਸਾਹਿਬ, ਧੰਨਵਾਦ ਤੁਹਾਡਾ ਤੇ ਪ੍ਰੋਗਰਾਮ ਸੁਣਨ ਵਾਲੇ ਸਾਰਿਆਂ ਦਾ। ਅਗਲੇ ਵੀਕ ਗੱਲ ਕਰਾਂਗੇ ਜੀ ਕਿ ਚੇਂਜਸ ਜਿਹੜੀਆਂ ਆਈਆਂ ਨੇ ਉਹ ਕੀ ਨੇ ਤੇ ਕਿਵੇਂ ਇਫੈਕਟ ਕਰਨਗੀਆਂ। ਵਪਾਰਕ ਸੰਦੇਸ਼ ਮੁੜ ਕੇ ਆਇਆ। ਸੂਬੇ ਦੀ ਰਾਜਧਾਨੀ ਦੇ ਵਿੱਚ ਅੱਜ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਹੋ ਰਿਹਾ, ਜਿਸ ਨੂੰ ਮਾਰਵਨ ਹੰਟ ਜਿਹੜੇ ਨੇ MLA ਪਾ ਰਹੇ ਨੇ। ਇਹਦੇ ਵਿੱਚ ਜੇ ਕਿਸੇ ਕੋਲੋਂ ਨਜਾਇਜ਼ ਹਥਿਆਰ ਫੜਿਆ ਜਾਂਦਾ ਹੈ ਤਾਂ ਉਹਦੇ ਕੰਸੀਕੁਐਂਸਿਸ ਕੀ ਹੋਣ, ਜੇ ਕੋਈ ਗਿਲਟੀ ਜਿਹੜਾ ਪਾਇਆ ਜਾਂਦਾ ਤਾਂ ਉਹਨੂੰ 6 ਮਹੀਨੇ ਦੀ ਸਜ਼ਾ ਜਾਂ 10 ਤੇ ਫਾਈਨ 10,000 ਤੱਕ ਤੇ 1 ਸਾਲ ਦਾ ਡਰਾਈਵਰ ਲਾਇਸੈਂਸ ਸਸਪੈਂਸ਼ਨ। ਇਹ ਮਾਰਵਨ ਹੰਟ ਉਹਨਾਂ ਨੇ ਵੇਕਅਪ ਸਰੀ ਦੀ ਲੋਬਿੰਗ ਤੋਂ ਬਾਅਦ ਇਸ ਨੂੰ ਅੱਜ ਹੁਣ ਇਹ ਪੇਸ਼ ਹੋ ਰਿਹਾ ਹਾਊਸ ਦੇ ਵਿੱਚ। ਵੇਕਅਪ ਸਰੀ ਤੋਂ ਗੁਰਪ੍ਰੀਤ ਸਿੰਘ ਸਹੋਤਾ, ਮੌਂਟੀ ਬੋਇਲ ਤੇ ਸਰਜੀਤ ਸਿੰਘ ਸਿੱਧੂ ਵਿਕਟੋਰੀਆ ਗਏ ਹੋਏ ਨੇ। ਉੱਥੋਂ ਵੇਕਅਪ ਸਰੀ ਦੀ ਜਿਹੜੀ ਪ੍ਰੈਸ ਰਿਲੀਜ਼ ਤੇ BC ਲਿਬਰਲਸ ਦੀ
ਪ੍ਰੈਸ ਰਿਲੀਜ਼ ਜਿਹੜੀ ਉਹਨਾਂ ਨੇ ਮੈਨੂੰ ਘੱਲੀ ਹੈ। ਤੇ ਬਹੁਤ ਚਿਰ ਦੀ ਗੱਲ ਚੱਲ ਰਹੀ ਹੈ ਕਿ ਵੇਕਅਪ ਸਰੀ ਨੇ ਕਿਹੜਾ ਕੱਦੂ ਚ ਤੀਰ ਮਾਰਤਾ, ਇਹਨਾਂ ਨੇ ਕੀ ਕੀਤਾ ਕੰਮ, ਕਿਉਂਕਿ ਕੋਈ ਅਹੁਦਾ ਨਹੀਂ, ਕੋਈ ਜਗ੍ਹਾ ਨਹੀਂ ਜਿੱਥੇ ਤੁਸੀਂ ਕੁਛ ਕਰ ਸਕੋ। ਲੋਬਿੰਗ ਹੈ, ਜੂਨ ਦੇ ਮਹੀਨੇ ਪਿਛਲੇ ਸਾਲ ਇਸ ਇਕੱਠ ਦੇ ਵਿੱਚ ਜਦ ਦੋ ਜਵਾਕ ਸਾਡੇ ਚੱਕ ਕੇ ਮਾਰ ਦਿੱਤੇ, ਕਲੈਕਟਿਵਲੀ ਸੁਨੇਹਾ ਇਸ ਦਾ ਦਿੱਤਾ ਗਿਆ ਮੀਡੀਆ ਆਊਟਲੈਟਸ ਤੋਂ, ਤੇ ਤੁਸੀਂ ਸਾਰੇ ਇਕੱਠੇ ਹੋਏ ਉਸ ਇਕੱਠ ਦੇ ਵਿੱਚ, ਤੁਸੀਂ ਦੇਖਿਆ ਕਿੰਨਾ ਜੋਸ਼ ਸੀ। ਤੇ ਉਹਦੇ ਵਿੱਚੋਂ ਵੇਕਅਪ ਸਰੀ ਜਦ ਸ਼ੁਰੂ ਹੋਈ ਤਾਂ ਇਹਦੀਆਂ ਮੀਟਿੰਗ ਵਗੈਰਾ ਚੱਲਦੀਆਂ ਰਹੀਆਂ, ਕੰਮ ਇਹਦਾ ਹੁੰਦਾ ਰਿਹਾ। ਹੁਣ ਇਸ ਨੂੰ ਜਿਹੜੇ ਬੂਰ ਪੈਣੇ ਸ਼ੁਰੂ ਹੋਏ ਨੇ, ਤੇ ਵੇਕਅਪ ਸਰੀ ਲਈ ਇਹ ਵੱਡੀ ਕੋਸ਼ਿਸ਼ ਤੋਂ ਬਾਅਦ ਇਹ ਮਾਰਵਨ ਹੰਟ ਹੋਣੀ ਇਸ ਨੂੰ ਪ੍ਰਾਈਵੇਟ ਮੈਂਬਰ ਬਿੱਲ ਫਿਰ ਅੱਗੇ ਫਰਦਰ ਇਹ ਜਾਣਾ। ਮੈਨੂੰ ਨਹੀਂ ਲੱਗਦਾ ਇਸ ਦੀ ਆਪੋਜੀਸ਼ਨ ਕੋਈ ਹੋਏਗੀ। ਜਿੰਨੇ ਇਹਦੇ ਸੰਬੰਧੀ ਲੋਕਲ ਜਿਹੜੀ ਸਰਕਾਰ ਹੈ NDP ਤੇ ਗ੍ਰੀਨ ਦੀ ਸਾਂਝੀ, ਉਹਨਾਂ ਨੇ ਕੁਛ ਕਰਨਾ ਸੀ ਉਹ ਵੀ ਕਰ ਰਹੇ ਨੇ, ਪਰ BC ਲਿਬਰਲਸ ਕਿਉਂਕਿ ਬਹੁਤ ਲੰਮਾ ਸਮਾਂ ਪਾਵਰ 'ਚ ਰਹੇ ਨੇ, ਹੁਣ ਆਪੋਜੀਸ਼ਨ ਨੇ, ਉਹਨਾਂ ਦਾ ਵੀ ਇਹ ਕੰਮ ਸੀ। ਉਹਨਾਂ ਨੇ ਇਸ ਨੂੰ, ਕਿਉਂਕਿ ਮਾਰਵਨ ਹੰਟ ਉਹਨਾਂ ਨੂੰ ਮੈਨੂੰ ਯਾਦ ਹੈ, ਵਿਲਕਿਨਸਨ ਹੋਣੀ ਜਿਹੜੇ ਪਾਰਟੀ ਲੀਡਰ, ਤੇ ਮਾਰਵਨ ਹੰਟ ਉਹਨਾਂ ਨਾਲ ਅਸੀਂ ਰਲ ਕੇ ਇੱਕ ਵਾਰ ਮਿਲੇ ਸਾਂ, ਤੇ ਪਾਰਟੀਆਂ ਦੇ ਲੀਡਰ ਨੈਸ਼ਨਲ ਫੈਡਰਲ ਪਾਰਟੀਆਂ ਦੇ ਨੈਸ਼ਨਲ ਜਿਹੜੇ ਪਾਰਟੀਆਂ ਦੇ ਲੀਡਰ, ਜਿਹਦੇ 'ਚ ਪ੍ਰਧਾਨ ਮੰਤਰੀ ਟਰੂਡੋ ਤੇ ਸਰ ਜਗਮੀਤ ਸਿੰਘ NDP ਦੇ, ਤੇ ਐਂਡਰੂ ਸ਼ੀਅਰ ਕੰਸਰਵੇਟਿਵ ਦੇ, ਆ ਕੇ ਮਿਲੇ ਨੇ। ਗੱਲ ਤਾਂ ਚੱਲੀ ਹੈ, ਮਿਨਿਸਟਰ ਬਿਲ ਬਲੇਅਰ ਦੋ ਵਾਰ ਸ਼ਾਇਦ ਮਿਲੇ ਨੇ, ਨਾ ਇੱਕ ਵਾਰ ਹੀ ਸ਼ਾਇਦ, ਤੇ ਲੋਕਲ 60-70 ਮੀਟਿੰਗਾਂ ਜਿਹੜੀਆਂ ਉਹ ਹੋਈਆਂ, ਉਹਦੇ 'ਚ ਕੰਮ ਬਹੁਤ ਹੋਇਆ। ਪਰ ਤੁਹਾਨੂੰ ਪਤਾ ਹੀ ਹੈ ਕਿ ਇੱਕ ਲੈਵਲ 'ਤੇ ਆ ਕੇ ਗੱਲ ਖੜ ਜਾਂਦੀ ਹੈ, ਕਿਉਂਕਿ ਜਿੰਨੀ ਕੁ ਤੁਹਾਡੇ ਕੋਲ ਜਗ੍ਹਾ ਉਨਾ ਕੁ ਤੁਸੀਂ ਕਰ ਸਕਦੇ ਹੋ ਇੱਥੇ ਸਿਸਟਮ ਨੂੰ ਅੱਗੇ ਤੋਰਨ ਲਈ। ਹੁਣ ਇਹ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਪੇਸ਼ ਹੋ ਰਿਹਾ ਅੱਜ, ਉਹਦੇ ਬਾਅਦ ਇਸ 'ਤੇ ਵੋਟਿੰਗ ਹੋਣੀ ਹੈ, ਅੱਗੇ ਚੱਲਣਾ, ਅਤੇ ਹੋ ਸਕਦਾ ਛੇਤੀ ਇਹ ਕਾਨੂੰਨ ਬਣ ਜਾਏ ਇੱਥੇ ਦਾ, ਅਤੇ ਕਾਨੂੰਨ ਦੇ ਬਾਅਦ, ਕਿਉਂਕਿ ਇਲੀਗਲ ਗੰਸ ਦੇ ਨਾਲ ਹੀ ਜਿਹੜਾ ਕਾਨੂੰਨ ਜਿਹੜਾ ਬਣੇਗਾ, ਤਾਂ ਇਲੀਗਲ ਗੰਸ ਨੇ ਜਿਹੜੀਆਂ ਜਦ ਕਿਸੇ ਗੱਡੀ 'ਚੋਂ ਫੜੀਆਂ ਜਾਣਗੀਆਂ ਤਾਂ 6 ਮਹੀਨੇ ਦੀ ਸਜ਼ਾ, up to 6 months up to 10,000 fine, 1 ਸਾਲ ਦੀ ਸਸਪੈਂਸ਼ਨ, ਇਹ ਇਸ ਬਿੱਲ ਦੇ ਵਿੱਚ ਕੀਤੀ ਗਈ ਹੈ। ਤੇ ਸੋ ਇਸ ਦੇ ਵਿੱਚੋਂ ਹੁਣ ਇਹ ਗੱਲ ਚੱਲਣੀ ਅੱਗੇ ਸ਼ੁਰੂ ਹੋਈ ਹੈ। ਵੇਕਅਪ ਸਰੀ ਨੇ ਬੜੇ ਸਾਰਥਕ ਉੱਦਮਾਂ ਦੇ ਨਾਲ ਇਹਦੇ 'ਤੇ ਕੰਮ ਕੀਤਾ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ, ਕਿਉਂਕਿ ਤੁਹਾਨੂੰ ਸਮਾਂ ਬਹੁਤ ਚਾਹੀਦਾ ਇਹਦੇ 'ਚ, ਆਪਣੇ ਜ਼ਿੰਦਗੀ ਦੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਔਰਗੇਨਾਈਜ਼ ਕਰਨਾ। ਟਾਊਨ ਹਾਲ ਮੀਟਿੰਗਸ ਹੋਈਆਂ ਅਤੇ ਵੱਡੀ ਇੱਕ ਬੈਠਕ ਹੋਈ ਜਿਹ 'ਚ ਪੁਲਿਸ ਅਤੇ ਲਾਅ ਮੇਕਰ ਜਿਹੜੇ ਨੇ, ਉਹ ਤੁਹਾਨੂੰ ਪਤਾ ਹੈ, ਦੱਸਿਆ ਸੀ ਕਿ ਉਹ ਗ੍ਰੈਂਡ ਤਾਜ ਕਨਵੈਨਸ਼ਨ ਸੈਂਟਰ ਦੇ ਵਿੱਚ ਇਕੱਠੇ ਹੋਏ ਸੀ। ਬੜੀ ਪ੍ਰੋਡਕਟਿਵ ਸੀ ਉਹਦੇ 'ਚ, ਤੁਹਾਨੂੰ ਕੋਲ ਪੁਲਿਸ ਡਿਪਾਰਟਮੈਂਟ, ਡੈਲਟਾ ਪੁਲਿਸ, ਸਰੀ RCMP, ਸਿਟੀ ਆਫ ਸਰੀ, MLA, MP ਸਭ ਉਹਦੇ 'ਚ ਇਕੱਠੇ ਹੋਏ ਸੀ। ਸੋ ਇਹ ਹੁਣ ਆਸ ਹੈ ਕਿ ਫਰਦਰ ਇਹ ਗੱਲ ਤੁਰ ਰਹੀ ਹੈ। ਬਹੁਤ ਵਾਰ ਕ੍ਰਿਟਿਕ ਨੇ ਜਿਹੜੇ, ਫੇਸਬੁੱਕ 'ਤੇ ਲਿਖਣਾ ਬੜਾ ਸੌਖਾ ਹੈ, ਉਹ ਦੇਖੋ ਜੀ ਇਹ ਕੁਛ ਨਹੀਂ ਹੋਇਆ, ਕੱਖ ਨਹੀਂ, ਕੰਮ ਕਰਨੇ ਬੜੇ ਔਖੇ ਆ ਸਾਂਝੇ, ਉਹ ਵੀ ਖਾਸ ਤੌਰ 'ਤੇ, ਨਹੀਂ ਤਾਂ ਕਮਿਊਨਿਟੀ ਜਿੱਥੇ 6 ਲੱਖ ਬੈਠੀ ਆ, ਜਿਹੜੇ 5-7 ਇਹ ਤੁਰੇ ਫਿਰਦੇ, ਉਹ ਵੀ ਕਹਿੰਦੇ ਅਸੀਂ ਵੀ ਬਹਿ ਜਾਂਦੇ ਹਾਂ, ਪਰ ਕੁਝ ਕਰਨ ਦੇ ਲਈ ਕੁਛ ਗਵਾਉਣਾ ਪੈਂਦਾ ਕੁਛ ਪਾਉਣ ਦੇ ਲਈ। ਇਹ ਮਿਹਨਤ ਜਿਹੜੀ ਇਹ 'ਚ ਕੀਤੀ ਹੈ, ਤੇ ਉਸ ਪਾਸੇ ਨੂੰ ਹੁਣ ਇਹ ਗੱਲ ਜਾ ਰਹੀ ਹੈ, ਤੇ ਇਹ ਪ੍ਰਾਈਵੇਟ ਮੈਂਬਰ ਬਿੱਲ ਅੱਜ ਪੇਸ਼ ਹੋ ਰਿਹਾ ਹੈ, ਤੇ ਫਿਰ ਜਿਹੜੀ ਫਰਦਰ ਇਹਦੇ ਵਿੱਚ ਜਿਹੜੀ ਕੀ ਅਚੀਵਮੈਂਟ ਹੁੰਦੀ ਹੈ ਇਹਦੀ ਵੋਟਿੰਗ, ਅਤੇ ਕੀ ਕਿਸ ਤਰ੍ਹਾਂ ਮੈਂਬਰ ਦਾ ਬਿੱਲ ਪਾਸ ਹੁੰਦਾ ਅਤੇ ਫਿਰ ਕਾਨੂੰਨ ਬਣਦਾ, ਉਹ ਸਮਾਂ ਤਾਂ ਲੱਗੂ, ਪਰ ਬਣੂਗਾ। ਹੁਣ ਆਪੋਜੀਸ਼ਨ ਇਹਦੀ ਨਹੀਂ ਲੱਗਦਾ ਹੋਣੀ, ਤੇ ਟਫਰ ਲਾ ਇਹ ਕੱਲ੍ਹ ਇੱਕ ਦਾਨਿਸ਼ਮੰਦ ਕਹਿ ਰਿਹਾ ਸੀ, ਉਹ ਕਹਿੰਦਾ ਪੁਲਿਸ ਨੇ ਕੀ ਕਰਨਾ, ਪੁਲਿਸ ਤਾਂ ਉਹੋ ਜਿਹੀ ਹੋਈ ਹੈ ਜਿਹੋ ਜਿਹੀ ਪਹਿਲੀ ਪੁਲਿਸ ਹੈ, ਪੁਲਿਸ ਜੇ ਬਦਲ ਵੀ ਜਾਂਦੀ ਹੈ, ਬਦਲਣ ਤੋਂ ਬਾਅਦ ਕੋਈ ਵੀ ਕਿਸੇ ਵੀ ਮਿਊਂਸੀਪਲ ਪੁਲਿਸ, RCMP ਵਰਸਸ ਕੁਛ ਵੀ, ਪਰ ਕਹਿੰਦੇ ਕਾਨੂੰਨ ਦੇਸ਼ ਦੇ ਜਿਹੜੇ ਨੇ ਉਹ ਚੇਂਜ ਹੋਣ ਵਾਲੇ ਨੇ, ਫਿਰ ਠੀਕ ਹੋ ਸਕਦਾ।
ਇਸੇ ਤਰ੍ਹਾਂ ਹੀ ਯੂਨਾਈਟਿਡ ਟਰੱਕਰਸ ਐਸੋਸੀਏਸ਼ਨ ਜਿਹਨੇ ਬਹੁਤ ਲੰਮਾ ਘੋਲ ਕੀਤਾ ਕੰਟੇਨਰ ਟਰੱਕਰਸ ਦੇ ਲਈ, ਜਿਹਦੇ ਚ ਇਸ ਮੰਚ ਨੇ ਯੂਨਾਈਟਿਡ ਟਰੱਕਰਸ ਐਸੋਸੀਏਸ਼ਨ ਦੀ ਜਨਰਲ ਮੀਟਿੰਗ ਜਿਹੜੀ ਉਹ ਇਸ ਐਤਵਾਰ ਨੂੰ ਹੋ ਰਹੀ ਹੈ 12 ਨੂੰ 11 ਵਜੇ ਗ੍ਰੈਂਡ ਤਾਜ ਬੈਂਕਟ ਹਾਲ ਦੇ ਵਿੱਚ, ਜਿਹਦੇ ਵਿੱਚ ਮਸਲੇ ਵਿਚਾਰੇ ਜਾਣਗੇ। ਖਾਸ ਤੌਰ ਤੇ ਕਮਿਸ਼ਨਰ ਮਾਈਕਲ ਕ੍ਰਾਫਰਡ ਆ ਰਹੇ ਨੇ, ਪ੍ਰੋਵਿੰਸ਼ਲ MLA, ਫੈਡਰਲ MP ਤੇ ਇਹ ਸਾਰੇ ਪਹੁੰਚਣਗੇ। ਬਹੁਤ ਲੰਮਾ ਘੋਲ UTA ਨੇ ਲੜਿਆ, ਇਸ ਮੰਚ ਤੋਂ ਬੜੀ ਮਦਦ ਹੋਈ ਹੈ ਕੰਟੇਨਰ ਟਰੱਕਰਸ ਦੀ। ਖਾਸ ਤੌਰ ਤੇ ਉਹਨਾਂ ਦੀ ਹਰ ਰੋਜ਼ ਜਦ ਵੀ ਕਦੇ ਵੀ ਗਗਨ ਸਿੰਘ ਨੇ ਅੱਧੇ ਘੰਟੇ ਦੇ ਨੋਟਿਸ ਤੇ ਸਮਾਂ ਮਿਲੇ ਮੰਗਿਆ ਤਾਂ ਉਸਨੂੰ ਸਦਾ ਹੀ ਆਪਾਂ ਕੋਸ਼ਿਸ਼ ਕੀਤੀ। ਤੁਹਾਡੇ ਮਸਲੇ ਬੜੇ ਵਿਚਾਰੇ ਆ ਇੱਥੇ, ਚਲੋ ਕਿਸੇ ਪਾਸੇ ਨੂੰ ਹੁਣ ਗੱਲ ਤੁਰੀ ਹੈ। ਸੋ ਪਰ ਗ੍ਰੈਂਡ ਤਾਜ ਦੇ ਵਿੱਚ ਜਿਹੜੀ ਐਨੂਅਲ ਜਨਰਲ ਮੀਟਿੰਗ ਹੈ, ਇਹਦੇ ਚ ਸਾਰੇ ਜ਼ਰੂਰ ਪਹੁੰਚਿਓ। ਜਦ ਤੁਸੀਂ ਪਹੁੰਚੋਗੇ ਤਾਂ ਹੀ ਤੁਹਾਡਾ ਮਾਣ ਹੈ। ਸਾਰੇ ਮੈਂਬਰਾਂ ਨੂੰ ਖੁੱਲ੍ਹਾ ਸੱਦਾ ਇਸ ਐਤਵਾਰ 11 ਵਜੇ। ਸਰ, ਜਸਵੰਤ ਸਿੰਘ ਕੰਵਲ ਹੋਰਾਂ ਦੀ ਕਹਾਣੀ ਕਿਹੜਾ ਇੰਦੀ ਦਾ, ਇੰਦੀ ਕਿਹੜੇ ਦੀ ਘਰ ਵਾਲੀ ਸੀ? ਇਦੋਂ ਪਹਿਲਾਂ ਵੱਡੀ ਭਰਜਾਈ ਸੀ ਮਾਂ ਵਰਗੀ, ਬੜਾ ਭਾਈ ਮਰ ਗਿਆ, ਸ਼ਰੀਕੇ ਨੇ ਚਾਦਰ ਪਾ ਦੀ, ਉਦੋਂ ਕਿਹੜੇ ਨੂੰ ਸੁਰਤ ਵੀ ਨਹੀਂ ਸੀ। ਆ ਜਾ ਬਹਿ ਜਾ ਕੇਸ ਵਾਹ ਮੇਰਿਆਂ ਨਿੱਕਿਆਂ ਨਿਆਣਿਆਂ ਕੰਤਾ। ਇਹ ਲੋਕ ਪੀੜ ਉਦੋਂ ਇੰਦੀ ਉੱਤੇ ਸਾਲਮ ਲਾਗੂ ਹੁੰਦੀ, ਛੋਟੇ ਹੁੰਦੇ ਕਿਹੜੇ ਨੂੰ ਕਿਸੇ ਵਿਗਾੜ ਉੱਤੇ ਕੁੱਟ ਵੀ ਲੈਂਦੀ। ਉਹ ਕੁਦਰਤ ਦੇ ਕਹਿਰ ਤੇ ਸਮਾਜਿਕ ਨਿਆਂ ਕਾਨੂੰਨ ਚਾਦਰ ਪਵਾਉਣੀ ਪੈ ਗਈ। ਪਰ ਅਸ਼ਕੇ ਕਿਹੜੇ ਮਰਦ ਦੇ, ਜਿਸ ਜਵਾਨ ਹੋ ਕੇ ਤਨੋ ਮਨੋ ਧਨੋ ਆਖਰੀ ਦਮ ਤੱਕ ਇੰਦੀ ਨਾਲ ਵਫਾ ਨਿਭਾਈ। ਜ਼ਮੀਨ ਥੋੜੀ ਸੀ, ਬਾਪੂ ਨੇ ਪਹਿਲਾਂ ਗਹਿਣੇ ਪਾਤੀ, ਸਾਰੀ ਉਮਰ ਦੀ ਕਮਾਈ ਨਾਲ ਵੀ ਨਾ ਛੁੱਟੀ। ਕਿਹੜੇ ਦਾ ਛੋਟਾ ਭਾਈ ਮੇਰਾ ਸੀ, ਜਿਹੜਾ 30 ਕੋਹ ਦੂਰ ਜਾ ਕੇ ਸਾਧ ਦੇ ਚਰਨੀ ਲਾ ਕੇ ਉਹਨੇ ਭਬੂਤੀ ਮਾਰ ਲਈ, ਚੱਪ ਮਾਰ ਕੇ ਬਹਿ ਗਿਆ ਅੱਗ ਦੇ ਮੂਹਰੇ। ਕਿਹੜੇ ਨੇ ਸਾਰੀ ਉਮਰ ਜੱਟ ਹੁੰਦਿਆਂ ਸੀਰ ਕਮਾਏ, ਦਿਹਾੜੀ ਦੱਪੇ ਨਾਲ ਗੁਜ਼ਾਰਾ ਕੀਤਾ। ਇੰਦੀ ਦੇ ਪੇਕੇ ਵੀ ਆਰਥਿਕ ਪੱਖੋਂ ਮਾੜੇ ਸੀ, ਮੈਂ ਨੀ ਇੰਦੀ ਨੂੰ ਪੇਕੇ ਜਾਂਦੇ ਦੇਖਿਆ ਕਿਤੇ। ਦੁੱਖ ਸੁੱਖ ਹੰਢਾਉਣ ਲਈ ਉਹ ਟਿਬਲਾ ਟਿਬਲੀ ਉਹ ਸੀ। 10-9 ਦੀ ਕਮਾਈ ਕਰਦੇ, 2 ਧੀ ਤੇ 1 ਪੁੱਤ ਪਾਲੇ, ਦੋਵੇਂ ਦੇਹ ਤੋੜ ਕੇ ਕਮਾਉਂਦੇ ਤਾਂ ਜਾ ਕੇ ਪੱਲਾ ਪੂਰਾ ਹੁੰਦਾ। ਪਰ ਉਹ ਰੱਬ ਦੀ ਰਜ਼ਾ ਚ ਹਰ ਤਰ੍ਹਾਂ ਰਾਜ਼ੀ ਸਨ। ਇਹਦਾ ਕਦੇ ਗੁਰਦੁਆਰੇ ਨਹੀਂ ਗਿਆ, ਪਰ ਗੁਰਦੁਆਰੇ ਪਵਾਉਣ ਵਿੱਚ ਉਹਨੇ ਸਭ ਤੋਂ ਵੱਧ ਕਹੀ ਬਾਈ। ਉਹਦੇ ਬਚਪਨ ਬਾਰੇ ਵੀ ਮੈਨੂੰ ਪਤਾ ਹੈ। ਆਪਣੀ ਪੱਤੀ ਉਹਨੇ ਕੋਈ ਸੀਰ ਨਹੀਂ ਲਿਆ, ਪਿੰਡ ਦੇ ਦੂਜੇ ਪਾਸੇ ਕੰਮ ਕਰਦਿਆਂ ਸਾਰੀ ਉਮਰ ਲਾਤੀ। ਉਹਦੀਆਂ ਅੱਖਾਂ ਕੱਚੀਆਂ ਤੇ ਨਿੱਕੀਆਂ ਸੀ, ਗਰਮੀਆਂ ਚ ਦੁਖਦੀਆਂ, ਜਿਸ ਕਾਰਨ ਉਹਨੂੰ ਕਿਹੜਾ ਚੁੰਨਾ ਵੀ ਕਹਿੰਦੇ। ਇੱਕ ਫੌਜੀ ਯਾਰ ਨੇ ਉਹਨੂੰ ਪਹਿਲੀ ਵੱਡੀ ਜੰਗ ਤੋਂ ਮੁੜਦਿਆਂ ਹਰੀਆਂ ਐਨਕਾਂ ਲਿਆ ਤੀਆਂ, ਜਿਹਨਾਂ ਨੂੰ ਉਹ ਅਕਸਰ ਲਾ ਕੇ ਰੱਖਦੇ ਸਨ ਫਲੇ ਚ। ਕਹਿਣ ਲੱਗਾ, ਜਾਣੋ ਲੋਕਾਂ ਦੀਆਂ ਅੱਖਾਂ 1-2 ਦਿਨ ਦੁਖਦੀਆਂ ਨੇ, ਜਾਣੋ ਮੇਰੇ ਨੇਤਰ ਮਹੀਨਾ ਰਾਜ਼ੀ ਨਹੀਂ ਹੁੰਦੇ ਹਰ ਗੱਲ ਨਾਲ, ਉਹ ਜਾਣੋ ਜ਼ਰੂਰ ਕਹਿੰਦਾ। ਹੈ ਬਈ, ਲੋਕਾਂ ਦੀਆਂ ਅੱਖਾਂ ਦਾ ਤੇਰੇ ਨੇਤਰ, ਫਲੇ ਵਾਲੇ ਤਾੜੀ ਮਾਰ ਕੇ ਅਸੀਂ ਉੱਚੀ ਉੱਚੀ। ਇਹਨਾਂ ਮਮੋਲਿਆਂ ਬਾਰੇ ਤਾਂ ਇੰਦੀ ਨੂੰ ਪੁੱਛ, ਇਹਦਾ ਉੱਤਰ ਲਈ ਪਹਿਲਾਂ ਹੀ ਤਿਆਰ ਸੀ। ਇਹ ਰਿਹਾ ਮੂਰਖਾ, ਜਿੱਥੇ ਕਦਰ ਨਾਲ ਉੱਥੇ ਲੌਂਗਾਂ ਦਾ ਹੋਕਾ ਖਾ ਤੋਂ ਦਿੰਦਾ, ਇੰਨੀ ਕਹਿ ਕੇ ਉਹ ਆਪਣੇ ਸੀਰ ਵਾਲੇ ਅਖਬਾਰ ਨੂੰ ਤੁਰ ਪਿਆ। ਫਲੇ ਚ ਲੋਕ ਬੈਠੇ ਰਹਿ ਗਏ। ਗਾਤਰ ਵਾਲੇ ਨੰਬਰਦਾਰ ਦੇ ਉਹ ਪਹਿਲੇ ਦਿਨੇ ਦਿਹਾੜੀ ਗਿਆ, ਉਸ ਦਿਨ ਸ਼ਿਵਦੇ ਤੱਕ ਹਾੜੀ ਵੜਦਾ ਰਿਹਾ। ਲਾਣ ਦੀ ਜਾਂ ਲਾਣ ਦੀ ਭਰੀ ਦੇਣ ਵੇਲੇ ਗਾਤਰ ਵਾਲੇ ਨੇ ਕਿਸੇ ਹੋਰ ਮੰਡਲੀ ਨਾਲ ਮੱਥਾ ਲਵਾਇਆ, ਕਿਹੜਾ ਅੜ ਗਿਆ ਅੱਗੇ। ਜੱਤ ਸੱਤ ਤੇ ਧਰਮੀ ਬੰਦਾ ਸੀ ਪੂਰਾ, ਕਹਿੰਦਾ ਨਾ ਜਾਣੋ ਗਾਤਰਾ ਇਸੇ ਕੰਮ ਨੂੰ ਪਾਇਆ ਤੈ, ਉਹ ਜੇ ਮੈਂ ਚੋਰੀਓ ਕੰਮ ਹੀ ਤੇਰੇ ਸਾਰੇ ਦਿਹਾੜੀ ਕਾਹਤੋਂ ਜੋੜ ਦਿਖਾਏ। ਮੈਂ 4 ਰਾਤਾਂ ਲਾ ਕੇ ਹਾੜੀ ਕਮਾ ਲੈਂਦਾ, ਸਾਲ ਭਰ ਮੌਜ ਕਰਦਾ, ਆ ਕਿਸੇ ਦੀਆਂ ਹੋਰ ਹੀ ਮੰਡਲੀ ਚਕਾਈ ਜਾਂਦਾ। ਇਹਦੇ ਦੀ ਇਮਾਨਦਾਰੀ ਤੇ ਨੰਬਰਦਾਰ ਦੇ ਮਨ ਭੁੜ ਗਈ। ਸਾਲਾਂ ਵਧੀ ਉਹਨੇ ਕੰਮ ਤੇ ਲਾਈ ਰੱਖਿਆ, ਨੰਬਰਦਾਰ ਕੰਮ ਦਾ ਲਾਲਚੀ ਸੀ, ਉਹਨੇ ਕਿਹੜੇ ਨੂੰ ਰੀਣ ਰੀਣ ਫੀਮ ਦਿੰਦਿਆਂ ਆਪਣੇ ਵਰਗਾ ਕਰ ਲਿਆ। ਜਦੋਂ ਫੀਮ ਤੇ ਗਿੱਝ ਗਿਆ, ਕਿਹੜੇ ਨੇ ਸੋਚਿਆ ਜੇ ਇੰਦੀ ਨੂੰ ਪਤਾ ਲੱਗਿਆ ਪੁਆੜਾ ਪਾਉ, ਸਵੇਰ ਦੀ ਚਾਹ ਉਹ ਆਪ ਕਰਦਾ, ਮਾਵਾ ਪਤੀਲੇ ਚ ਛੱਡ ਦਿੰਦਾ। ਇੰਦੀ ਸਾਰੀ ਦਿਹਾੜੀ ਚੁਟਕੀਆਂ ਮਾਰ ਮਾਰ ਕੰਮ ਨੂੰ ਗੇੜੇ ਦਿੰਦੀ। ਚੋਰੀ ਦੇ ਪੁੱਤ ਕੱਢ ਗੱਭਰੂ ਹੋਏ ਇੰਦਰੀ ਨੇ ਇੱਕ ਦਿਨ ਝੱਗਾ ਧੋਇਆ, ਜੇ ਚੋਂ ਡੱਬੀ ਫਾਲੀ ਡਾਂਗ ਚੱਕ ਲਈ, ਵਿਗੜਿਆ ਆ ਕੀ ਤੇਰੀਆਂ ਜੜਾਂ ਪੱਟੀਆਂ ਜਾਣ, ਗਾਲਾਂ ਦਿੰਦੀ ਉਹ ਹਫ ਗਈ। ਅੱਗੇ ਅੱਗੇ ਜੜਾਂ ਪਤਾਲ ਚ ਲੱਗੀ ਆ, ਕਿਹੜਾ ਦੂਰ ਖੜਾ ਅੱਖਾਂ ਮਿਲਾਉਣੋ ਚਾਲੂ ਸੀ ਉਹਨੇ। ਵਿਗੜੇ ਹੈ ਪੁੱਤ ਕੋਲ ਤਾਂ ਜਾਇਦਾਦ ਦਾ ਕੰਜਰਾ, ਸਾਡੇ ਕੋਲ ਤਾਂ ਹੱਥੇ ਰਹਿ ਗਏ। ਉਸ ਖਾਲੀ ਹੱਥ ਹਵਾ ਚ ਰਲਾਏ, ਇੰਦੀਏ ਤੇਰੇ ਹੱਥਾਂ ਤੋਂ ਮੈਂ ਕੁਰਬਾਨ, ਮੈਂ ਤੇਰੇ ਤੋਂ ਸਾਰਾ ਹੀ ਸੜਕੇ।
ਰੱਬ ਨਾ ਫੱਤੋ ਨੂੰ ਮਾਰੇ, ਫੱਤੋ ਨਾ ਜੋ ਡਿਪਟੀ ਤੋਂ, ਉਹ ਕਸੂਰਬਾਰ ਸੀ, ਪਰ ਇੱਧਰ ਉੱਧਰੀਆਂ ਮਾਰ ਕੇ ਇੰਦੀ ਨੂੰ ਰਾਜ਼ੀ ਕਰਦਾ ਸੀ। ਆਖਿਰ ਚਾਹ ਤੇ ਫੀਮ ਦੋਨਾਂ ਦੇ ਘਰ ਕਰ ਗਈ, ਉਹ ਲੜਦੇ ਚਾਹ ਨਾਲ ਮਾਵਾਂ ਛੱਕਦੇ ਤੇ ਆਪਣੇ ਕੰਮੀ ਜੁੜ ਜਾਂਦੇ। ਇੰਦੀ ਸਾਲ ਸਾਲ ਇੱਕ ਅੱਧਾ ਪਸ਼ੂ ਪਾਲਦੀ। ਮੈਨੂੰ ਯਾਦ ਹੈ ਮੇਰੀ ਬੇਬੇ ਨੇ ਸੰਦੂਕ ਵੱਟੇ ਇੱਕ ਵਾਰ ਉਹ ਤੋਂ ਜਿਹੜੀ ਲੜੀ ਮੈਸ ਲਿਆਂਦੀ। ਇੰਦੀ ਨੇ ਸੰਦੂਕ ਵੱਡੀ ਧੀ ਨੂੰ ਮਕਲਾ ਵਿੱਚ ਦੇਤਾ। ਅਸੀਂ 10-12 ਵਰੇ ਇੰਦੀ ਦੀ ਮੱਝ ਦਾ ਦੁੱਧ ਪੀਂਦੇ ਰਹੇ। ਹਾੜੀ ਵੱਢ ਕੇ ਉਹਨੇ ਇੱਕ ਵਾਰ ਨੰਬਰਦਾਰ ਨਾਲ ਕਿਹੜੇ ਦੀ ਸ਼ਰਤ ਲੱਗ ਗਈ, ਨੰਬਰਦਾਰ ਆਖੇ ਮੰਡਲੀਆਂ ਦੱਖਣ ਪਹਾੜ ਵੱਲ ਲਾਈਆਂ। ਕਿਹੜਾ ਪੁਰੇ ਪਿੱਛੋਂ ਕਹਿ ਰਿਹਾ ਸੀ, ਕਿਹੜਾ ਕਹਿ ਰਿਹਾ ਸੀ ਕਿ ਪੁਰੇ ਪਿੱਛੇ ਵਾਲੇ ਪਾਸੇ ਆ ਵਾਢੀ ਦੀ ਦਿਹਾੜੀ। ਉਦੋਂ 10 ਆਨੇ ਹੁੰਦੀ, 25 ਰੁਪਈਆਂ ਦੀ ਸ਼ਰਤ ਲੱਗ ਗਈ। ਉਹ ਦਿਨ ਦੀ ਵਾਢੀ ਨਾਲ 1.5 ਘੁਮਾ ਵਿੱਚ ਕਣਕ ਦੀਆਂ 4 ਮੰਡਲੀਆਂ ਲੱਗੀਆਂ ਸਨ। ਕਿਹੜਾ ਨੰਬਰਦਾਰ ਨੂੰ ਚੋਰ ਪੜਾਈ ਦੇ ਕੇ ਮੁੜ ਖੇਤ ਗਿਆ। ਜਦ ਮੰਡਲੀਆਂ ਦੇਖੀਆਂ ਪਹਾੜ ਸੀ, ਮਰ ਗਿਆ ਇੰਦੀ ਦਾ ਕਹਿ ਰਿਹਾ, ਤੂੰ ਤਾਂ 25 ਹੇਠਾਂ ਆ ਗਿਆ ਐਤਕੀ ਜਾਣੋ। ਹਾੜੀ ਤਾਂ ਗੜੇ ਮਾਰਚੇ ਹੋ ਗਏ ਇੰਦੀ ਤੋਂ, ਉਦੋਂ ਉਹ ਦੁਰਗਾ ਵਾਂਗ ਡਰਦਾ ਭੱਜਿਆ ਘਰੇ ਆਇਆ। ਇੰਦੀ ਇਹ ਚਾਹ ਕਰ ਰਹੀ ਜੀ, ਕਰਦੇ ਜਾਣੋ ਮਿਰਜੇ ਵਾਲੀ ਹੋ ਗਈ, ਅੱਜ ਘੋੜੀਆਂ ਭਜਾ ਕੇ ਤੇਰੇ ਕਿਹੜੇ ਤੇ ਆ ਚੜੀ। ਵਿਗੜਿਆ ਹੋਇਆ ਇੰਦੀ, ਸਦਾ ਵਿਗੜਿਆ ਹੋਇਆ ਕਹਿੰਦੀ, ਤੇ ਵੇਲੇ ਚਾਹ ਕੋਈ ਕਾਰਾ ਕੀਤਾ ਹੋਊ। ਅੱਗੋਂ ਇੰਦੀ ਨੇ ਢਾਕਾਂ ਤੇ ਹੱਥ ਰੱਖ ਲਏ, ਤੂੰ ਮਸਾਲਾ ਚ ਤੇਲਾਂ ਫੂਕ, ਚਿਰ ਲੱਗ ਗਿਆ, ਜਾ ਜਾਂਦੀ ਹੋ ਜੂ ਬੇ। ਹੋਇਆ ਕੀ ਹੈ, ਇੰਦੀ ਨੇ ਉਹਨੂੰ ਕੰਨੋਂ ਫੜ ਕੇ ਹਲੂਣਿਆ, ਕਿਹਦੇ ਨੂੰ ਸੱਚ ਦੱਸਣਾ ਪਿਆ? ਅੱਛਾ ਇਹ ਗੱਲ ਹੈ, ਮੈਂ ਵੀ ਚੱਲਦੀ ਆ ਨਾਲ ਤੇ। ਚਾਹ ਨਾਲ ਕਾਇਮ ਹੋ ਕੇ ਖੇਤ ਮੰਡਲੀਆਂ ਨੂੰ ਜਾ ਚੱਕਦੇ, ਦਿਨ ਚੜ੍ਹਦੇ ਤੋਂ ਪਹਿਲਾਂ ਥਾਂ ਸੁੰਬਰ ਕੇ ਬਾਹਰ ਨਾਲ ਰਲਦੀ ਕਰਦੀ। ਸਵੇਰੇ ਨੰਬਰ ਦਾ ਦੇਖ ਕੇ ਹਾਂ ਬਈ, ਰਾਤੋ ਰਾਤ ਭੂਤਾਂ ਨੇ ਮੰਡਲੀਆਂ ਚੱਕ ਕੇ ਕਿੱਧਰ ਲਾਤੀਆਂ? ਸ਼ਰਤ ਦੇਣੀ ਮੰਨ ਗਿਆ, 25 ਰੁਪਈਏ ਕਿਹੜੇ ਨੇ ਮਾਂਜ ਲਏ। ਭੋਰਾ ਕ ਠੰਡ ਮੰਨਦਾ, ਕਿਹੜਾ ਸੂਏ ਲੱਗ ਗਿਆ, ਹਲ ਵਾਹੁੰਦਾ ਸੀ, ਸੂਰਜ ਹਲੇ ਚੜ੍ਹੇ ਸੀ। ਮਕਾਨ ਜਾਣ ਵਾਲੀਆਂ ਗੁਆਂਢੀ ਪਿੰਡ ਦੀਆਂ 500 ਜਨਾਨੀਆਂ ਜਮੀ ਮੱਛਰੀਆਂ ਸੀ, ਕਿਉਂਕਿ ਅੱਜ ਸੱਸ ਦੇ ਮੂਹਰੇ ਕੰਮ ਨਹੀਂ ਸੀ ਕਰਨਾ, ਮਕਾਨ ਚੱਲੀਆਂ ਸੀ। ਤਾਜ਼ੀਆਂ ਮੇਥੇ ਵਾਲੀਆਂ ਲੱਸੀ ਨਾਲ ਖਾ ਕੇ ਧੁਰੀਆਂ ਸੀ। ਸੂਏ ਦੀ ਪਟੜੀ ਲੰਘੀਆਂ ਨਹੀਂ, ਆਹ ਵੇਖੋ ਨੀ ਤਮਾਸ਼ਾ, ਸੋਨੇ ਦੀ ਦੰਦ ਵਾਲੀ ਨੇ ਬੁੱਲ ਚੱਬਿਆ। ਉਹ ਖਾਖੀ ਰੰਗ ਦੀ ਛਤਰੀ ਲਾਈ ਆਪਣੇ ਧਿਆਨ ਨਾਲ ਹਲ ਵਾਹ ਰਿਹਾ ਸੀ ਸਵੇਰੇ, ਇਹਦਾ ਸਾਰੀਆਂ ਹੱਸ ਹੱਸ ਡਿੱਗਣ ਵਾਲੀਆਂ ਹੋ ਗਈਆਂ, ਹਲ ਪਿੱਛੇ ਛਤਰੀ ਤੇ ਉਹ ਵੀ ਸਵੇਰੇ ਸਵੇਰੇ। ਕਿਹੜਾ ਉਹਦੇ ਹਸਣ ਤੋਂ ਸਿਰ ਤੋਂ ਹੋ ਗਿਆ, ਪਰ ਬੋਲਿਆ ਕੁਛ ਨਾ। ਸਿਆਪਾ ਕਰ ਲੰਮੇ ਤੇ ਮੋਰਮੇ ਬੈਣ ਪਾ ਕੇ ਮੁੜ ਆਈਆਂ, ਚੰਗਾ ਭਲਾ ਭੋਗ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਹੋਰ ਵਿਸਮੇ ਆਈਆਂ। ਪੂਰੀ ਲਾਲੀ ਚ ਦੀ ਖਿੜ ਖਿੜ ਕਰਦੀਆਂ, ਟੋਲਾ ਜਿਹਾ ਆ ਗਿਆ, ਦੁਪਹਿਰਾ ਪੈ ਗਿਆ। ਉਹਨੇ ਦੇਖਿਆ ਹੁਣ ਛਤਰੀ ਕਿੱਕਰ ਦੀ ਨੀਵੀਂ ਟਾਣੀ ਨਾਲ ਲੜਮਕਦੀ ਹੈ। ਬੰਦਾ ਨੰਗੇ ਪਿੰਡੇ ਕੜਾਕੇਦਾਰ ਧੁੱਪ ਚ ਹਲ ਵਾਹੀ ਜਾਂਦਾ, ਹੱਸ ਹੱਸ ਫੇਰ ਦੂਰੀਆਂ ਹੋ ਗਈਆਂ। ਹੱਸਦੀਆਂ ਵੀ ਇਹ ਉਹ ਜਿਵੇਂ ਗੜਬਾ ਪਾਣੀ ਦਾ ਮੁੱਧ ਦਾ। ਇਹ ਮੁੜ ਕੇ ਉਹ ਉਡੀਕੀਆਂ, ਜਦ ਮੁੜ ਕੇ ਹਲ ਬਹੁਦਾ ਘੁਮਾ ਕੇ ਬਹੁਦ ਲੈ ਕੇ ਆਇਆ ਕਿਹੜਾ ਕਿਹੜਾ, ਉਹਨਾਂ ਨੇ ਪੁੱਛਣ ਤੋਂ ਪਹਿਲਾਂ ਪਾਇਆ, ਖੁਸ਼ ਹੱਸ ਲਓ ਮੈਨੂੰ ਜਾਣੋ ਧੁੱਪ ਨੀ, ਤੇਲ ਮਾਰ ਦਿਆ ਭਾਈ ਸਵੇਰੇ, ਤੇਲ ਤੋਂ ਮੈਂ ਛਤਰੀ ਲਈ ਹੋਈ ਸੀ। ਜੇ ਆ ਗੱਲ ਹੈ ਤੇ ਹਲ ਨਾ ਵਾਹਵੇ, ਸੋਨੇ ਦੇ ਦੰਦ ਵਾਲੀ ਮਤਲਬ ਮੂਲੀ ਬੋਲੀ, ਜਾਣੋ ਨਾ ਵਾਹਵਾ ਤਾਂ ਘਰ ਚ ਖੁਰਚ ਨੀ ਜੇ ਟਿਕਣ ਨੀ ਦਿੰਦੀ। ਉਹਨੇ ਹਲ ਰੋਕ ਕੇ ਪ੍ਰਾਣੀ ਨਾਲ ਛਿੱਤਰਾਂ ਦੀ ਮਿੱਟੀ ਝਾੜੀ। ਭਾਈ ਤੂੰ ਘਰ ਵਾਲੀ ਨੂੰ ਖੁਰਚ ਨੀ ਕਹੀ ਜਾਂਦਾ, ਖੁਰਚ ਨੀ ਤਾਂ ਕਾਹ ਨੀ ਤਾਂ ਥੱਲਾ ਹੀ ਮਾਰ ਗਿਆ ਤੇ ਜਾਣਿਓ, ਇੰਦੋ ਤਾਂ ਜਿਹੜੀ ਹੈ ਅਗਲੇ ਦੇ ਵੱਟ ਕੱਢ ਦਿੰਦੀ ਹੈ। ਮਕਾਨ ਵਾਲੀਆਂ ਜਨਾਨੀਆਂ ਨੇ ਉੱਪਰੇ ਮਰਨ ਨਾਲ ਖਹਿਣ ਦਾ ਸੀ ਮੌਕਾ ਮਿਲਿਆ, ਲਾਚੜਾ ਜੱਟ ਵੀ ਗਲੋਟੇ ਵਾਂਗੂ ਉਧੜਿਆ ਖੜਾ, ਖੜੇ ਬਲਦਾਂ ਦੇ ਪਿਸ਼ਾਬ ਕਰਨ ਲੱਗ ਗਏ। ਲੱਗਦਾ ਇੰਦੀ ਨੇ ਤੈਨੂੰ ਬਾਹਲਾ ਹੀ ਚਾਲੂ ਕੀਤਾ ਭਾਈ, ਸੋਨੇ ਦੇ ਦੰਦ ਵਾਲੀ ਨੇ ਸੋਨਾ ਫੇਰ ਚਮਕਾਇਆ। ਸੌ ਮਹਾਰਾਜ ਦੀ ਨੀ ਜਾਣੀਏ, ਜਾਣੋ ਇੰਦੀ ਤੋਂ ਗੁਰਮੰਤਰ ਲੈ ਜੋ, ਜਾਣੋ ਫੇਰ ਵੇਖੀ ਤੇਰੇ ਵਾਲਾ ਕਿਵੇਂ ਪਾਣੀ ਭਰਦਾ। ਮੇਰਾ ਮਾਲਕ ਤਾਂ ਬਾਹਲਾ ਕੱਬਾ ਭਾਈ, ਆਹੋ ਦੇਖਦਾ ਤਾਂ ਹੀ ਸੋਨੇ ਵਾਲਾ ਦੰਦ ਤੇਰਾ ਚਮਕਦਾ ਮੈਨੂੰ, ਫਿਰ ਤੂੰ 4 ਦਿਨ ਇੰਦੀ ਲੈ ਜਾ ਹਾਰੀ, ਜਾਣੋ ਤੱਕਲੇ ਦੇ ਬਲ ਨਿਕਲਦੇ ਦੇਖ ਲਈ। ਬੁੜੀਆਂ ਚ ਪੁਰਾਣੀ ਜਵਾਨੀ ਉਸ ਵੱਟੇ ਲੈਣ ਲੱਗੀ, 4 ਮੌਲੀਆਂ ਸੀ, 4 ਬੁੜੀਆਂ ਸੀ, ਜਟੂਰੀਆਂ ਖੁਰਕਦੇ ਕਿਹੜੇ ਨੇ ਸੋਨੇ ਦੀ ਦੰਦ ਵਾਲੀ ਨਾਲ ਅੱਖ ਮਲਾਈ ਮਾੜੀ ਜੀ। ਉਹ 4 ਦਿਨ ਮੇਰੀ ਐਵੇਂ 4 ਦਿਨ ਰੋਟੀ ਤੋਂ ਲਾਹ ਲਈ ਮੇਰੀ, ਇੰਦੀ ਤੁਹਾਡੇ ਵੱਲ ਭੇਜ ਦਿੰਦੇ। ਬੱਲੇ ਇਹ ਵਿਚਾਰਿਆ, ਚਿੱਤ ਕਰਦਾ ਮਿੱਠਿਆਂ ਚੌਲਾਂ ਨੂੰ ਤੇਰਾ, ਮੈਂ ਵੀ ਜਾਣੋ ਸਲੂਣਾ ਜੇਰਾ ਕਰਕੇ ਦੇਣਾ, ਮੈਂ ਵੀ ਸਲੂਣਾ ਦੇਣਾ ਹੀ ਆ ਤੁਹਾਨੂੰ। ਕਿਹੜੇ ਨੇ ਹਿੱਕ ਤੇ ਹਿੱਕ ਨੂੰ ਮਲਿਆ, ਤੇਰੇ ਨਾਲ ਭੋਰਾ ਚ ਹਮਦਰਦੀ ਕੀਤੀ ਸੀ, ਮੈਨੂੰ 4 ਦਿਨ ਸਾਹ ਸਖਾਲਾ ਆ ਜਾਂਦਾ, ਤੇਰੇ ਮਾਲਕ ਨੇ ਪੱਧਰ ਹੋ ਜਾਣਾ ਜੀ, ਜਾਣੋ ਜੇ ਸੌਦਾ ਨਹੀਂ ਪੁੱਗਦਾ ਤਾਂ ਬਾਟ ਕਾਹਨੂੰ ਖੋਟੀ ਕਰਦੀ, ਗਾਹਾਂ ਹੋਵੋ, ਮੈਂ ਆਪਣਾ ਹਾਲ ਵਾਹਵਾ। ਕਿਹੜੇ ਨੇ ਹੱਸਦੇ ਕਿਹਾ, ਕਿਹੜਾ ਹਰ ਤਰ੍ਹਾਂ ਦੇ ਬੰਦੇ ਨਾਲ ਖੁੱਲਦਾ ਖੇਡਦਾ।
ਫਿਕਰ ਫਾਕਾ ਉਹਦੇ ਨੇੜੇ ਨਹੀਂ ਸੀ ਟੁੱਕਾ, ਜਿੱਥੇ ਖਲੋਂਦਾ ਰੌਣਕ ਲਾਉਂਦਾ। ਇੱਕ ਸਾਲ ਉਹਨੇ ਸੀਰ ਨਾ ਲਿਆ, ਦੋ ਕਮਾ ਪੈਲੀ ਉਹਨੇ ਭੋਲੀ ਤੇ ਲੈ ਲਈ, ਪੈਲੀ ਪਿੱਛੇ ਨਹਿਰੀ ਪਾਣੀ ਥੋੜਾ ਸੀ, ਕੁਦਰਤੀ ਔੜ ਪੈ ਗਈ, ਮਿਰਾਬ ਲਾਲਚੀ ਤੇ ਜਨਾਨੀਆਂ ਦਾ ਸ਼ਿਕਾਰੀ ਸੀ, ਕਿਹੜਾ ਤੇ ਇੰਦੀ ਮੋਆ ਖਾਧੀ ਮੱਕੀ ਚੋਂ ਕੱਖ ਕਾਨਾ ਕੱਢਦੇ ਆ ਰਹੇ ਸੀ, ਨਿਵ ਨਿੰਮ ਹੇਠਾਂ ਪੰਜ ਸੱਤ ਬੰਦਿਆਂ ਚ ਮਿਰਾਬ ਟੌਰ ਬਣਾਈ ਬੈਠਾ। ਮਿਰਾਬ ਬੈਲੀ ਸੀ, ਮਿਰਾਬ ਜਿੱਥੇ ਉਹਦੀ ਸੀਟੀ ਰਲਦੀ ਉਹਨਾਂ ਨੂੰ ਪਾਣੀ ਛੱਡਦਾ। ਸ਼ਾਮੇ ਦਮ ਲੈਣ ਦੀ ਮਾਰੀ ਇੰਦੀ ਵੀ ਰੋਕ ਗਈ, ਸਲਵਾਰ ਉਹਨੇ ਗੋਡਿਆਂ ਤੱਕ ਖਿੱਚੀ ਸੀ, ਉਹ ਮਿਰਾਬ ਨੂੰ ਨਿਮਾਣੀ ਜੋ ਕੇ ਕਹਿੰਦੀ ਵੇਖ ਬੇ ਮਿਰਾਬ ਜੀ, ਉਹ ਮਿਰਾਬ ਜੀ ਸਾਡੇ ਗਰੀਬਾਂ ਦੀ ਮੱਕੀ ਸੁੱਕਦੀ ਹੈ, ਇੱਕ ਵਾਰ ਕਰਾ ਦੇ ਤੇ ਸ਼ਾਇਦ ਫਿਰ ਰੱਬ ਮਿਹਰ ਪਾ ਦੇ ਪਾਣੀ ਛੱਡ ਦੇ। ਇਹਦੇ ਇੰਦ ਕੌਰ ਪਾਣੀ ਦਾ ਤਾਂ ਤੋੜਾ ਭਾਈ, ਮੈਂ ਕਹਿੰਦੀ ਜਿਹਦੀ ਵਾਰੀ ਮਾਰ ਕੇ ਤੁਹਾਡੀ ਮੱਕੀ ਸੰਜਾ ਦੇ ਆ, ਮਿਰਾਬ ਸੁੱਕੀ ਲੱਕੜ ਵਾਂਗੂ ਆਕੜ ਨਹੀਂ ਗਾਂ ਤੋਰਾ, ਜਾਣੋ ਕਿੱਥੇ ਜਬ ਜਬ ਲਾਈ ਹੈ, ਕਿਹੜਾ ਮਿਰਾਬ ਦੀ ਨਾਂ ਤੋਂ ਚੜ ਗਿਆ, ਤੇਰੀਆਂ ਸੁੱਕੀਆਂ ਜਿਹੀਆਂ ਲੱਤੜੀਆਂ ਨੂੰ ਪਾਣੀ ਕਿੱਥੇ, ਪਾਣੀ ਤਾਂ ਮਿਲਦਾ ਜਾਣੋ ਗੋਰੀਆਂ ਤੇ ਗੋਲ ਪਿੰਜੜੀਆਂ ਨੂੰ। ਉਹਨੇ ਭੋਲਾ ਜਿਹਾ ਧੱਕਾ ਮਾਰ ਕੇ ਇੰਦੀ ਗਾਂ ਕਰ ਮਿਰਾਬ ਦਾ ਰੋਹ ਥਾਏ ਮੋਆ ਖਾ ਗਿਆ। ਬੈਠੇ ਲੋਕ ਹੱਸ ਪਏ, ਉੱਚੀ ਉੱਚੀ ਗੱਲਾਂ ਕਰਨ ਲੱਗੇ, ਹੁਣ ਤਾਂ ਮਿਰਾਬਾ ਗਰੀਬ ਦੀ ਮੱਕੀ ਕਰਾ ਦੇ, ਨਹੀਂ ਤਾਂ ਪਿੰਡ ਵਿੱਚ ਤੇਰਾ ਗੁੱਡਾ ਬੰਧੂ, ਇੱਕ ਮੁੱਛਪੁੱਟ ਮੁੰਡੇ ਨੇ ਕਿਹਾ। ਮਿਰਾਬ ਨੇ ਗਾਲ ਉੱਚੀ ਦੇ ਕੇ ਕਿਹੜੇ ਨੂੰ ਕੱਢੀ, ਕਿਹੜੇ ਦਿਲ ਚ ਭੋੜਾ ਮੈਲ ਨੀ ਸੀ, ਆਪਣੀ ਕਰਕੇ ਖਾਣ ਵਾਲਾ ਸਾਜੋਗੀ ਬੰਦਾ। ਇੱਕ ਵਾਰ ਉਹ ਫਲੇ ਚ ਗਰਨੇ ਕੱਢ ਰਿਹਾ ਸੀ, ਉਧਰੋਂ ਘਰੋਂ ਨਿਕਲ ਕੇ ਇੰਦੀ ਬਰਫੀ, ਵਿਗੜਿਆ ਹੋਇਆ ਸਾਰਿਆਂ ਮੁੰਡਿਆਂ ਦੇ, ਬਹਿ ਇਹਨੂੰ ਬੱਗ ਚ ਤੇਰਾ ਪਿਓ ਲਿਜਾਊ, ਇੰਨੀ ਕਹਿ ਕੇ ਉਹ ਠਾ ਮੁੜ ਗਈ, ਜਿਵੇਂ ਕੋਈ ਨਾ ਰੁੱਕਾ ਫੜਾ ਕੇ ਗਈ ਹੋਵੇ। ਜਦ ਇੰਦੀ ਤੁਰਦੀ, ਉਹਦੀ ਸਦਾ ਹੀ ਬੱਖੀਆਂ ਤੇ ਢਾਕਾਂ ਤੇ ਹੱਥ ਹੁੰਦੇ, ਦੋਨੇ ਪੁੱਠੇ ਹੱਥ ਹੁੰਦੇ, ਬਾਹਰਲੇ ਬੰਨੇ ਨੂੰ ਮੂੰਹ ਕਰੋ ਤੇ ਉੱਡਦੀ, ਹਰ ਵਕਤ ਉਹਦੀ ਸੁੱਥਣ ਤੰਗੀ ਹੁੰਦੀ, ਗਿੱਟੇ ਦੇਖਦੇ ਹੁੰਦੇ, ਨੇਰੀ ਵਾਂਗੂ ਆਉਂਦੀ ਨੇਰੀ ਵਾਂਗੂ ਜਾਂਦੀ, ਮਲਮਲ ਦੀ ਚੁੰਨੀ ਸਦਾ ਉਹਦੇ ਸਿਰ ਤੇ ਹੁੰਦੀ। ਕਿਹੜਾ ਇੰਦੀ ਦੀਆਂ ਗਾਲਾਂ ਨੂੰ ਘਿਓ ਦੀਆਂ ਨਾਲਾਂ ਸਮਝਦਾ, ਉਹਦੇ ਕੰਨਾਂ ਦੇ ਜ਼ੋਰ ਨਾਲ ਸੜਕੀ ਮੈਂ ਛੇਣ ਲਈ ਕਿਹਾ, ਉਹ ਤੇਰੀ ਜਨਾਨੀ ਤੇ ਤੈਨੂੰ ਗਾਲਾਂ ਨਹੀਂ ਗਿਆਨੀਆਂ, ਗੱਲ ਤੇਰੀ ਸਮਝ ਚ ਨਹੀਂ ਆਈ। ਉਹ ਜਾਣੋ ਬੇਨਤੀ ਕਰਦੀ ਸੀ ਕਿ ਪਤੀ ਪਰਮੇਸ਼ਰ ਜੀ ਰੋਟੀ ਠੰਡੀ ਹੋਈ ਜਾਂਦੀ, ਆ ਕੇ ਛਕ ਲਓ। ਕੀ ਤੁਰਿਆ ਪਿਆ ਸੀ ਹੈ ਜੀ ਜਨਾਨੀ ਖੁਣੋ, ਕਟੋਰੇ ਦੇ ਲਾਲੇ ਚ ਪੜ੍ਹੇ ਲਿਖੇ ਮੂਰਖੇ ਠੂਠਾ ਪਾਉਂਦੇ ਆ, ਅਸੀਂ ਰਹਿ ਰਹੇ ਜਾਣੋ ਭੈਣਾਂ ਭਰਾਵਾਂ ਵਾਂਗੂ ਦੋਨੇ ਹੀ, ਲੋਕਾਂ ਦੇ ਕਿਤੇ ਡਿਪ ਕੀ ਭਰਾੜ ਹੁੰਦੇ ਆ, ਗਿਆਨਾ ਤੂੰ ਬਾੜ ਚ ਚੁਆੜਾ ਨਾ ਸੁੱਟ, ਕਿਤੇ ਮੇਰੀ ਬਾੜ ਏ ਫੂਕ ਦੇ। ਉਹਨੇ ਰੌਲਾ ਪਾਇਆ ਉਹਦੇ ਭੈਣ ਭਰਾ ਵਾਂਗੂ ਕਹਿਣ ਤੇ ਸਾਰੇ ਖਿੜਕਣ ਹੱਸ ਪਏ। ਲੈ ਇਹ ਗਿਆਨੀ ਇੰਦੀ ਨਿੱਤ ਗਾਲਾਂ ਦਿੰਦੀ ਹੈ, ਉਹਦਾ ਮੰਜਾ ਝੋਲੀ ਬਣਿਆ ਪਿਆ, ਜਾਣੀ ਜੇ ਤੂੰ ਮੇਰੀ ਮੰਨ ਕੇ ਦੌਣ ਮਾਰੀ ਜੀ, ਉਹਦੇ ਲਈ ਵੱਟ ਦੇ ਇੱਕ, ਮੈਂ ਰੱਸੇ ਛੱਡਣੇ ਤੇ ਮੇਲਣੇ ਛੋਟੇ ਹੁੰਦੇ ਸਿੱਖ ਲਈ, ਦੀ ਪੈਰ ਰੱਖਦੇ ਮੈਂ ਉੱਤਰ ਦਿੱਤਾ, ਕੁਝ ਖੁਆਵੇਂ ਪਿਆਵੇਂਗਾ ਤਾਂ ਤੇਰੀ ਦੌਣ ਜਿਹੜੀ ਹੈ ਵੱਟ ਦਿੰਦਾ, ਚਾਹ ਪੀ ਲੈ, ਘਰੋਂ ਫੀਮ ਲਿਆ ਦਿੰਦਾ, ਮੇਰੇ ਕੋਲ ਤਾਂ ਇਹੀ ਕੁਛ ਹੈ ਬਸ, ਤੂੰ ਮੈਨੂੰ ਬੈਲੀ ਕਰਨਾ ਡੇੜਿਆਂ ਤੂੰ ਹਾਲੇ ਇੱਥੇ ਬੈਠਾ। ਇੰਦੀ ਫੇਰ ਆ ਗਈ ਮੁੜ ਕੇ ਰਾਕ ਟੰਗੂ, ਨਹੀਂ ਜਾਂ ਭਰਾ ਕਿਉਂ ਜਬ ਜਬ ਲਾਈਏ, ਗਾਂ ਵੱਗ ਨਾ ਲੜਾਇਆ, ਮੈਂ ਤੇਰੀ ਦੌੜ ਦਾ ਹੀਲਾ ਕਰਦਾ, ਮਸਾਂ ਮੁੰਡਾ ਵਿਸ਼ਕਾਰਿਆ ਬੈਲੀ। ਇੰਦੀ ਸੁਣ ਕੇ, ਇੰਦੀ ਇੰਨਾ ਸੁਣ ਕੇ ਮੁੜ ਗਈ, ਤੂੰ ਦੌੜ ਛੱਡ ਦੇ, ਬਹੁਤਾ ਨਾ ਅਖਵਾ, ਦੌੜ ਵੱਟ ਦੇ। ਨਹੀਂ ਬਈ, ਖਾਧੇ ਪੀਤੇ ਬਿਨਾਂ ਤੀਲਿਆਂ ਨਾਲ ਕੌਣ ਹੱਥ ਪਰਵਾਏ, ਦੇਖ ਤੇਰੀ ਸਣ ਚ ਕਿੰਨੇ ਡੱਕੇ ਆ, ਮੈਂ ਐਵੇਂ ਸਿਰ ਫਿਰ ਗਿਆ, ਮੂਲੀਆਂ ਖਵਾਵਾਂ। ਉਹਨੇ ਸੱਗੜ ਬਰਾਗੀ ਨੂੰ ਬਿੰਗੀਆਂ ਤੇ ਲੰਬੀਆਂ ਮੂਲੀਆਂ ਚੁੱਕੇ ਆਉਂਦੇ ਦੇਖ ਲਿਆ। ਸੱਗੜ ਬੜਾ ਮਾਹਰ ਜੋਤਸ਼ੀ ਸੀ, ਬੜੀ ਦੂਰੋਂ ਦੂਰੋਂ ਲੋਕ ਪੱਛ ਪਾਉਣ ਆਉਂਦੇ, ਪੁੱਛ ਪਾਉਣ ਆਉਂਦੇ, ਜੰਜੂ ਪਾਉਣ ਵਾਲਾ ਵੈਸ਼ਨੂੰ ਭਗਤ ਜਦੋਂ ਨੇੜੇ ਆਇਆ ਸਿਰ ਮਾਰਦਾ, ਕਿਹੜਾ ਕਹਿੰਦਾ ਮਹੰਤਾ ਜਾਣੋ ਮੂਲੀਆਂ ਦਾ ਮੌਲੇ ਦੇ ਬਲਦ ਦੇ ਸਿੰਘਾਂ ਵਰਗੀ ਹੈ, ਤੇਰਾ ਸੱਤਿਆ ਨਾਸ ਹੋ ਜਾਵੇ, ਰਾਮ 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 ਲੈ ਮਰਲਾ, ਮੇਰੇ ਕੰਮ ਦੀਆਂ ਨੀ ਰਹੀਆਂ, ਜੱਗੋਂ ਜਾਣਿਆ ਤੂੰ ਟੋਕਤਾ। ਹੁਣ ਸੱਗੜ ਨੇ ਮੂਲੀਆਂ ਕਹਿਰੇ ਕਿਹੜੇ ਦੇ ਪੈਰਾਂ ਚ ਮਾਰੀ, ਕਿਹੜੇ ਨੇ ਨੂੰ ਕੇ ਚੱਕ ਲਈਆਂ, ਜਾਣੋ ਇਸ ਤੇ ਜੱਗੋਂ ਹੀ ਜਾਣਾ ਹੈ, ਤੈਨੂੰ ਵੇਖਾਂਗੇ ਮਹੰਤਾ ਜਦੋਂ ਕਿੱਲੇ ਕੱਢ ਕੇ ਬਹਿ ਗਿਆ। ਕਿਹੜੇ ਦੀ ਚੁਸਤੀ ਜ਼ਰਕਾ, ਮੂਲੀਆਂ ਚਟਖਾਰੇ ਲੈ ਕੇ ਖਾਈ ਖਾਈਏ, ਮੈਂ ਆਪਣੇ ਬੋਲਾਂ ਅਨੁਸਾਰ ਦੌਣ ਛੱਡ। ਉਹਨੇ ਕਦੇ ਦਿਖਾਵਾ ਨਹੀਂ ਸੀ ਕੀਤਾ, ਦਿਖਾਵੇ ਹੈ ਕੁਛ ਨਹੀਂ ਸੀ, ਸ਼ਕਲ ਵੱਲੋਂ ਕਣਕ ਬੰਨਾ ਹੁੰਦਿਆਂ ਵੀ ਸਾਵਾ ਲਾਵਾ ਸੀ, ਮੇਲੇ ਮਸਾਵੇ ਸ਼ਕੀਨੀ ਮੌਕੇ ਦੋਹਰੇ ਤਲੇ ਵਾਲੀ ਧੌੜੀ ਦੀ ਜੁੱਤੀ ਪਾਉਂਦਾ, ਗੰਜੀ ਨਾ ਹੋਵੇ ਕੀ ਨਿਚੋੜੇ, ਅਰਥ ਪੱਕੋਂ ਟੁੱਟਿਆ ਮਨੁੱਖ ਡਰਨੇ ਵਰਗਾ ਹੋ ਜਾਂਦਾ। ਉਹ ਦੂਰੋਂ ਇੱਕ ਸ਼ਹਿਰ ਭਰਾ ਸ਼ਰੀਕ ਭਰਾ ਫਲੇ ਚ ਕਾਲੀ ਕਾਰ ਖਲਾਰ ਕੇ ਸ਼ੇਖੀਆਂ ਮਾਰੇ, ਮੇਰੀ ਕਾਰ ਮੇਰੀ ਸੋਨੇ ਦੀ ਮੁੰਦੀ ਮੇਰੇ ਲੁਧਿਆਣੇ ਵਾਲੀ ਕੋਠੀ, ਗੱਲ ਕੀ ਉਹਦੀਆਂ ਫਲੂਲੀਆਂ ਸੁਣ ਕੇ ਲੋਕ ਤੰਗ ਆ ਗਏ, ਕਿਹੜੇ ਤੋਂ ਨਾ ਰਿਹਾ ਗਿਆ, ਕਹਿੰਦਾ ਗੱਲ ਸੁਣੋ ਸੌਖਿਆ, ਤੈਨੂੰ ਮੇਰਾ ਢੇਲੀ ਢੇਲੀ ਦੀਆਂ ਦਿਹਾੜੀਆਂ ਲਿਆਈਆਂ ਭੁੱਲ ਗਈਆਂ, ਹੁਣ ਆ ਕੱਤਵੀ ਜਿਹੀ ਨਾਲ ਟੌਰ ਦਿਖਾਉਣਾ, ਵਪਾਰੀ ਮਰਿਆ ਉਹਦਾ ਤੂੰ ਮਾਲ ਵੇਚ ਕੇ ਸਰਦਾਰ ਸੰਤੋਖ ਸਿੰਘ ਹੋ ਗਿਆ,
ਅਸੀਂ ਕੋਈ ਨੀ ਮਾਰਿਆ, ਜਾਣ ਰੋਟੀ ਸਭ ਰੱਬ ਸਾਨੂੰ ਵੀ ਦਿੰਦਾ। ਇੰਨੀ ਗੱਲ ਕਹੀ ਫੁੱਸ ਹੋਇਆ ਸੋਖਾ ਆਪਣੀ ਕੱਤਣੀ ਸਟਾਰਟ ਕਰਕੇ ਲੈ ਗਿਆ। ਕਿਹੜਾ ਜਿਉਂ ਜਿਹਾ ਵੀ ਸੀ ਲੋਕਾਂ ਦੇ ਸਾਹਮਣੇ, ਉਹ ਤੇ ਇੰਦੀ ਲੜਦੇ ਤੇ ਗੁੱਸਾ ਘੜੀ ਭਰਨਾ ਰੱਖਦੇ। ਇੱਕ ਉਹ ਇੱਕ ਵਾਰ ਕਹਿੰਦਾ, ਇੰਦੀਏ ਜਾਣੋ ਤੇਰਾ ਨੱਕ ਕਹੀ ਅਰਗਾ ਤਿੱਖਾ, ਐਵੇਂ ਨਸੌੜੀਆਂ ਚਾੜ ਚੜ ਚੱਪਣ ਬਣਾ ਲਿਆ ਤੈ, ਤਾਂ ਤਿੱਖਾ ਨੱਕ ਸੀ ਹੈ ਬਈ, ਜੇ ਇਹਨੂੰ ਐਂ ਹੀ ਰੱਖ ਲਿਆ ਕਰੇ, ਵਿਗੜਿਆ ਹੋਇਆ ਤੂੰ ਮੇਰੇ ਨੱਕ ਤੋਂ ਕੀ ਲੈਣਾ, ਉੱਚਾਈ ਲੈ ਕੇ ਪੈਂਦੀ ਤੇਰੀ ਪਤੰਦਰ ਨੀ ਭੁੱਖੀ ਗਾਂ ਗੇੜੇ ਦੇਈ ਜਾਂਦੀ ਹੈ। ਉਹਦਾ ਭਾਵ ਹੁੰਦਾ ਛੇਤੀ ਪੱਠੇ ਲੈ ਗਿਆ, ਕਿਹੜਾ ਹਜ਼ਾਰ ਦਾਤੀ ਚੁੱਕ ਕੇ ਬਾਹਰ ਨੂੰ ਨਿਕਲ ਜਾਂਦਾ। ਇੱਕ ਵਾਰ ਦੋਵੇਂ ਚੁੱਲ੍ਹੇ ਮੂਹਰੇ ਬੈਠੇ ਲੜ ਪਏ, ਹੋਇਆ ਇਉਂ ਇੰਦੀ ਤੋਂ ਚੁੱਲ੍ਹੇ 'ਚ ਭਾਰੀ ਲੱਕੜ ਡਾਉਂਦਿਆਂ ਕਹਿਰੇ ਦੇ ਥਰੇ ਪੈਰ ਤੇ ਵੱਜ ਗਈ। ਗੁੱਸੇ 'ਚ ਆ ਕੇ ਇੰਦੀ ਦੇ ਥੱਪੜ ਚਿਹਰੇ ਨੇ ਮਾਰਿਆ। ਇੰਦੀ ਨੇ ਲੱਕੜ ਜਾਣ ਬੁੱਝ ਕੇ ਨਹੀਂ ਸੀ ਮਾਰੀ, ਉਹ ਭਾਕੀ ਠਾਣ ਜਾ ਤੇਰੇ ਦਾਦੇ ਮੈਂ ਕਿਹਾ ਜੱਟਾ ਹੋ ਜਾਈ ਨਾ, ਉਹ ਤੰਦੂਰ ਵਾਲਾ ਕੁੱਟਣ ਚੱਕ ਲਏ। ਇਹਦੇ ਨੇ ਸਮਝ ਲਿਆ ਵੀ ਹੁਣ ਨਹੀਂ ਚੱਲਦਾ, ਨੱਠ ਪਿਆ। ਇੰਦੀ ਵੀ ਪਿੱਛੇ ਬਾਹਰੋਂ ਨਿਕਲ ਕੇ ਗਲੀ 'ਚ ਭੱਜਦਿਆਂ ਕਹਾ ਬੰਦੇ ਸੀ ਆ ਗਏ, ਗਲੀ ਦਾ ਮੋੜ ਫਲੇ 'ਚ ਪੈਂਦੇ, ਫਲੇ 'ਚ ਪੰਜ ਸੱਤ ਬੰਦੇ, ਕਿਹੜਾ ਸ਼ਰਮ ਨਾਲ ਹੌਲੀ ਹੋ ਗਿਆ। ਉਹਨੇ ਸਮਝਿਆ ਇੰਦੀ ਫਲੇ ਵਾਲਿਆਂ ਦੀ ਸ਼ਰਮ ਨੂੰ ਲੋਨ ਵਾਲੇ ਲੋਕ ਕਹਿਣਗੇ, ਜਨਾਨੀ ਮੂਹਰੇ ਭੱਜਿਆ ਜਾਂਦਾ। ਪਰ ਇੰਦੀ ਨੇ ਕਿੱਥੇ ਪ੍ਰਵਾਹ ਫੜਾੜ ਫਾੜ ਕਰਦੇ ਦੋ ਕੁੱਢਣ ਮਾਰੇ ਮੌਲਾਂ ਛਾ ਕੇ। ਦੱਸਦੇ ਮੰਗਾਉਣਾ ਨਾ ਹੋਵੇ ਕੁੱਤਾ ਜੱਟ, ਦੋ ਮਾਰ ਕੇ ਢਾਕਾਂ ਤੇ ਹੱਥ ਰੱਖ ਕੇ ਇੰਦੀ ਮੁੜ ਗਈ। ਹੈਰਾਨੀ ਤੇ ਮੂੰਹ ਅੱਡੀ ਲੋਕ ਝਾਕਣ ਕਿ ਜਨਾਨੀਆਂ ਨੇ ਆਪਣੇ ਮਰਦ ਨੂੰ ਫਲੇ 'ਚ ਕੁੱਟਿਆ। ਬੜੀ ਅਚਰਜ ਦੀ ਗੱਲ, ਕਿਹੜੇ ਨੇ ਭਲੇ ਮਾਨਸਾਂ ਨੂੰ ਉਹਨਾਂ ਵੱਲ ਮੂੰਹ ਕੀਤਾ, ਫਲੇ 'ਚ ਬੈਠਾ ਕਹਿੰਦਾ ਭਰਾ ਉਹ ਕਿਸੇ ਦੇ ਫਲੇ 'ਚ ਪੈਂਦੀਆਂ, ਕਿਸੇ ਦੇ ਘਰ ਚੁੱਲ੍ਹੇ ਮੂਹਰੇ ਜਾਣੋ ਪੈਂਦੀਆਂ ਤਾਂ ਲੱਭਦੇ ਹੀ ਨੇ। ਉਹਨੇ ਸੱਤ ਵਾਲਾ ਮੌਰ ਪੜੋਸਿਆ ਤੇ ਤੁਰ ਗਿਆ। ਸਾਲਾ ਊਠ ਵੇਖ ਹੋਏ, ਉਲਟਾ ਸਾਡੇ ਸਿਰੇ ਮਾਰ ਗਿਆ, ਪਤੰਦਰ ਨੂੰ ਕੁਛ ਨੀ ਕਿਹਾ, ਸੂਬੇਦਾਰ ਨੇ ਮੰਜੀ ਦੇ ਪਾਵੇ ਨਾਲ ਖੂੰਜੀ ਖੜਕਾਈ। ਸੂਬੇਦਾਰ ਤੂੰ ਨਾ ਕਹਿ ਕੁਛ, ਕਿਹੜਾ ਮੋੜ ਦੇਣ ਲਈ ਰੁਕਿਆ ਇੱਕ ਵਾਰ, ਜਾਣੋ ਮੈਂ ਫੌਜੀ ਟੀਮ ਹੀ ਅੱਗੇ ਲੈਫਟ ਰਾਈਟ ਹੁੰਦੇ ਅੱਖੀ ਵੇਖੇ ਹੋਏ ਆ। ਇੰਦੇ ਨੇ ਜਦ ਜੇ ਕਿਹੜੇ ਨੇ ਕਿਹਾ ਹੈ ਵਿਗੜਿਆ ਦਾ ਹਵੇ ਚਵੜ ਚਵੜ ਮੂੰਹ ਮਾਰ ਰਿਹਾ ਹੈ, ਸੂਬੇਦਾਰ ਨੂੰ ਮਿਰਚਾਂ ਲੱਗੀ। ਜਾਣੋ ਗੁੱਟ ਕਿਹੜਾ ਬਾਠ ਕਰਦਾ ਤੂੰ, ਮੈਨੂੰ ਤੂੰ ਵੀ ਨੀ ਦੀਦਾ। ਉਹ ਕੁਝ ਹੋਰ ਸੁਣ ਤੋਂ ਪਹਿਲਾਂ ਫਲੇ ਚੋਂ ਉਹ ਗਿਆ। ਕਿਹੜਾ ਅਗਵਾੜ ਵਸਦੇ ਇੱਕ ਚਾਚੇ ਨਾਲ ਖਾਰ ਖਾਂਦਾ, ਚਾਚਾ ਕਿਹੜੇ ਦੀ ਸਕੀ ਤੇ ਰੰਡੀ ਚਾਚੀ ਦੀ ਖੂਹੀ ਤੇ ਨਿੱਤ ਤੜ ਕੇ ਨਹਾਉਂਦਾ ਤੇ ਫਿਰ ਨਿਤਨੇਮ ਕਰਦਾ। ਆਂਦੇ ਉਹ ਕਿਹੜੇ ਦੀ ਚਾਚੀ ਨਾਲ ਮਾੜਾ ਸੀ ਪਰ ਦੇਖਿਆ ਕੁਝ ਨੀ ਸੀ, ਚਾਚਾ ਕਿਹੜੇ ਦੀ ਛੱਤ ਉੱਤੋਂ ਦੀ ਹੋ ਕੇ ਗੁਆਂਢੀਆਂ ਦੀ ਪੌੜੀ ਉੱਤਰਦਾ, ਛੱਤ ਜੜਕਦੀ ਕਿਹੜੇ ਤੇ ਇੰਦੀ ਨੂੰ ਪਤਾ ਲੱਗਦਾ। ਇੱਕ ਰਾਤ ਚਾਚੇ ਨੂੰ ਸੁਣਾ ਕੇ ਕਿਹੜਾ ਕਹਿੰਦਾ, ਇੰਦੀ ਸੱਤਾਂ ਪੋਰੀਆਂ ਵਾਲੀ ਡਾਂਗ ਜਾਣੋ ਸਿਰਾਣੇ ਰੱਖ ਦੇ ਅੱਜ, ਜਿਹੜੀ ਜਗਰਾਵਾਂ ਦੀ ਰੋਸ਼ਨੀ ਸੀ ਲੈ ਕੇ ਆਏ ਹੈ। ਕੀ ਕਰਨੀ ਹੈ ਅੱਜ, ਕੁੱਤੇ ਦੀ ਲੱਤ ਭੰਨੀ ਹੈ, ਨਿੱਤ ਕੋਠਾ ਪੱਟਦਾ, ਲੱਤ ਮੋਟੇ ਪੱਟੋਂ ਭੰਨੀ ਦਾਦੇ ਮੰਗਾਉਣੇ ਦੀ, ਸਾਰੀ ਉਮਰ ਚੂਕੇ ਨਾਲ ਜਿਹੜਾ ਹਿੰਦੀ ਨੇ ਗਾਹਾਂ ਡਬਲ ਕਰਤੀ। ਚਾਚਾ ਸਮਝ ਗਿਆ ਡੇਰੇ ਵਾਲੀ ਖੂਹੀ ਤੇ ਨਹਾਉਣ ਲੱਗ ਗਿਆ, ਮੁੜ ਕੇ ਛੱਤ ਨਹੀਂ ਟੱਪਿਆ। ਦੋਨੇ ਕੁੜੀਆਂ ਵਿਆਹ ਗਈਆਂ, ਮੁੰਡਾ ਫੌਜ 'ਚ ਭਰਤੀ ਹੋ ਗਿਆ, ਟਿਬਲਾ ਟਿਬਲੀ ਰਹਿ ਗਏ, ਰੱਬ ਦੀ ਮਿਹਰ ਨਾਲ ਕਦੇ ਬਿਮਾਰ ਨਹੀਂ ਸੀ ਹੋਏ। ਕਿਹੜੇ ਦੀਆਂ ਅੱਖਾਂ ਹਰ ਸਾਲ ਭਾਦੋ 'ਚ ਦੁਖਦੀਆਂ, ਪਰ ਜਦ ਬਿਮਾਰ ਪਏ ਬਾੜਾ ਹੀ ਖਾਲੀ ਹੋ ਜਾਂਦਾ। ਲੋਕ ਕਹਿੰਦੇ ਉਹ ਕਿੱਧਰ ਗਏ ਦੋਨੇ ਹੀ ਨਾ ਨਿਕਲਦੇ, ਕਿਹੜੇ ਬਿਨਾਂ ਪਿੰਡ ਵੀ ਫਲੇ ਖੂਹ ਹਲ ਸਭ ਕੁਛ ਸੁਣਨਾ ਹੋ ਜਾਂਦਾ। ਲੋਕ ਕਿਹੜੇ ਤੇ ਇੰਦੀ ਦੀਆਂ ਗੱਲਾਂ ਸੁਣਨ ਨੂੰ ਤਰਸਦੇ। ਇੰਦੀ ਦਾ ਤੋਰਾ ਟੰਗੀ ਹੋਈ, ਉਹਦੀ ਸਲਵਾਰ ਪੁੱਠੇ ਹੱਥ ਢਾਕਾਂ ਤੇ ਸਿਰ ਤੇ ਮਲਮਲ ਦੀ ਚੁੰਨੀ, ਨੱਕ ਤਿੱਖਾ ਤੇ ਜਦ ਬਰੂਦ ਵਾਂਗੂ ਆਉਂਦੀ ਲੋਕ ਕਹਿੰਦੇ ਇੰਦੀ ਆ ਗਈ, ਇੰਦੀ ਆ ਗਈ। ਕਹਿਰਾ ਕਿਹੜਾ ਨੋਰਮਲ ਗੱਲਾਂ ਕਰਦਾ, ਹਰ ਵਾਰ ਖੁਸ਼ ਹੁੰਦਾ। ਇੱਕ ਭਾਦੋਂ ਰੱਬ ਦੀ ਕਰੋਪੀ ਕਿਹੜੇ ਨੂੰ ਹੈਜਾ ਹੋ ਗਿਆ। ਇੰਦੀ ਨੇ ਆਪਣੇ ਵੱਲੋਂ ਹਕੀਮਾਂ ਦੇ ਇੰਨੀ ਭੱਜ ਨੱਠ ਕੀਤੀ, ਪੂਰੀ ਬਾਹ ਲਈ ਬਣਿਆ ਨਾ ਕੁਝ, ਖੇਤਾਂ 'ਚ ਲੰਮੀ ਲੜੀ ਦੀਆਂ ਬੋਲੀਆਂ ਪਾਉਣ ਵਾਲਾ ਕਿਹੜਾ ਹਮੇਸ਼ਾ ਲਈ ਤੁਰ ਗਿਆ। ਕਿਹੜੇ ਦੇ ਮਰ ਜਾਣ ਤੇ ਇੰਦੀ ਰੋਈ ਨੀ, ਉਹਦੇ ਪੀਲੇ ਪਏ ਮੂੰਹ ਵੱਲ ਬਿਟ ਬਿਟ ਦੇਖਦੀ ਰਹੀ, ਕੋਈ ਦਰਦ ਦਾ ਤੂਫਾਨ ਉਹਦੇ ਅੰਦਰ ਝੋਲੇ ਖਾ ਰਿਹਾ ਸੀ। ਹੁਣ ਮੇਰਾ ਜਹਾਨ ਤੇ ਕੌਣਾ ਕੋਈ ਨੀ, ਅਥਾਹ ਪੀੜ ਹੁੰਦਿਆਂ ਵੀ ਉਹਨੇ ਹਿੱਕ ਨੀ ਪਾਟੀ। ਕਿਹੜੇ ਨੂੰ ਨਹਾ ਧੁਆ ਕੇ ਸਿਵਿਆਂ ਨੂੰ ਆਣ ਲੱਗੇ, ਇੰਦੀ ਨੂੰ ਡੋਬ ਪਿਆ, ਜਨਾਨੀਆਂ ਦੇ ਹੱਥਾਂ 'ਚ ਲੁਟਕ ਗਈ, ਬਚਦੀ ਇਹ ਵੀ ਨੀ ਭਾਈ। ਗੁਆਂਢਣ ਚਾਚੀ ਦੇ ਮੂੰਹੋਂ ਨਿਕਲਿਆ, ਇੰਦੀ ਦਾ ਭੌਰ ਅਡਾਰੀ ਮਾਰ ਗਿਆ। ਨਾਲ ਹੀ ਕਿਹਦੇ ਦੇ ਜਾਮ ਮਿਲਿਆ, ਵਾਹਿਗੁਰੂ ਲਾਗਣ ਨੇ ਲੰਮਾ ਹੋ, ਇਹਦੇ ਵਰਗਾ ਸਿਰਕ ਹਰ ਜਨਾਨੀ ਨੂੰ ਨਹੀਂ ਮੇਰੇ ਮਾਲਕਾ, ਮਰਾਸਣ ਨੇ ਕਿਹਾ। ਇਹਦੇ ਤੇ ਇੰਦੀ ਨੂੰ ਇੱਕ ਚਿਤਾ 'ਚ ਫੂਕਿਆ। ਲੋਕ ਉਹਨਾਂ ਦੇ ਕੰਮ, ਮਿੱਠੀ ਲੜਾਈ ਤੇ ਹਸਾਉਣੇ ਸੁਭਾਅ ਦੀਆਂ ਗੱਲਾਂ ਕਰਦੇ ਰਹਿੰਦੇ। ਉਹਨਾਂ ਦੇ ਪਿਆਰ ਦੀ ਟੁੱਟ ਸਾਂਝੇ ਇਲਾਕੇ 'ਚ ਮਿਸਾਲ ਬਣ ਗਈ। ਦੋਵੇਂ ਜਿੰਨਾ ਜਿਵੇਂ ਰੱਜ ਕੇ ਜਿਉਂ, ਹਸਰਤ ਜਦੋਂ ਹਸਰਤ ਨਾ ਰਹੀ, ਬਿਨਾਂ ਕਿਸੇ ਗਿਲੇ ਗੁਜ਼ਾਰੀ ਦੇ ਤੁਰ ਗਏ। ਪਰ ਉਹ ਲੋਕਾਂ ਦੇ ਦਿਲਾਂ 'ਚ ਅੱਜ ਵੀ ਜਿਉਂਦੇ, ਕਿਹੜਾ ਅਕਸਰ ਬੋਲੀ ਪਾਉਂਦਾ ਹੁੰਦਾ ਸੀ, ਮਾਪੇ ਤੈਨੂੰ ਘੱਟ ਰੋਣਗੇ, ਬਹੁਤੇ ਰੋਣਗੇ ਦਿਲਾਂ ਦੇ ਜਾਨੀ ਜਾਣੋ ਹੈ ਬਈ, ਮਾਪੇ ਜਮਾ ਹੀ ਨੀ ਰੋਂਦੇ, ਅਸੀਂ ਰੋਵਾਂਗੇ।
ਚਿਹਰੇ ਦੀਆਂ ਗੱਲਾਂ ਹਲੇ ਵੀ ਪਿੰਡ ਚ ਲੋਕ ਯਾਦ ਕਰਦੇ ਆ, ਤੇ ਇੰਦੀ ਹਲੇ ਵੀ ਫਲੇ ਚ ਨੂੰ ਤੁਰੀ ਆਉਂਦੀ ਤਿੱਖੀ ਲੋਕਾਂ ਨੂੰ ਦੇਖਦੀ ਆ ਵੀ ਆਉਂਦੀ ਕਿਹਰੇ ਨੂੰ ਗਾਲਾਂ ਕੱਢੋ, ਤੇ ਆ ਕੇ ਬੋਲ ਕੇ ਮੁੜਦੀ ਇਉਂ ਜਿਵੇਂ ਹੱਥ ਲਾ ਕੇ ਮੁੜਦੀ। ਕਿਹਰੇ ਤੇ ਇੰਦੀ ਦੀਆਂ ਗੱਲਾਂ ਪਿੰਡ ਚ ਹੁੰਦੀਆਂ ਸਾਡੇ। ਸ਼ਿਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਮਹਾਰਾਜ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਕਹਿਣਾ ਤਾਂ ਮਹਾਰਾਜ ਪਹਿਲਾਂ ਸਾਨੂੰ ਬਹੁਤ ਯਾਦ ਕਰਦੇ ਸੀ ਕਈ ਦਿਨ ਅੱਗੇ ਵੀ, ਤੇ ਇੱਕ ਦਿਨ ਦਰਸ਼ ਹੋਏ ਗੱਡੀ ਤੁਹਾਡੀ ਲੈਟ ਦੇ ਮੂਹਰੇ ਖੜੀ ਸਾਡੀ ਉੱਥੇ, ਤੇ ਗਾਭੀ ਪੱਗ ਬੰਨੀ ਮੈਂ ਗੈਵਿਨ ਦੱਸਿਆ ਵੀ ਆਹ ਗਿੱਲ ਸਾਹਿਬ ਨੇ ਬਹੁਤ ਤੇ ਤਾਹਾਂ ਦੀ ਤੁਸੀਂ ਗੱਡੀ ਤੁਹਾਡੀ ਘਰ ਤੇ ਮੈਂ ਜਾਣ ਬਵੰਜਾ ਤੇ ਆ ਜੀ। ਬਾਕੀ ਤੁਹਾਡਾ ਥੈਂਕ ਯੂ, ਤੁਹਾਡਾ ਵੀ ਬਹੁਤ ਜਦੋਂ ਤੁਹਾਡਾ ਪ੍ਰੋਗਰਾਮ ਆ ਜਾਂਦਾ ਕਿ ਛੁੱਟੀ ਕਰੀ ਸ਼ਾਇਦ ਸਰੀਰ ਢਿੱਲਾ ਸੀ ਪਰ ਸਰੀਰ ਉੱਠ ਕੇ ਖੜਾ ਹੋ ਗਿਆ, 3 ਘੰਟੇ ਹੋ ਗਏ ਪਰ ਬਹੁਤ ਵਧੀਆ ਤੁਹਾਡਾ ਧੰਨਵਾਦ, ਤੰਦਰੁਸਤੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਭਾਈ ਹਰਜੀਤ ਸਿੰਘ ਜੀ, ਆਪ ਜੀ ਦਾ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਧੰਨਵਾਦ, ਤੁਹਾਡਾ ਕਹਾਣੀ ਸੁਣਾਉਣ ਦਾ ਬੜੀ ਵਧੀਆ ਸੀ ਅੰਦਾਜ਼ ਦੇ ਵਿੱਚ, ਤੇ ਮੈਂ ਇੱਕ ਗੱਲ ਕਰਨੀ ਸੀਗੀ ਕਿ ਜਿਹੜੇ ਆਹ ਸਪੀਡ ਕੈਮਰੇ ਹੁਣ ਲਾਈਟਾਂ ਦੇ ਉੱਤੇ ਲਾਉਣ ਲੱਗੇ ਆ ਜਿਹੜੀ NDP ਸਰਕਾਰ, ਸੇਫਟੀ ਚਲੋ ਸੇਫਟੀ ਹੋਣੀ ਚਾਹੀਦੀ ਹੈ ਪਰ NDP ਸਰਕਾਰ ਨੂੰ ਇਹ ਚਾਹੀਦਾ ਵੀ ਰੋਡਾਂ ਦੇ ਉੱਤੇ ਕੰਜੈਕਸ਼ਨ ਘਟਾਉਣ, ਹਰੇਕ ਰੋਡ ਦੇ ਉੱਤੇ ਕੰਸਟਰਕਸ਼ਨ, ਲੋਕੀ ਕਿੱਦਾਂ ਤੁਰਨ, ਜਿਹੜੇ ਬ੍ਰਿਜਸ ਵਾ ਉਹ ਪੈਕਅਪ ਹੋਏ ਆ, ਟਰਨ ਪੈਕਅਪ ਹੋਏ ਆ ਸਾਰੇ ਪਾਸੇ, ਔਰ ਲੋਕੀ ਕਿੱਦਾਂ ਮੂਵ ਹੋਣ, ਜੇ ਲੋਕੀ ਤਾਂ ਸਪੀਡ ਲਿਮਿਟ 'ਚ ਜਾਣਾ ਚਾਹੁੰਦੇ ਜੇ ਮੂਹਰੇ ਰੋਡ ਖਾਲੀ ਹੋਣ, ਜਿਹੜੇ ਲੋਕੀ ਕੰਜੈਕਸ਼ਨ ਦੇ ਵਿੱਚ ਘੰਟਾ ਘੰਟਾ ਦੋ ਦੋ ਘੰਟੇ ਵੇਟ ਕਰ ਦਿੰਦੇ ਆ, ਉਹਨਾਂ ਨੇ ਫਿਰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਜਾਂ ਆਪਣੀ ਰੋਜ਼ੀ ਰੋਟੀ ਤੱਕ ਕਮਾਉਣ ਤੱਕ ਜਿਹੜੇ ਕਮਿਸ਼ਨ ਬੇਸ ਕੰਮ ਕਰਦੇ ਆ, ਤੇ ਉਹਨਾਂ ਨੇ ਤਾਂ ਫਿਰ ਥੋੜਾ ਬਾਲਾ ਸਪੀਡ ਅਪ ਡਾਊਨ ਤਾਂ ਹੋਣੀ ਆ, ਪਰ ਇਹ ਜਿਹੜੀ ਗੱਲ ਕਰਾਂਗੇ ਜੀ ਗੱਲ, ਹਾਂਜੀ ਇਹ ਵੀ ਜ਼ਰੂਰ ਇੱਕ ਬੇਨਤੀ ਹੈ, ਇਹਦੇ ਤੇ ਜ਼ਰੂਰ ਟਾਈਮ ਲਾਓ ਹਰਜੀਤ ਸਿੰਘ ਜੀ, ਇੱਕ ਬਹੁਤ ਹੀ ਜਿਹੜੇ ਔਨ ਡਰਾਈਵਰ ਆ ਨਾ ਉਹਨਾਂ ਦਾ ਬਹੁਤ ਨਹਾਇ ਤੇ ਕੰਮ ਡੇਂਜਰਸ ਹੋਊਗਾ ਉਹਨਾਂ ਇੰਟਰਸੈਕਸ਼ਨਾਂ ਤੇ। ਕੱਲ ਕਰਾਂ, ਕੱਲ ਕਰਾਂਗਾ ਲਾਲਜੋਤ ਸਿੰਘ ਜੀ, ਧੰਨਵਾਦ। ਕੱਲ ਨੂੰ ਗੱਲਬਾਤ ਸਰਦਾਰ ਜਸਪਾਲ ਸਿੰਘ ਸਿੱਧੂ ਉਹਨਾਂ ਨਾਲ 12:20 ਤੇ ਪੱਤਰਕਾਰੀ ਦੇ ਬਾਰੇ, 47 ਤੋਂ ਬਾਅਦ ਨਕਸਲ ਲਹਿਰ, ਸਿੱਖ ਸੰਘਰਸ਼ ਤੇ 95 ਤੱਕ ਦੀ ਪੱਤਰਕਾਰੀ, ਉਹਦੀ ਗੱਲਬਾਤ ਹੋਏਗੀ। ਫਿਰ ਹੋਰ ਜਿਸ ਤਰ੍ਹਾਂ ਵੀ ਗੱਲਬਾਤ ਉਦੋਂ ਚੱਲੇਗੀ, ਉਸ ਤੋਂ ਬਾਅਦ 95 ਤੋਂ ਬਾਅਦ ਅੱਜ ਦਾ ਸਮਾਂ ਤੇ ਪੱਤਰਕਾਰੀ ਦੇ ਆਲੇ ਦੁਆਲੇ ਗੱਲਬਾਤ ਉਹਨਾਂ ਨਾਲ ਕਰਦੇ ਰਹਿਣ। ਇਹ ਸੀ ਅੱਜ ਦਾ ਪ੍ਰੋਗਰਾਮ, ਕੱਲ ਨੂੰ 11 ਵਜੇ ਮੈਂ ਫਿਰ ਮੁੜਦਾ। ਰੱਬ ਰਾਮ।